ਦੇ ਵਿੱਚ ਆ ਜਾਣਾ ਮੈਂ ਸਾਹਮਣੇ ਦੇਖਦਾ ਕਿ ਵੀਲੇ ਪੱਜੂ ਵਾਲਾ ਗਗਨ ਵੀਰ ਵੀ ਆਇਆ ਹੋਇਆ ਹੈ ਬੜਾ ਵਧੀਆ ਖਿਡਾਰੀ ਹੈ ਵੀਲੇ ਪੱਜੂ ਵਾਲੇ ਗਗਨ ਦੇ ਚਰਚੇ ਹੁੰਦੇ ਰਹੇ ਆ ਸਾਡੇ ਵੀਰ ਦੇ ਰਿਸ਼ਤੇਦਾਰੀ ਆ ਰਣਜੀਤ ਸਿੰਘ ਜੀ ਮੰਡਾਲੇ ਸਾਹਿਬ ਦੇ ਨਾਲ ਰਾਣੇ ਸਿੰਘਾਪੁਰੀਏ ਦੇ ਨਾਲ ਰਾਣਾ ਸਿੰਘਾਪੁਰੀਆ ਤੇ ਰਣਜੀਤ ਮੰਡਾਲਾ ਇਹਨਾਂ ਬੋਲਾਂ ਵਾਸਤੇ ਵੀ ਮਾਣ ਦੇ ਰਹੇ ਹੈ ਸਾਬਕਾ ਸਰਪੰਚ ਸਰਦਾਰ ਬਲਜਿੰਦਰ ਸਿੰਘ ਜੀ ਉਹਨਾਂ ਨੇ ਦੱਸਦੇ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਵੱਡੇ ਮਾਣ 500 ਰੁਪਏ ਦੇ ਦਿੱਤੇ ਹੈ ਮੈਂ ਸਰਦਾਰ ਬਲਜਿੰਦਰ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਦਾ ਧੰਨਵਾਦੀ ਹਾਂ ਭਾਗ ਸਿੰਘ ਜੀ ਸਰਪੰਚ ਸਾਹਿਬ ਜੀ ਦਾ ਧੰਨਵਾਦ ਹੈ ਤੇ ਸਾਡੇ ਸਮੁੱਚੇ ਵੀਰ ਜਿਨ੍ਹਾਂ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਦਾ ਵੱਡਾ ਸਹਿਯੋਗ ਹੈ ਵੀਰ ਆਖਦੇ ਕਿ ਵੀਰ ਪ੍ਰਗਟ ਸੇਖੋਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਅੱਜ ਦੇ ਖੇਡ ਮੇਲੇ ਦੀ ਸੇਵਾ ਲਈ ਹੈ ਤੇ ਜਿਹੜਾ ਦਿਨ ਲੰਘ ਕੇ ਗਿਆ ਉਹ ਦਿਨ ਦੇ ਵਿੱਚ ਸਾਡੇ ਸਰਦਾਰ ਪਸ਼ੋਰਾ ਸਿੰਘ ਜੀ ਮੇਰੇ ਵੀਰ ਉਹ ਵੜੈਚ ਡੇਰੀ ਵਾਲੇ ਸਰਦਾਰ ਗੁਰਮੀਤ ਸਿੰਘ ਜੀ ਤੇ ਹੈਪੀ ਮਜੀਠੀਆ ਉਹਨਾਂ ਨੇ ਕੱਲ੍ਹ ਕਹਿੰਦੇ ਖਿਡਾਰੀਆਂ ਨੂੰ ਬੜੇ ਮਾਣ ਸਨਮਾਨ ਦਿੱਤੇ ਬਹੁਤ ਬਹੁਤ ਧੰਨਵਾਦੀ ਵੀਰਾਂ ਦੇ ਪਹਿਲੇ ਮੈਚ ਦੀਆਂ ਟੀਮਾਂ ਗਰਾਊਂਡ 'ਚ ਕਿਉਂ ਨਹੀਂ ਆ ਰਹੀਆਂ ਜੇ ਕੋਈ ਧਿਆਨ ਦਿਓ ਵਾਹਿਗੁਰੂ ਧੰਨਵਾਦ ਉਸ ਪਰਮਾਤਮਾ ਦਾ ਜਿੰਨੇ ਬਿੰਦੀ ਜੋ ਜਿਸਮ ਨੂੰ ਜਾਨ ਬਖਸ਼ੇ ਕੁਝ ਸੋਚਣ ਦੇ ਲਈ ਦਿਮਾਗ ਦਿੱਤਾ ਤੇ ਕੁਝ ਬੋਲਣ ਦੇ ਲਈ ਜ਼ਬਾਨ ਬਖਸ਼ੇ ਇੱਕ ਪਤਨ ਸਾਨੂੰ ਪੰਜਾਬ ਦਿੱਤਾ ਉਹ ਤੋਂ ਵੱਖਰੀ ਸਾਨੂੰ ਜਾਣ ਪਹਿਚਾਣ ਬਖਸ਼ੇ ਜਿੱਥੇ ਜਾਈਦਾ ਲੋਕੀ ਸਤਿਕਾਰ ਕਰਦੇ ਕਿ ਬਾਬੇ ਨਾਨਕ ਨੇ ਦੀ ਇਸ ਧਰਤੀ ਦਾ ਬਹੁਤ ਵੱਡਾ ਨਾਮ ਹੈ ਮੇਰੇ ਪੰਜਾਬੀ ਵੀਰੋ ਔਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਮੈਂ ਦਿਲੋਂ ਧੰਨਵਾਦ ਕਰਾਂਗਾ ਔਰ ਪਿੰਡ ਮੰਡਿਆਲਾ ਸਾਹਿਬ ਸਮੂਹ ਨਗਰ ਲਾਕਾ ਨਿਵਾਸੀ ਵੀਰ ਤੇਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਜਿਹੜਾ ਸਾਲਾਨਾ ਜੋੜ ਮੇਲਾ ਤੇ ਕਬੱਡੀ ਕੱਪ ਜਿਹੜਾ ਉਹ ਕਰਵਾਇਆ ਜਾਂਦਾ ਅੱਜ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੀ ਗੱਲ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਉਹ ਦੁਨੀਆ ਦੀ ਕਰੀਮ ਪੁੱਜੀ ਹੈ ਮੇਰੇ ਵੀਰੋ ਜਿਵੇਂ ਪੰਜਾਬੀ ਚ ਕਹਿ ਦਿੰਦੇ ਆ ਨਾ ਕਿ ਅੱਜ ਡਾਗ ਖੜਕੋ ਕਿ ਡਾਗ ਖੜਕਣ ਵਾਲੀ ਗੱਲ ਹੋਣੀ ਹੈ ਕਿ ਤੇਰੇ ਕੰਧਾਂ ਕੋਲ ਥਾਪੀਆਂ ਤੋਂ ਮਾਰਦਾ ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ ਜੇ ਕੋ ਟੱਕਰ ਗਿਆ ਭੈੜੇ ਪਰਿਵਾਰ ਦਾ ਫਿਰ ਕਿਤੇ ਵੀ ਨੀ ਜੀ ਲੱਗਦਾ ਉਹ ਘੋੜੀ ਘੋੜੀ ਘੋੜੀਆਂ ਚ ਵੇਖ ਲਈ ਭਜਾ ਕੇ ਘਰੇ ਪਤਾ ਕੀ ਲੱਗਦਾ ਓਏ ਘਰੇ ਪਤਾ ਕੀ ਲੱਗਦਾ ਜਿਹੜੀਆਂ ਘਰ ਆ ਕੇ ਇਹ ਮੈਦਾਨ ਦੇ ਵਿੱਚ ਆ ਕੇ ਪਤਾ ਲੱਗਣਾ ਕਿ ਕੌਣ ਕਿੰਨੇ ਪਾਣੀ ਚ ਹੈ ਕੌਣ ਕਿੱਥੇ ਹੈ ਪ੍ਰਾਚੀ ਵਾਲਿਆ ਇੱਕ ਟੀਮ ਆ ਗਈ ਐਕਸ਼ਨ ਵਾਲੇ ਬੋਆਇਆਂ ਦੀ ਉਹ ਆ ਗਿਆ ਕਹਿੰਦੇ ਪੀਕੇ ਨੌਜਵਾਨ ਪੀਕੇ ਹੱਥ ਖੜਾ ਕਰੀ ਨੌਜਵਾਨਾਂ ਆ ਮੁੰਡਾ ਜਦੋਂ ਪੀਕੇ ਰੇਡਾ ਪਾਵੇਗਾ ਧਮਾਲਾ ਪਾ ਜਾਵੇਗਾ ਇੱਕ ਟੀਮ ਪੁੱਜ ਗਈ ਆ ਦੂਜੀ ਟੀਮ ਆ ਜਾਵੇ ਸਰਪੰਚ ਸਰਦਾਰ ਭਾਗ ਸਿੰਘ ਜੀ ਸਰਦਾਰ ਗੁਰਦੌਰ ਸਿੰਘ ਜੀ ਮੋਹਤਵਾਰ ਸੱਜਣਾ ਵਿੱਚ ਪਿਆਰੀਆਂ ਸ਼ਖਸੀਅਤਾਂ ਨੇ ਗੁਰਦੌਰ ਸਿੰਘ ਜੀ ਦੇ ਨਾਂ ਤੇ ਬਹੁਤ ਵੱਡੇ ਮਾਣ 600 ਰੁਪਏ ਜਿਹੜੇ ਨਾਲ ਬੋਲਾਂ ਵਾਸਤੇ ਦੇ ਕੇ ਗਏ ਮੈਂ ਆਪਣੇ ਵੱਲੋਂ ਸਰਦਾਰ ਗੁਰਦੌਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਹਾਂਜੀ ਆਪੀ ਸੋਧਿਆ ਬਾਰਿਆ ਉਧਰ ਸਾਡਾ ਭਰਾ ਪਜੱਤਰ ਸਪੇਨ ਤੋਂ ਮੱਲਾ ਸਰ ਤੇ ਨਾਲ ਕਰਨ ਸਪੇਨ ਮੱਲਾ ਇਹ ਭਰਾ ਵੀ ਕਹਿੰਦੇ ਅੱਜ ਪੱਟੀਆਂ ਸਕਰੀਨਾਂ ਲਾ ਕੇ ਆਹ ਯਾਰਾਂ ਮਿੱਤਰਾਂ ਦੇ ਨਾਲ ਲਾਈਵ ਬੈਠੇ ਆ ਕਿ ਸਾਨੂੰ ਫਕਰ ਦੋਸਤਾਂ ਤੇ ਹੁਣ ਜਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਉਹ ਸੱਚੇ ਯਾਰ ਨਹੀਂ ਜਾਂਦੇ ਪਰਖੇ ਅੱਜ ਕਹਿੰਦੇ ਕਟਰਾ ਵਰਗੇ ਯਾਰ ਨਾਲ ਲਾਈਵ ਜੁੜੇ ਆ ਆਹ ਪਿੰਡ ਮੰਡਾਲੇ ਦੇ ਨਾਲ ਐਨਆਰਆਈ ਭਰਾ ਕਹਿੰਦੇ ਦੇਸਾਂ ਵਿਦੇਸਾਂ ਤੋਂ ਪੱਟੀਆਂ ਸਕਰੀਨਾਂ ਲਾਈ ਬੈਠੇ ਆ ਰਾਜੇ ਵਾਲਿਆ ਇੱਕ ਵੀਰ ਕਹਿੰਦੇ ਸੇਖੋਂ ਮੋਚਾਲਾ ਉਹ ਜਪਾਨ ਦੇ ਵਿੱਚ ਵਸਦਾ ਦਲੀਪ ਸਿੰਘ ਦੇ ਨਾਲ ਜਾਣੀ ਕਿ ਗ੍ਰੇਟ ਖਲੀ ਨਾਲ ਬੜਾ ਪਿਆਰ ਹੈ ਸਾਡੇ ਭਰਾ ਦਾ ਉਹ ਹੈ ਸਾਡਾ ਵੀਰ ਪ੍ਰਗਟ ਜਪਾਨ ਰੱਬ ਜੋਤ ਜੋਤੀ ਨਾਲ ਪਿਆਰ ਹੈ ਸਾਡੇ ਵੀਰ ਦੇ ਨਾਲ ਜੋਤੀ ਵੀਰ ਜੀ ਆਪਣੇ ਸੱਜਣਾਂ ਨੂੰ ਲੈ ਕੇ ਨਾ ਆਪਾਂ ਇੱਕ ਸਾਈਡ ਤੇ ਹੋ ਜਾਣਾ ਹੈ ਵੀਰ ਪ੍ਰਭ ਦਾ ਸਾਡਾ ਵੀਰ ਪ੍ਰਭ ਦੇ ਵੱਡਾ ਅਜੇ ਤਦਵਿੰਦੀ ਵਾਲਾ ਮੇਰੇ ਵੀਰੋ ਮੈਂ ਦੇਖਦਾ ਅਜੇ ਤਦਵਿੰਦੀ ਵਾਲਾ ਸੋਟੇ ਐਕਸਨਾ ਵਾਲੇ ਬੱਚੇ ਉਹ ਲੈ ਕੇ ਖੇਡ ਮੈਦਾਨ ਦੇ ਵਿੱਚ ਆ ਗਿਆ ਹੈ ਮੈਂ ਦਿਲੋਂ ਧੰਨਵਾਦ ਕਰਾਂਗਾ ਜਿੰਨੀਆਂ ਵੀ ਮਾਰ ਤੇ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਾਰਿਆਂ ਦਾ ਧੰਨਵਾਦ।
पहला दीवान हाल दे विच कहिंदे जदों मेरे वीरो गुरु सिख दे इतिहास दे नाल ढाडी रागी वीरां ने जोड़िया है ਉਹ ਵੀ ਵੀਰਾਂ ਨੇ ਲਾਈਵ ਦਿਖਾਇਆ ਤੇ ਹੁਣ ਕਬੱਡੀ ਦੀ ਗੱਲ ਹੋਵੇਗੀ ਇੱਧਰ ਸਾਡੇ ਬਹੁਤੀ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਆਪਣੀ ਸਿੱਖ ਸੰਗਤਾਂ ਦੇ ਨਾਲ ਜਿਹੜੇ ਹੈ ਖੇਡ ਮੈਦਾਨ ਦੇ ਵਿੱਚ ਜੁੜ ਬੈਠੇ ਹੈ ਆਪਾਂ ਦਿਲੋਂ ਧੰਨਵਾਦ ਕਰਾਂਗੇ ਕਿ ਭਾਈ ਗੁਰਪ੍ਰੀਤ ਸਿੰਘ ਜੀ ਔਰ ਗੁਰੂ ਘਰ ਦੀ ਬੜੀ ਪਿਆਰੀ ਸ਼ਖਸੀਅਤ ਹੈ ਕਿ ਸਾਡੇ ਦਰਮਿਆਨ ਪੁੱਜੇ ਹੋਏ ਹੈ ਆਪਾਂ ਦਿਲੋਂ ਧੰਨਵਾਦ ਉਧਰ ਕਬੱਡੀ ਦੇ ਛੋਟੇ ਬੱਚੇ ਆ ਗਏ ਆ ਕੋਚ ਸਾਹਿਬ ਲੈ ਕੇ ਆਏ ਆ ਜੀ ਆਇਆਂ ਨੂੰ ਪਹਿਲੇ ਦਿਨ ਪਹਿਲੀ ਵਾਰ ਮੇਰੇ ਵੀਰੋ ਇੱਥੇ ਆਏ ਹੋਏ ਹੈ ਫਿੱਟੂ ਆਏ ਹੋਏ ਹੈ ਫਿੱਟੂ ਮੁੰਡੇ ਆਖਦੇ ਆ ਦਰਸ਼ਕੀ ਰਾਂਦੇ ਫਿੱਟੂ ਕਿੱਥੇ ਆ ਕਰੀ ਹੱਥ ਖੜਾ ਕਰਾਇਓ ਛੋਟਾ ਫਿੱਟੂ ਆ ਕਰੀ ਫਤਿਹ ਸਾਂਝੀ ਕਰੀ ਨੌਜਵਾਨਾਂ ਦੋ ਕਦਮ ਚੱਲ ਕੇ ਇਧਰਲੇ ਪਾਸੇ ਆ ਪ੍ਰਭ ਜੋਤ ਜੋਤੀ ਵੀਰ ਕਹਿੰਦਾ ਫਿੱਟੂ ਨੂੰ ਆਪਾਂ ਲਾਗੋ ਮਿਲਣਾ ਚਾਹੁੰਦੇ ਆ ਆ ਮੁੰਡੇ ਨੇ ਅੱਜ ਥਾਪੀਆਂ ਮਾਰਨੀਆਂ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਧੰਨਵਾਦੀ ਅਸੀਂ ਸਾਡੇ ਪ੍ਰਗਟ ਸੇਖੋਂ ਉਹ ਚਾਲੇ ਜਪਾਨ ਵਾਲੇ ਵੀਰ ਦੇ ਜਿਹਨੇ ਅੱਜ ਦੇ ਖੇਡ ਮੇਲੇ ਵਿੱਚ ਬਹੁਤ ਵੱਡੇ ਸਹਿਯੋਗ ਦਿੱਤੇ ਹੈ ਨਾਲ ਸਾਡੇ ਦਵਿੰਦਰ ਸਿੰਘ ਜੀ ਲੱਡੂ ਸਾਹਿਬ ਉਹ ਮੇਰੇ ਵੀਰੋ ਬੜਾ ਮਾਣ ਕਰਦੇ ਹੈ ਪ੍ਰਗਟ ਸੇਖੋਂ ਦੇ ਉੱਤੇ ਦਵਿੰਦਰ ਸਿੰਘ ਜੀ ਲੱਡੂ ਜੀ ਦਾ ਧੰਨਵਾਦ ਹੈ ਸੁਰਿੰਦਰ ਸਿੰਘ ਜੀ ਰਾਣਾ ਰਣਧੀਰ ਸਿੰਘ ਜੀ ਮੰਡਾਲਾ ਤੇ ਰਾਣਾ ਸਿੰਘਾਪੁਰੀਆ ਬੜੇ ਮਾਣ ਸਨਮਾਨ ਦੇ ਰਿਹਾ ਹੈ ਸਾਡੇ ਬਲਜਿੰਦਰ ਸਿੰਘ ਜੀ ਸਰਪੰਚ ਸਾਹਿਬ ਜੀ ਦਾ ਧੰਨਵਾਦ ਭਾਗ ਸਿੰਘ ਜੀ ਸਰਪੰਚ ਸਾਹਿਬ ਜੀ ਦਾ ਧੰਨਵਾਦ ਹੈ ਉੱਥੇ ਸਾਡਾ ਵੀਰ ਹੈ ਗੁਰਲਾਲ ਹੰਸਾਲੀਆ ਉਹ ਵੀਰ ਦੇ ਡੈਡੀ ਜੀ ਆਏ ਹੋਏ ਆਪਣੇ ਸਾਰੇ ਮਿੱਤਰਾਂ ਦੇ ਨਾਲ ਜੀ ਆਇਆਂ ਨੂੰ ਕਰਦੇ ਆ ਕਿੰਨੀਆਂ ਵੀ ਛੱਬੀਆਂ ਸੱਜੀਆਂ ਬਾਹਾਂ ਤੇ ਸਲਾਕੇ ਦੀਆਂ ਪੁੱਜੀਆਂ ਸਾਰਿਆਂ ਦਾ ਚਲੋ ਧੰਨਵਾਦ ਆ ਖੇਡ ਕਬੱਡੀ ਦੀ ਤਰਫਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੁੜੀ ਹੋਈ ਹੈ ਕਬੱਡੀ ਖੇਡ ਮੈਦਾਨ ਦੇ ਨਾਲ ਅੱਜ ਦਾ ਜਿਹੜਾ ਖੇਡ ਮੈਦਾਨ ਹੈ ਇਹ ਸਤਿਗੁਰ ਕੈਰੋਂ ਬੈਰੀਗੇਡ ਵਾਲੇ ਭਰਾਵਾਂ ਨੇ ਜਿਹੜਾ ਹੈ ਸੱਜਰੀ ਵਿਆਹੀ ਚੱਲਣ ਵਾਂਗ ਨਾਲ ਸੰਗਾਰਿਆ ਹੋਇਆ ਹੈ ਇਹ ਧੰਨਵਾਦ ਕਰਾਂਗਾ ਕਿ ਅੱਜ ਦਾ ਖੇਡ ਮੈਦਾਨ ਉਹ ਕਹਿੰਦੇ ਸੱਜਰੀ ਵਿਆਹੀ ਚੱਲਣ ਵਾਂਗ ਨਾਲ ਸੰਗਾਰਿਆ ਹੋਇਆ ਭਰਾਵਾਂ ਨੇ ਤੇ ਕਬੱਡੀ ਨੇ ਉਹ ਦੇਖਦਾ ਬਹੁਤ ਹੀ ਸ਼ਾਨਦਾਰ ਅਫੀਸਲ ਸਾਡੇ ਭਰਾ ਔਰ ਮਾਣ ਤੇ ਮਾਣ ਵੀ ਕਰਦਾ ਇੱਕ ਬੇਨਤੀ ਹੈ ਵੀਰ ਜੀ ਸਾਰੇ ਹੀ ਸਤਿਕਾਰਯੋਗ ਪ੍ਰਬੰਧਕ ਵੀਰਾਂ ਵੱਲੋਂ ਬੇਨਤੀ ਹੈ ਕਿ ਇੱਥੇ ਕਿ ਜ਼ਿਆਦਾ ਗਾੜ ਪੈ ਗਿਆ ਜਿੱਥੋਂ ਦੀ ਅੰਦਰ ਆਈਦਾ ਸਾਰਿਆਂ ਨੂੰ ਬੇਨਤੀ ਹੈ ਵੀਰ ਜੀ ਜਾਂਗਲਾ ਸੀ ਤਾਂ ਲਾਇਆ ਕਿ ਕੋਈ ਵੀਰ ਜਿਹੜਾ ਹੈ ਅੰਦਰ ਨਾ ਆਵੇ ਸਿਰਫ ਮਹਾਂਪੁਰਸ਼ ਗੁਰੂ ਸਾਹਿਬ ਦੇ ਸੇਵਾਦਾਰ ਇੱਥੇ ਆਉਣ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਦਰਵਾਜ਼ਾ ਖੁੱਲ੍ਹਾ ਹੋਇਆ ਆਪਾਂ ਬਾਹਰ ਚਲ ਜਾਈਏ ਅਤੇ ਇੱਕ ਆਪਣੇ ਵਿਚਕਾਰ ਕੰਧ ਕੱਢੀ ਹੋਈ ਹੈ ਸਾਡੇ ਦੇ ਤੁਹਾਡੇ ਵਿੱਚ ਪਿਆਰ ਦੀ ਕੰਧ ਕੱਢੀ ਹੋਈ ਹੈ ਇੱਥੋਂ ਬਾਹਰ ਚਲ ਜਾਣਾ ਹੈ ਜੇ ਵੀਰ ਜੀ ਤੁਸੀਂ ਸੈਟਿੰਗ ਕਰ ਸਕਦੇ ਹੋ ਨਾ ਜਿੱਦਾਂ ਮੁੰਡੇ ਬੈਠੇ ਹੈ ਇੱਦਾਂ ਬਹਿ ਜਾਓ ਤਾਂ ਬੜੀ ਮਿਹਰਬਾਨੀ ਹੈ ਇੱਦਾਂ ਬਹਿ ਜਾਓ ਤਾਂ ਬੜੀ ਮਿਹਰਬਾਨੀ ਹੈ ਇੱਕ ਮਿੰਟ ਸੇਵਾ ਵੀਰ ਜੀ ਜਿੰਨਾ ਲਾ ਦਿਓ ਦਰਵਾਜ਼ਾ ਬੰਦ ਕਰ ਦਿਓ ਮੇਰੇ ਜਿਹੜੇ ਸੇਵਾਦਾਰ ਵੀਰ ਹੈ ਕੋਈ ਨਹੀਂ ਹੈਗਾ ਮੈਂ ਬੇਨਤੀ ਕਰ ਦੇਵਾਂ ਉਹ ਲੰਗਰ ਦੇ ਵਿੱਚ ਪਹੁੰਚਣ ਜਿਹੜੇ ਸੇਵਾਦਾਰ ਲੰਗਰ ਦੀ ਡਿਊਟੀ ਨਿਭਾ ਰਹੇ ਹੈ ਉਹ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਐਂ ਚੋਟੀ ਦਾ ਮੈਚ ਤਗੜਾ ਮੈਚ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਹੈ ਮੈਂ ਦੇਖਦਾ ਦੋਨੇ ਟੀਮਾਂ ਤਿਆਰ ਪਰ ਤਿਆਰ ਆ ਮੇਰੇ ਪੰਜਾਬੀ ਵੀਰਿਓ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਹੈ ਕਿ ਮਾਰ ਹੈ ਦੁੱਧ ਮੱਖਣਾ ਨਾਲ ਪਲੀ ਜਵਾਨੀ ਤੇ ਮੇਰੇ ਵੀਰਿਓ ਅੱਜ ਵੱਡੀਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਜਿਹੜੀ ਟੀਮ ਆਈ ਮੇਰੇ ਵੀਰਿਓ ਜੇਪੀ ਕਬੱਡੀ ਕਲੱਬ ਕੈਨੇਡਾ ਉਹ ਮੇਰੇ ਤੋਂ ਖੱਬੇ ਪਾਸੇ ਆ ਲਾਲ ਜਰਸੀ ਵਿੱਚ ਜੇਪੀ ਕਲੱਬ ਕੈਨੇਡਾ ਦੀ ਟੀਮ ਹੈ ਤੇ ਪ੍ਰਮੋਟਰ ਨੇ ਸਾਡੇ ਪ੍ਰਗਟ ਸੇਖੋਂ ਜਪਾਨ ਵਾਲੇ ਕੀਪਾ ਸੁਰਖਪੁਰ ਕੈਨੇਡਾ ਵਾਲੇ ਪ੍ਰਧਾਨ ਸਾਬੀ ਪੱਤਰ ਨਾਰਵੇ ਵਾਲੇ ਉਹਨਾਂ ਨੇ ਸਪਾਂਸਰ ਕੀਤੀ ਹੈ ਟੀਮ ਨਾਲ ਸਾਡੇ ਪਰਮ ਗਰੇਵਾਲ ਨਾਰਵੇ ਬਿੱਕਰ ਕੁਹਾੜ ਕੈਨੇਡਾ ਬਲਕਾਰ ਸਿੰਘ ਜੀ ਯੂ ਐੱਸ ਏ ਜਾਦੀ ਰੂਪੋਵਾਲ ਯੂ ਐੱਸ ਏ ਦੇਵੀ ਮੁੰਡੀ ਕਰਾਰ ਕੈਨੇਡਾ ਹਰਮਨ ਚਾਲ ਕੈਨੇਡਾ ਸਰਦਾਰ ਬੱਬਾ ਸਿੰਘ ਜੀ ਗਿੱਲ ਯਰਮਨ ਪੀਟਰ ਸਫਰੀ ਰੋਇਲ ਕੇਅਰ ਰੈਸਟੋਰੈਂਟ ਵਾਲੇ ਕੈਨੇਡਾ ਤੋਂ ਤੇ ਲਾਡੀ ਜੀ ਡਵਿੰਡੀ ਸਪੇਨ ਵਾਲੇ ਇਹ ਵੀਰ ਕਹਿੰਦੇ ਕਿ ਸਾਡੀ ਜੇਪੀ ਕਲੱਬ ਦੀ ਟੀਮ ਦੇ ਪ੍ਰਮੋਟਰ ਨੇ ਮੇਰੇ ਵੀਰੋ ਲੰਮੇ ਸਮੇਂ ਤੋਂ ਟੀਮ ਨੂੰ ਪ੍ਰਮੋਟਰ ਕਰਦੇ ਆ ਅਸੀਂ ਜੇਪੀ ਕਲੱਬ ਦੀ ਟੀਮ ਦੇ ਪ੍ਰਮੋਟਰਾਂ ਦਾ ਧੰਨਵਾਦ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਆ ਮੇਰੇ ਵੀਰੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਸੋ ਪ੍ਰਾਪਤ ਧਰਤੀ ਹੈ ਸਾਧੂ ਰਹਿੰਦੇ ਜੱਗ 'ਚ ਬਗਾਨੇ ਬਣ ਕੇ ਹੁੰਦੇ ਕਿਰਿਆ ਤੋਂ ਕੇ ਪਰ ਰਹਿੰਦੇ ਆਨੇ ਬਣ ਕੇ ਵੀ ਸੌੜ ਵਾਲਿਆ ਆ ਬ੍ਰੇਕਾਂ ਜੀਆਂ ਲਾਉਂਦਾ ਤੇਰਾ ਮੈਕ
देख वीर रेफरिया ने भी टी शर्टा एक पाईया हुई है। ये ब्रांड आलिया ने बनाईया हुई सेखो ब्रांड जापान विच नंबर वन ब्रांड है। वो साडे प्रगट सेखो दा ब्रांड है, प्रगट सेखो दा ब्रांड है। इधर सरदार दलबाग सिंह जी लंबरदार साहब वड्डा पंजाबी बोलां दा करके गए है। सरदार दलबाग सिंह जी लंबरदार साहब कहिंदे एक बारी परिवार दे विच लंबरदारी आ जाए ना तो फिर तीन पीढ़िया तक परिवार लंबरदारा दा वजदा रहिंदा। लाओ मेरे वीरियो प्लेयरां नाल जान पहचान गुरुद्वारा प्रबंधक कमेटी दे मैंबर सहिबान कर रहे है। इन्हां वल्लों धन्नवादी असी प्रगट सेखो वोच वालियां दे। जे वीर ने अज दी कबड्डी दी सेवा लई आ जापान विच वसदा है, प्रगट सेखो जी दा धन्नवाद है। ग्राउंड दे विच आपां देखदे हां कि लंबरदार सरदार दिलबाग सिंह जी प्रधान, साढ़े सुखविंदर सिंह सोनी प्रधान जी, केवल सिंह जी दविंदर सिंह जी लड्डू, नाल दविंदर सिंह जी मैंबर पंचायत, सकत्तर सिंह जी, केर सिंह जी, बलजिंदर सिंह जी साबका सरपंच, ये सारे मेरे वीर जान पहचान कर रहे हैं। असी धन्नवाद करते हैं। नाल भाई गुरप्रीत सिंह जी जान पहचान कर रहे हैं, खेड करवा रहे हैं, हो रही है रायपुर चंडियाल की टीम दे जा दविंदर सिंह जी चंडियाला प्रधान साहब ने ते गोपी सरपंच जेडे पोलो माजरा वाले है वड्डे स्पोंसर है। नार राजा ढाबा और खंड मानपुर वाले मैं दिलों धन्यवाद करांगा, ये मेन स्पोंसर है। उधर दोनों टीमों के स्पोंसर बिल्ला गिल दीने वाली आ ते नाल रैम्बो संधू टोरंटो तो साडे भरा जिहड़े ये मेन स्पोंसर है दोनों टीमों के। अजे डडविंडी वाला दोनों टीम लाके पुजा ते पहली रेड आओ फिडू चलिया ढोल वाले हुण ढोल बंद कर दे मेरा वीर, ढोली नूं बेनती है हुण ढोल खड़कदा ना वेख। आओ पिंक दे खिलाड़े वर्गी पहली रेड कहिंदे बलविंदर फिडू ने पाती है चार जाफी है। आओ पट्टा ते थापियां वजदियां कि वजदे सी ललकारे हो गया की मित्रा या फिडू इत्थे रखो ए। शुरुआत हुई है पहली रेड ते खड़का मेरे वीरियो दूर तक सुन गया है। साउंड वाले वीरिया थोड़ी क शार्प घट कर दी, पड्डा साउंड टॉप दी साउंड है। जड़ियाँ ट्रालियां लगिया हुई हैं वो साढ़े निशान गग्गू बूहे वाले का चलता फिरदा स्टेडियम लगा हुआ है। मैं धन्नवादी हाँ निशान भरा दा रेडर कहिंदे जपेंजी है मेरे मित्रों, पहली कबड्डी फिडू ने पाई तो दूजी जपेंजी ने पाई है ते जपेंजी अपने घर पुज गया। चलिया जहर कबड्डी का मेरे वीर जहर कबड्डी ने कौन जाफी जफा लावेगा कहिंदे सप नूं सप लड़े ते जहर किन्नू चढ़े। इधर जहर की कबड्डी जिहड़ी पै गई है खेड मैदान दे विच। उधर प्रगट सेखो साडा भरा ओ जापान तो लाइव जुड़िया यारा मित्रां दे नाल, ओ जापान तो लाइव जुड़िया मैं दिलों धन्नवाद करांगा भरा। अज बड़ा प्यार दे रहे ने, ओ बड़ा प्यार दे ने, बड़ियां स्क्रीनां लाईआं ते सदा बस खड़ी रखिए ताइयों कहिंदे सरदार ने जिहड़े भंबड़ कहाउंदे ओ दित्ते पहलियां च ठार दे सदा नाल तुरदे आ बलिए किवें नंघ जू घूरी बट ने जिंदाबाद रहन बिलो जा रही जिन्हा करके जिंदा जट ने। प्रगट जापान वाले की यारी है कहने दलीप सिंह दे नाल, ग्रेट खली ने भी बोल के पाया कि मंडाले बहुत तगड़ी कबड्डी होनी है। उधर दुआबे की कबड्डी है, पाकिस्तान तो जंजुए ने भी बोल के पाया ओ पाकिस्तान तो बड़े बड़े बुलारिया ने उस भरा दे पिंड दी ऐड दित्ती है। मैं दिलों धन्नवाद करांगा मनजीत सिंह जी पन्नो खोखर फौजियां वाले का भी। आओ प्रगट जापान वाले दे नाल कहिंदे आओ गाडरां वर्गा प्यार आ, आओ गाडरां वर्गा प्यार है। दीने वाली है बिले गिल दे नाल भी कहिंदे प्रगट सेखो दी यारी है। असी धन्नवादी अज दे खेड मेले दे स्पोंसर ने ते कल दा खेड मेला लंघ के गया ते साडे पशोरा सिंह जी ते उहनां दे पुत्तर हैप्पी मजीठिया ने कहिंदे वड्डी सेवा कीती, उहनां दा भी धन्नवादी आ। रेडर रेड पा के जुगनू नंबर लै गया है, मैच बहुत वधिया है हले शुरुआत होई। साडे रमेश कुमार जी ते नाल जीवन जज जी पीडी पंजाब तो जेड़े ने और टालीघाट कर रहे ने, मैं दिलों धन्नवाद करांगा और बड़ा प्यार कबड्डी नूं अज दित्ता जा रहा है। सामने कबड्डी खेड मैदान दे विच पै गई है। डबल जू मालवा टीवी डॉट कॉम इंटरनेट दे जरिए
अज का जरा कबड्डी का खेल मेला ना वो दुनिया भर के दिखाया जा रहा है। भंगड़े पै गए हैं छोटे छोटे एक दूजे नाल खह गए है। स्वाद लिया दिता है, सिरा ला दिता ले शुरुआत है। अगले मैच में माझा दे दुआबा भिड़ना है रेडर पीके पर जपेंजी है। प्रगट सिंह जी सरपंच साहब पिंड कंग तो बड़ा मान भेजा प्राचे पंजाबी बोलां दा इन्हां भरावां करके कबड्डी लखां दी है, इन्हां भरावां करके कबड्डी और डालर पाउंडां दी है। कबड्डी धन्नवाद करांगा, दिलों धन्नवादियां। उत्थे साडे वीर आए होए आ परसन आस्ट्रेलिया ते लाडी डबई कबड्डी तो आपा वारदे है। वो किसानी संघर्ष में कहते तरन तारण तो मोटरसाइकलों की रैली में आए हुए हैं, क्योंकि अज का जोड़ा मेरे वीरियो अधूरी आजादी का रोस भी करते पे सन। परसन सिंह जी आस्ट्रेलिया ते लाडी डबई इन्हों बोलों तो खुश हो के 1100 रुपये के माण दे रहे हैं। माण अज इस धरती से दिता जा रहा है। प्रगट सिखो साडा भरा जापान तो लाइव जुड़िया है, ते बड़ा भरा और जगदेव सिंह जी सिखो जेदा दिल दरिया वा के समुद्रों डूंगे दिल दरिया ने यारा दे ते कौन दिला दिया जाने अज कौन दिला दिया जाने। पहला प्राइज ते दूजा प्राइज दिता जाना और मारा लगभग 1.5-2 लाख दे स्पॉन्सर ने अज दे इस खेड मेले दे साडे भरावां दा दिल दरिया वा। पर सामने कबड्डी पाउण दे लई जुगनू आ गया मेरे वीरियो, लो जुगनू हाजिर है। हल्का जा टच लाया ते घर आ गया है, के टच लाया ते गया, नोट तड़ाया ते गया, मुंडा व्याया ते गया। आ है मेरे वीरियो कांटो, देखियो कांटो, कांटो कबड्डी पा रहा है। एक कहते पंजाबी लोग साज दे विच कांटो हुंदी है वह वजदी है, तो एक कांटो माल में गालण कहते हैं। आ कांटो जेपी क्लब की टीम का बड़ा तेज तरार करी है, जाफिया हाथ घुट के फड़ी जे भज गया तो इन्हें तंग बहुत करना है। गडासा कहते मेरे मित्रों गल मुश्किल कर गया गडासा, आओ जफा जड़ गया मेरे वीरियो ते 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 आ चको बल्ले बल्ले करा गया नौजवान, आओ बल्ले बल्ले करा गया। अज बड़ा प्यार दिता जा रहा उधर ग्रेट खड़ी मेरे वीरियो ओदी भी यारी कहते आओ प्रगट जापान वाले दे नाल भरावां वाला प्यार है कि जट दे की कहने हैं यारा दे ने यार दिलों कर दे प्यार जिथे आन खड़ दे घर घर मावा पुत जम दियाँ आओ कहते प्रगट सेखों वर्गे घर घर नहीं मावा पुत जम दियाँ प्रगट सेखों वर्गे प्रगट सेखों वर्गे। आओ लव साडा मंडियाले वाला बैठा होया है जिहदा प्यार है कहिंदे कश्मीर सिंह जी शाह सरपंच खंडूर साहबियां दे नाल बड़े मान सम्मान कल दित्ते मैं अपने वल्लों धन्नवादियां। रेड पैंदी है मेरे मित्रों दे सामने किकली पै गई, ओह किकली पै गई जाफी कौन ये मिलखा सिंह है तूफान दी रेड उत्ते मिलखा के किकली कलीर दी पग मेरे वीर दी दुपट्टा मेरे भाई दा उधर फटे मूंह जवाइयां दे सामने जफा ओए हुण तारियां ओ हुण भंगड़े ओ बिना ढोल तो बिना ढोल तो जदों मोटियां पट्टां ते थापी बजदी ओए खड़का लाहौर सुनदा के चंडीगढ़ बोली पैंदी नचूगा लाहौर सारा के चंडीगढ़ बोली पैंदी ओए नचूगा लाहौर सारा। पीके आ गया ओ सामने पासे ओ पीके है जिहड़ा पानी दा घुट पी के आया है, इहदे कन्न अमीर खान वर्गे आ तां पी के कहिंदे है। आओ साडा हर्ष खलोता वीर, हर्ष कहिंदा कि साडे मलकीत मीका कीता भाजी होंगकोंग तो, मलकीत सिंह जी कीता होंगकोंग तो, मोनू जी डबई तो सामने वेखांगे सामने वेखांगे सामने वेखांगे। बलविंदर रे ए फिड्डू ओ ला ला मारदा है ओ ला 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 मारदा नहीं ओ रीसा नौजवान दियां पर पॉइंट रेडर दे हिस्से धावी दे हिस्से है। लो कबड्डी पाउण दे वास्ते जुगनू ओह तितली कमादों निकली ते उड़दी नूं बाज पै गया। कौन आ गया प्राचे पिंड वालिया ए जहर आ गया ओ जहर आ गया यार दी कबड्डी है। उधर साडा भरा प्रगट सिखों जापान तो लाइव जुड़िया ते जिस भरा ने कहते सिवियो वाले
अज सोने की मुंदरी दे नाल बड़ा सन्मान करना है। इधरले पासे यार दी कबड्डी आ हुण कित्थे तेरे मगर किसे नहीं आउणा ते खरी होके गल सुनदा वो तेरे मगर किसे नहीं आउणा। साउंड वालिया आओ बड़ी प्यारी साउंड आ भरावा तेरे जिवें कहिंदे लाल चंद जमले यार दी तुंबी खड़कदी यारा कि तेरे नहीं करारा मैनू पट्टिया दस मैं की प्यार विचों खटिया आऊगा जब चलो धन्नवाद ऑपरेटर दा भी पर सामने 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 कहिंदे जुगनू एक पासे गल औखी हो गई है आओ बॉर्डरलैंड दे कोल मुकाबला है पर पॉइंट रेडर दे हिस्से है। माण वाली गल है नव तेजपाल साढ़े प्रिंसीपल साहब जज जगदीप सिंह जी संधु वांगरा ठोक बजा के फैसले दे रहे ने ते दूजे पासे संदीप बताले वाला जिन्हें पल्ज कबड्डी वर्ल्ड कप दे विच भी अब जज जगदीप सिंह जी संधु वांगरा ठोक बजा के फैसले सुनाए हैं। जज जगदीप सिंह जी संधु पता कौन सी जिन्हें सरसे वाले नो और 20 साल ने सारी जिंदगी दे लई देर दी हवा खान दे लई अंदर कीता उसी जज जगदीप सिंह संधु मेरे वीरो सलाम आ और वेखांगे पॉइंट रेडर दा पॉइंट रेडर दा आ कौन आ गया तूफान आ गया नी एक गंजा मंजा कौन भाभी दीवा जगा नी मेरी मंजी थले कौन भाभी दीवा जखा कोच अजय डिडविंडी जी तुहाडी दोवां टीमां दी खेड देख के ना परसन स्टरी वाले ते लाडी डबई वाले कहंदे स्वाद बनता दोवां टीमां नूं 5-500 तूफान कहंदे गंजा मुंजा आओ कर गया थापियां मार के झंडा कट गया तूफान आ तूफान मेरे वीडियो तूफान आ जिहड़े कदे किसे तों रुकदे नहीं मेरे वीडियो जिहड़े कदे किसे तों रुकदे नहीं। जे फिडू नंबर लैके आवे अगली रेड ते राहुल मंडाला कहिंदा आपां 500 देवांगे ये नंबर लैके आउंदा नंबर रेडर दे वास्ते 500 नहीं तां जाफी दा होवेगा आ रेड ते 500 राहुल मंडाला जी वीर कहिंदे मान देवांगे। फिडू लै वी राहुल तेरे अरगा ही है फिडू तेरा भरा लगदा मेरा गोल मटोल शरीर है लो सामने पासे कबड्डी छोटे फिडू दी पैंदी होई है चार जाफी बिल्कुल तैयार ने भोजन भजन खजाना नारी चौवें पर्दे दे अधिकारी ते आओ वेखियो ए आओ तारी आओ तारी आओ तारी बज गई ओए तारी बज गई ते 500 दा जेतू है मैं सोचा एक दूजे दी अखां च उंगल मारन लगे है पर ए तां कहिंदे राम प्यारियां मार गए 500 रुपया कहिंदे साडे राहुल ने माण कीता है साडे वीर प्रगट सेखों दा धन्नवाद है अज दे खेड मेले दे वड्डे स्पोंसर ने ओदे वीर दा धन्नवाद है जगदेव सेखों जी ओदे भतीजे दा धन्नवाद है हर्ष भरा कहिंदा वड्डे मैच विच नोटां दा देणा आ पिछे भी झाती मार लिया कर मेरा वीर भरा बुलारे आ सामने यार दी कबड्डी है जहर दी कबड्डी है उधर भारत इंडिया दा कहिंदे दुनिया दा वड्डा रुस्तम वड्डा मल वड्डा पहलवान ग्रेट खरी मेरे वीरो विशेष तौर पर आप उस भरा का भी धन्यवाद करांगे कि जिस भरा ने इस खेड मेले का मैसेज उस दुनिया तक पहुंचाया कि दुनिया तक पहुंचाया अज का खेड मेला जिहड़ा वो समुंदर वांग ठाठा मारदा होया दर्शक वीरां दा हारा पर सामने कबड्डी पै गई है एक पासे रेडर ते दूजे पासे याफी आओ लगदा जोर कि करता कैर चोपरा रे जिवें फौज किले नूं ढौंदी गल राजे खेले दी सिद्धी तू काल जे पौंदी वाह सोहणिया जपेंजी कहिंदे आ रेड पा के नंबर अपनी टीम लई जोड़ चुकिया है एक पासे टीम होवेगी माझे दी भगवानपुर ते दूसरे पासे दवाबे दी पंडाल दोना दोवां क्लबां नूं बेनती आ कि टीमां ग्राउंड वल आ जाण लाओ सामने पासे सरदार नाल सरदार दी टक्कर कि सिख कौम कदे ना हारे जेकर सिख नूं सिख ना मारे ए चिट्टियां रुमालां वाले ओ दस तेरे की लगदे नहीं ओ रीसा कांटो दियां हां नहीं ओ रीसा कांटो दियां कांटो दी रेड उत्ते मुंडे सरदार ने जफा ला के बहजा बहजा करा दित्ती है फिडू दियां अगलियां तीन रेडां ते 1000
सेखों वो चाले प्रगट सेखों जापान वाले ने ला दिता है। साडा वीर आखदा है साढ़े वीर गुरदेव जी ते प्रभ जोत ज्योति मंडियाला जी आखते हैं फिडू दिया रेडा उत्ते हजार रुपया प्रगट के नाँ के उत्ते बोलना वीर जी रेड पैंदी आ जुगनू दी सजे खब्बे लो चौवां जाफिया की चैन घूमती जी तीहां सैकड़ां की पैंदी रेड एम पी सफलता देखांगे किहड़े चरणां नूं हुण चुंमदी जी बल्ले बल्ले हुंदी होई बल्ले बल्ले हुंदी होई उधर सेखों वाह चलियां दा आपां दिलों धन्नवाद करां सेखों वाह जापान तों ਸਾਡੇ ਭਰਾ ਮੇਨ ਸਪਾਂਸਰ ਨੇ ਅੱਜ ਦੇ ਕਬੱਡੀ ਕੱਪ ਦੇ ਆਓ ਸੇਖੋ ਪਾਵਰ ਚ ਜਾਪਾਨ ਵਾਲੇ ਭਰਾਵਾਂ ਦਾ ਮੈਂ ਦਿਲੋਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਕਬੱਡੀ ਨੂੰ ਸਪਾਂਸਰ ਕੀਤਾ ਤੇ ਸਾਹਮਣੇ 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 ਔਰ ਤੂੰ ਮੈਂ ਹੁਣ ਨਹੀਂ ਹੱਥ ਆਉਂਦਾ ਪਰ ਲੱਗਦੀ ਗੱਲ ਪਤਾ ਲੰਮੇ ਲਾਤਾ ਜਿੰਦਾ ਕਰਤਾ ਕਰ ਚੋਪਰਾ ਦੇ ਜਿਵੇਂ ਫੌਜ ਕਿਲੇ ਨੂੰ ਟਾਉਂਦੀ ਉਹ ਗੱਲ ਰਾਜੇ ਕਿਲੇ ਦੀ ਸਿੱਧੀ ਧੂ ਕਾਲਜੇ ਪਾਉਂਦੀ ਸਿੱਧੀ ਧੂ ਕਾਲਜੇ ਪਾਉਂਦੀ ਸਰਦਾਰ ਦਵਿੰਦਰ ਸਿੰਘ ਦੀ ਲੱਡੂ ਮੰਡਾਲਾ ਜੀ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ 500 ਰੁਪਏ ਦੇ ਮਾਨ ਸਨਮਾਨ ਦੇ ਰਹੇ ਹੈ ਤੇ ਪਹਿਲਾਂ ਸਾਡੇ ਪਰਸਨ ਆਸਟਰੀਆ ਤੇ ਲਾਡੀ ਡਬਈ ਵਾਲੇ ਵੀਰ ਆਏ ਹੋਏ ਹੈ ਉਹਨਾਂ ਨੇ ਦੋਵਾਂ ਟੀਮਾਂ ਵਾਸਤੇ 500 ਦੇ ਮਾਨ ਦਿੱਤੇ ਬਹੁਤ ਬਹੁਤ ਧੰਨਵਾਦ ਹੈ ਹਾਫ ਟਾਈਮ ਹੋ ਗਿਆ ਅੱਧਾ ਸਮਾਂ ਹੋ ਗਿਆ ਹੈ ਉੱਥੇ ਯਾਰਾਂ ਦਾ ਯਾਰ ਆ ਗੁਰਲਾਲ ਹੰਸਾਲੀਆ ਗੋਇੰਦਵਾਲ ਸਾਹਿਬ ਦੇ ਖੇਡ ਮੇਲੇ 'ਚ ਬਹੁਤ ਵੱਡੇ ਸੰਯੋਗ ਹੁੰਦੇ ਹੈ ਉਹਦੇ ਪਿਤਾ ਜੀ ਆਏ ਹੋਏ ਹੈ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਮੱਲੀ ਸਾਹਿਬ ਜੀ ਦਾ ਜੀ ਆਇਆਂ ਨੂੰ ਹਾਫ ਟਾਈਮ ਦੇ ਵਿੱਚ ਕਹਿੰਦੇ ਜੇ ਪੀ ਕਲੱਬ ਕੈਨੇਡਾ ਦੀ ਟੀਮ ਇੱਧਰਲੇ ਪਾਸੇ ਖੇਡੀ ਲਾਲ ਨਿੱਕਰ ਵਾਲਿਆਂ ਦੀ ਟੀਮ ਜਿਹਦੇ ਪੁਆਇੰਟ ਨੇ 11.5 ਅਤੇ ਰਾਏਪੁਰ ਚੰਡਿਆਲੇ ਦੇ ਨੰਬਰ ਨੇ 21 11.5 ਤੇ 21 ਹਾਫ ਟਾਈਮ ਹੈ ਮੇਰੇ ਵੀਰਿਓ ਬਹੁਤ ਵਧੀਆ ਮੈਚ ਕਬੱਡੀ ਦਾ ਖੇਡਿਆ ਜਾ ਰਿਹਾ ਉਧਰ ਪ੍ਰਾਚੇ ਵਾਲਿਆ ਪ੍ਰਾਚੇ ਵਾਲਿਆ ਅਗਲੇ ਮੈਚ ਪਲੇਅਰ ਕਿਹੜੇ ਕਿਹੜੇ ਹੋਣੇ ਆਉਣੇ ਉਹ ਵੀ ਦੱਸ ਦਈਏ ਅਗਲੇ ਮੈਚ ਦੇ ਵਿੱਚ ਕਹਿੰਦੇ ਭੂਰੀ ਬੂਲੇ ਨੰਗਲ ਘੋੜਾ ਰਮਦਾਸ ਅਮਰਤ ਔਲਖਾਂ ਵਾਲਾ ਗੱਲਾਂ ਕਹਿੰਦੇ ਨਿਰਮਲ ਲੋਪੋਕੇ ਦੀਆਂ ਟੌਪ ਦੇ ਖਿਡਾਰੀ ਤੇ ਦੂਸਰੇ ਪਾਸੇ ਸੁੱਖੇ ਭੰਡਾਲਾਂ ਦੀਆਂ ਗੱਲਾਂ ਹੋਣਗੀਆਂ ਬਹੁਤ ਤਕੜਾ ਮੈਚ ਹੈ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਮਾਣ ਵਾਲੀ ਗੱਲ ਹੈ ਕਿ ਤਕੜਾ ਮੈਚ ਵੱਡਾ ਮੈਚ ਅੱਜ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਅੱਜ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਅਗਲੇ ਮੈਚ ਦੇ ਲਈ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਭੰਡਾਲ ਦੋਨਾ ਸੁੱਖਾ ਭੰਡਾਲ ਲੈ ਕੇ ਆਇਆ ਜਿਹਦੇ ਵਿੱਚ ਚਿੱਤਪਾਲ ਚਿੱਟੀ ਵਾਲਾ ਵੀ ਆਇਆ ਉਹ ਕਾਲੇ ਸੰਗੀਆਂ ਵਾਲਾ ਚੀੜਾ ਵੀ ਆਇਆ ਤੇ ਕਹਿੰਦੇ ਸੁੱਖਾ ਉਹ ਮੱਲਾ ਵੀ ਆਇਆ ਆਉਣ ਤੇ ਪਤਾ ਲੱਗੂਗਾ ਕਿ ਦਬਾਬੇ ਦੇ ਅੱਜ ਕਿਹੜੇ ਕਿਹੜੇ ਸਟਾਰ ਆਇਆ ਤੇ ਦੂਜੇ ਪਾਸੇ ਮਹਾਵੀਰ ਕਬੱਡੀ ਕਲੱਬ ਮਾਝਾ ਭਗਵਾਨਪੁਰ ਦੀ ਟੀਮ ਚੌੜੇ ਮਦਰੇ ਵਾਲਾ ਜਸ ਲੈ ਕੇ ਆਇਆ ਮੇਰੇ ਵੀਰੋ ਰਿੰਕੂ ਪਟਵਾਰੀ ਤੇ ਚੌੜੇ ਮਦਰੇ ਵਾਲਾ ਜਸ ਲੈ ਕੇ ਆਵੇਗਾ ਫਿੱਡੂ ਨੇ ਅਜੇ ਕੋਚ ਜੀ ਪਹਿਲੀ ਮੋੜ ਦਿੱਤੀ ਅਗਲੀਆਂ ਦੋਵਾਂ ਰੇਡਾਂ ਤੇ ਸਾਡਾ ਹਰਸ਼ ਸੇਖੋਂ ਜੀ ਸਰਦਾਰ ਜਗਦੇਵ ਸਿੰਘ ਜੀ ਸੇਖੋਂ ਤੇ ਪ੍ਰਗਟ ਸੇਖੋਂ ਸੇਖੋਂ ਵਿਚੋਲਿਆਂ ਨੇ ਮਾਣ ਦੇਣੇ ਹੈ ਲਓ ਰੇਡ ਪੈਂਦੀ ਹੈ ਕਹਿੰਦੇ ਪੀਕੇ ਦੀ ਤੇ ਜਾਫੀ ਕਹਿੰਦੇ ਟਰਾਈ ਕਰਦਾ ਉੱਤੇ ਥੱਲੇ ਪੂਰੀ ਬੱਲੇ 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 ਕਿ ਗੱਡੀ ਪੁੱਜ ਗਈ ਟੇਸ਼ਨ ਤੇ ਪਰ ਹੱਟ ਪਾਉ ਮੈਨੂੰ ਮਾਈਆ ਵੇਖਣ ਦੇ ਜ਼ਹਿਰ ਆ ਗਿਆ ਕਬੱਡੀ ਪਾਉਣਾ ਉਹ ਜ਼ਹਿਰ ਆ ਗਿਆ ਕਬੱਡੀ ਪਾਉਣਾ ਉਧਰ ਸਰਪੰਚ ਸਰਦਾਰ ਭਾਗ ਸਿੰਘ ਜੀ ਉਹਨਾਂ ਦੀ ਸਮੂਹ ਪੰਚਾਇਤ ਸਮੂਹ ਨਗਰ ਲਾਕਾ ਨਿਵਾਸੀ ਵੀਰ ਤਿੰਨਾਂ ਦੀ ਭਰਾਵਾਂ ਦੇ ਸਹਿਯੋਗ ਦੇ ਨਾਲ ਉਹ ਅੱਜ ਵੱਡੇ ਵੱਡੇ ਪਿਆਰ ਦਿੱਤੇ ਜਾ ਰਹੇ ਆ ਪਰ ਜ਼ਹਿਰ ਦੀ ਕਬੱਡੀ ਆ ਹੁਣ ਗੱਲ ਔਖੀ ਹੋ ਗਈ ਹੈ ਉਹ ਵੇਖਾਂਗੇ ਤੂੰ ਮੈਂ ਹੁੰਦੀ ਹੋਈ ਲੱਗਦਾ ਹੋਇਆ ਬਾਜ ਵਾਲੀ ਉਂਗਲ ਖੜੀ ਆ ਕਿ ਜਦੋਂ ਮੋਟਿਆ ਪੱਟਾ ਤੇ ਥਾਪੀ ਵੱਜਦੀ ਖੜਕਾ ਲਾਹੌਰ ਸੁਣਦਾ ਪ੍ਰਿੰਸੀਪਲ ਜੀ ਨੰਬਰ ਕਿੱਧਰ ਹੈ ਜਾਫੀ ਦਾ ਕਿਉਂਕਿ ਸਮਾਂ ਬੀਤ ਗਿਆ ਹੈ ਸਾਡੇ ਬੈਂਟੀ ਮੱਲਾ ਜੀ ਤੇ ਨਾਲ ਪ੍ਰਿੰਸੀਪਲ ਨਵਤੇਜ ਜੀ ਏਕਲ ਗੱਡੇ ਵਾਲੇ ਤੇ ਸੰਦੀਪ ਬਤਾਲਾ ਜੀ ਸਵਾਵਾਂ ਦੇ ਰਹੇ ਹੈ ਪ੍ਰਿੰਸੀਪਲ ਜੀ ਤੁਹਾਡੇ ਪਿੰਡ ਤੋਂ ਸਤਨਾਮ ਸਿੰਘ ਜੀ ਤੇ ਜੱਸੀ ਵੀਰ ਦੀ ਏਕਲ ਗੱਡੇ ਵਾਲੇ ਆਏ ਹੋਏ ਆ ਕਬੱਡੀ ਨੂੰ ਸੱਚਾ ਪਿਆਰ ਕਰਦੇ ਹੈ ਇੱਧਰ ਥਾਪੀਆਂ ਵੱਜਦੀਆਂ ਤੇ ਪ੍ਰਿੰਸੀਪਲ ਜੀ ਫੈਸਲਾ ਕਰਦੇ ਨੰਬਰ ਰੇਡਰ ਦਾ ਤੇਜ ਪ੍ਰਿੰਸੀਪਲ ਜੀ ਸਾਡੇ ਦੇ ਸਾਹਮਣੇ ਫਿੱਟੂ ਦੀ ਕਬੱਡੀ ਆ 1000 ਦੀ ਉਹ ਫਿੱਟੂ ਦੀ ਕਬੱਡੀ 1000 ਦੀ ਆ ਮੇਰੇ ਵੀਰਿਓ ਮੈਂ ਦਿਲੋਂ ਧੰਨਵਾਦ ਕਰਾਂਗਾ ਉਹ ਪ੍ਰਗਟ ਸੇਖੋਂ ਸਾਡਾ ਭਰਾ ਮਾਣਾ ਜਿਹਦਾ ਦਿਲ ਦਰਿਆ ਵਾ ਸਮੁੰਦਰੋਂ ਡੂੰਘੇ
दिल दरिया ने यारा दे ते कौन दिला दिया जा रहे वो कौन दिला दिया जा रहे भावा दे दिल दरिया वा पर सामने कबड्डी पै गई है नौजवान खेड मैदान दे विच अगला मैच माझा ते दुआबा इधरले पासे देखो दो बाजियां तीन बाजियां ते थापी दर्शक रियो ताड़ियां तुसी ला दियो नजारे बज गए नजारे बज गए है ऐ स्वाद आ रहा मेरे वीरो ते अगले मैच विच कबड्डी दे सुपरस्टार खिलाड़ी पहुंच रहे है चिट्टे रुमाल दे विच आ गया जपन जी ये कौन है सॉरी कांटो रेड पा रहा मेरे वीरियो कांटो ते दूसरे पासे गंडासा ट्राई करदा सज्जे खब्बे मेणो मेणी बल्ले 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 हुंदी पई है गंडासा नहीं जफा ला सकिया कांटो नो अगले मैच दे विच गंडासे चलणे आ अगले मैच दे विच डांग खड़कनी है आओ फिरे कंधा कोल थापियां तो मारदा पता लग जूगा तोले होए भार दा जे को टक्कर गया भैरे परिवार दा ते किते भी नहीं जी लगना ओ कोड़ी कोड़ी कोड़िया जे वेख ली भजा के ओ घरे पता की लगना पीके कहने घोड़े वांगरा भजदा देखियो हर्ष जी देखियो हर्ष दे पिता जी सरदार गुरदेव सिंह जी देखियो लाइव देखने वाले वीर प्रगट सिखो जी आ 1000 दी तीजी रेड है जे जफा लगदा ज्योति वीर जी प्रगट वीर ने ऐलान किया आप 1000 देंगे नहीं तो फिडू का वह मुंडे भिड़ गए पै गए पटाके भिड़ गए काके होंगी आ पूरी ला 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 1000 पहुंचता कर दियो जी प्रगट सिखो उन्होंने मान सम्मान देने हैं सरदार गुर जगदेव सिंह जी सेखो वीर मान दे रहे हैं उन्होंने भतीजा हर्ष सेखो खुश है रेड जुगनू दी प्राची आलिया करी गल इधर जगदेव सिंह जी सेखो जी मान दे रहे हैं जुगनू दी कबड्डी है करन मल्ला स्पेन तो साडा भरा ते 75 मल्ला स्पेन तो ये भरा भी लाइव जुड़े हुए हैं मैं दिलों धन्यवाद करांगा आओ बड़िया स्क्रीना ला अज यार मित्र के नाल कहते स्पेन तो आओ भरा जुड़े हुए हैं पर सामने कबड्डी पै गई है कदे सजे कदे खपे एक गंजा गंजा कौन थापियां मारदा मिलख्या कोई गल नहीं नौजवाना एक केड़ा कुंभ दा मेला के बारी साली आना है फिर तूफान ने आ जाना उही गंजे मंजे ने आ जाना है सरबजीत प्राचा वीर मेरा पहुंचे आया है एक साल कनेडा भी बोल बोलिया वीर ने बड़ा प्यार है दास दे नाल मैं धन्यवादी हाँ प्रगट सेखों जी का यार है कहते सुखविंदर सिंह जी SHO जलंधर वाले उन्होंने प्रगट सेखों वोच वालों का बहुत प्यार है मेरे वीरियो जिन्होंने जलंधर तो खूबसूरत टी शर्टा बना के कलिया के सेवादारा जिहड़े भी रैफरी साहबान ने जिहड़े भी सेवादार ने उन्हां नूं आपां सेवादार वालियां टी शर्टा बना के देनियां सेखो वोच वालियां दा ब्रांड मशहूर है ते धन्नवादियां सुखविंदर सिंह जी सुखजिंदर सिंह जी SHO जलंधर वालियां दे प्रगट सेखो नाल बड़ा प्यार है लाओ कबड्डी पाउण दी जहर आ गया धन्नवाद करांगे आपां सेखो वोच वाले भरावां दा कि जिन्होंने टी शर्टा भी स्पोंसर कीतियां और टीम भी स्पोंसर कीतियां अज बड़ा प्यार कबड्डी नूं दिता जा रहा है पर सामने यार आओ हवा नूं गंढा देंदा भज्जा जा रहा है आंदा हुण भावें मगर घोड़ियां ला दो हुण नहीं टाक देंदा मेरे वीरियो उधर ना तेज साडे प्रिंसीपल जी इकल गड्डे वाले बड़ियां जिम्मेवारियां सांभी बैठे एक पासे ते दूजे पासे संदीप बताले वाला आओ सामने वेखांगे कबड्डी दा सब तो खतरनाक दा कैंची है पर रैफरी प्रिंसीपल साहब आ एक्शन लोकां दा दिल जित लैंदे है कि आ एक्शन लोकां दा दिल जित लैंदे है बड़ा प्यार कबड्डी नूं आ पर सामने 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 बलविंदर फिडू दी कबड्डी है हां फिडू दी कबड्डी ए फिडू दी कबड्डी दूसरे पासे जाफी ने रखिया तौणे ते हाथ नहीं तू शहरां विचों जम्मी असी पिंडां विचों उठे कदे अंबरां च उड्डे अज लगे पईआं गुठे पर फिर भी सीना ताण लैने आ बंदा रेंज विच आ जे जाफी कहिंदा हत्था मार लैने आ वाओ सोणिया पहाड़ सुट दित्ता है मजा आता
ताड़ी मार के दसो एक बारी ताड़ी बज गई है ताड़ी बज गई है। प्रगट सिंह दे पुत्तर जुझार सिंह जी सेखों दे शेरा सेखों जी वह भी बच्चे साडे भरा कहिंदे लाइव जुड़े हुए है। आ रेडर कहिंदे गंजा मंजा इनू तूफान कहिंदे है। हर्ष सेखों कहिंदा जगदेव सिंह सेखों दा पुत्तर कि आ रेड उत्ते 500 होवेगा साडे चाचा प्रगट सेखों दे नां दे उत्ते तां पैंदी आ रेड जे जफा लग गया जाफी नूं नहीं तां रेडर नूं छोटे छोटे कदम अगे नूं वधाए ने कि चुस्ती फुर्ती ते तंदरुस्ती सदा दौड़न दे नाल आवे। जिंदगी इक है दौड़ ते किते पिछे ना रह जाइए चलो चलो दौड़िए। मिलखा सिंह कहिंदे गल मुश्किल कर गया बल्ले 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 अज दे दिन दी गल करा ना जेकर ते देश नूं याद कराउण दे विच सब तो वड्डी भूमिका जिहड़ी सी ना उह सिख सरदारां दी सी। मेरे वीरो आ याद कराउण दे लई देश अज असीं खुशियां मना रहे हां पर खुशियां नहीं मेरे वीरो अज दे दिन अजाड़े पए सी। अज दे दिन लगभग 30 लाख लोग जिहड़े आ ना पंजाबी शहादतां दे के सी। अज दे दिन लगभग कोई 50 लाख दे करीब लोग घरों बेघर होए सी। पुछो जाके कोई 70 साल दे बजुर्ग नूं जिन्ने अजाड़े देखे ने मेरा बापू खुद दसदा है कहिंदा मेरी उम्र सीगी उदों 18 साल दी जदों साडे सिर उत्ते टुट्टी घड़ी काल दी चिट्टे दिन भी इंज लगते सी जिदा रात हुंदी आ काली। बापू अज भी रो पैंदा है वो चेते करके सन 47 के बापू अज भी रो पैंदा है चेते करके सन 47। अरे रंजीत बावे ने आख्या के मैनू फेर दोबारा सुना बापू गल्लां लाहौर दियां किवें लावां वेले टुट्टियां सी वंगां दादी महिंदर कौर दियां मैनू फेर दोबारा बापू गल्लां ਦੱਸੀ ਬਾਪੂ ਗੱਲਾਂ ਲਾਹੌਰ ਦੀਆਂ। ਰੇਡ ਨਾਲ ਜੁੜੀਏ ਅਧੂਰੀ ਆਜ਼ਾਦੀ ਬਾਰੇ ਸਾਡੇ ਪ੍ਰਾਚੇ ਵੀਰ ਨੇ ਐ ਥੋਕ ਵਜਾ ਕੇ ਆਖਿਆ ਹੈ ਕਿ ਆਜ਼ਾਦੀ ਕਾਦੀ ਹੈ ਅਸੀਂ ਆਪਣੇ ਹੱਕ ਮੰਗਦੇ ਪਏ ਸਾਨੂੰ ਹੱਕ ਨਹੀਂ ਮਿਲਦੇ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਉਹ ਤੂਫਾਨ ਉੱਡ ਗਿਆ ਤੂਫਾਨ ਪੱਲੇ ਪੱਲੇ ਕਰਾ ਗਿਆ। ਓਏ ਹੋਏ 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 ਓਏ ਹੋਏ 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 ਦੇਖਿਓ ਕੋ ਸਾਹਿਬ ਨਰਾਤੇ ਚੱਲਦੇ ਕਿਤੇ ਮਾਤਾ ਰਾਣੀ ਤਾਂ ਨਹੀਂ ਆ ਗਈ ਵਿੱਚ। ਉਹ ਬੱਲੇ ਬੱਲੇ ਕਰਾ ਗਿਆ ਲਓ ਸਾਹਮਣੇ ਪਾਸੇ ਨੰਬਰ ਰੀਡਰ ਦਾ ਕਿ ਸੱਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮੋੜੀ। ਸੱਸ ਮੇਰੀ ਦੇ ਮਾਤਾ ਨਿਕਲੀ ਨਿਕਲੀ ਮਾੜੀ ਮਾੜੀ ਸੋਹਰਾ ਮੇਰਾ ਪੂਜਣ ਲੱਗਾ ਸਿਰ ਤੇ ਲੈ ਕੇ ਲਾਲ ਫੁਲਕਾਰੀ। ਜੋਤ ਜਗਾਉਂਦੇ ਨੇ ਦਾੜੀ ਫੂਕ ਲਈ ਸਾਰੀ ਜੋਤ ਜਗਾਉਂਦੇ ਨੇ ਦਾੜੀ ਫੂਕ ਲਈ ਸਾਰੀ ਚਾਰ ਖਿਡਾਰੀ ਰੇਡਾਂ ਥੋੜੀਆਂ ਰਹਿ ਗਈਆਂ ਸਮੈਚ ਦੀਆਂ। ਮਾਝੇ ਦੇ ਦੁਆਬੇ ਦੀਆਂ ਟੀਮਾਂ ਗਰਾਊਂਡ 'ਚ ਆ ਜਾਣਗੀ। ਬੱਲੇ ਹੋ ਗਈ ਹੈ ਮੈਂ ਬੇਨਤੀ ਕਰਦੇ ਮਾਂ ਬਾਬਾ ਸਖਚੈਨ ਦਾਸ ਕਬੱਡੀ ਕਲੱਬ ਪੰਡਾਲ ਦੋਨਾ ਇਹ ਟੀਮ ਕਹਿੰਦੇ ਦਬਾਬੇ ਤੋਂ ਆਈ ਹੈ ਤੇ ਦੂਜੇ ਪਾਸੇ ਮਹਾਵੀਰ ਕਬੱਡੀ ਕਲੱਬ ਭਗਵਾਨਪੁਰ ਮਾਝੇ ਦੀ ਟੀਮ ਹੈ। ਜਿਵੇਂ ਕਹਿੰਦੇ ਮਾਝੇ ਤੇ ਦਬਾਬੇ ਦਾ ਮੈਚ ਮਿੱਤਰੋ ਆ ਫਸਣਗੀਆਂ ਕੁੰਡੀਆਂ ਤੇ ਇਧਰ ਮਿਲਖਾ ਠੰਡੇ ਜੇ ਸੁਭਾਅ ਦਾ ਜੱਫਾ ਲਾ ਕੇ ਆਏ ਹੋਏ ਹੋਏ ਅੱਗ ਨਿਕਲਦੀ ਅੱਗ। ਇਹ ਆ ਮਿਲਖਾ ਕਹਿੰਦੇ ਰਾਏਪੁਰ ਚੰਡਿਆਲੇ ਦੀ ਟੀਮ ਦਾ ਉਹ ਲਾਲ ਨਿਕਰਾਂ ਵਾਲਿਓ ਪਰਲੇ ਪਾਸੇ ਤੁਹਾਡਾ ਉਹਨਾਂ ਨੇ ਤੂਫਾਨ ਡੱਕਤਾ। ਤੂਫਾਨ ਦੇ ਵਿੱਚੋਂ ਮਾਤਾ ਕੱਢਦੀ ਉਹਨਾਂ ਨੇ ਫਾਂਡਾ ਕਰ ਦਿੱਤਾ ਹੈ ਤੂਫਾਨ ਤੁਹਾਡਾ ਡੱਕ ਦਿੱਤਾ ਹੈ। ਵਾਹ ਕਬੱਡੀ ਪੈ ਗਈ ਹੈ ਲਾ ਵੀ ਕੌਣ ਜਾਫੀ ਜੱਫਾ ਲਾਉਂਦਾ ਮੇਰੇ ਵੀਰੋ ਪੁੱਠੀ 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 ਕੈਚੀ ਪੈ ਗਈ ਆ ਬੰਦੇ ਦੀ ਪੁੱਠੀ ਪਈ ਬੰਦਾ ਬਚ ਜਾਂਦਾ ਪਰ ਜਦੋਂ ਰੱਬ ਬੰਦੇ ਤੇ ਪੁੱਠੀ ਪਾਉਂਦਾ ਨਾ ਫਿਰ ਬੰਦਾ ਬਾਹਾਂ ਖੜੀਆਂ ਕਰ ਜਾਂਦਾ। ਉਹ ਸਰਸੇ ਵਾਲੇ ਔਰ ਰਾਮ ਰਹੀਮ ਤੇ ਰੱਬ ਨੇ ਪੁੱਠੀ ਪਾਈ ਆ ਤੇ ਹੁਣ ਹਰੀਪ੍ਰੀਤ ਸੁਪਨੇ ਚ ਵੀ ਨਹੀਂ ਆਉਂਦੀ ਹੁਣ ਹਨੀਪ੍ਰੀਤ ਸੁਪਨੇ ਚ ਨਹੀਂ ਆਉਂਦੀ। ਇੱਧਰ ਸਾਡੇ ਜਦੋਂ ਪ੍ਰਿੰਸੀਪਲ ਜੀ ਵਿਸਲ ਮਾਰਦੇ ਨਾ ਸਵਾਦ ਆ ਜਾਂਦਾ ਹੈ ਸਾਡੇ ਦਵਿੰਦਰ ਸਿੰਘ ਜੀ ਲੱਡੂ ਸਾਹਿਬ ਖੁਸ਼ ਹੋ ਅਗਲੇ ਮੈਚ 'ਚ ਵੇਖਿਓ ਸਿਰਾ ਹੁੰਦਾ। ਸਾਡੇ ਵੀਰ ਪ੍ਰਭਜੀਤ ਜੋਤੀ ਵੀਰ ਦਾ ਧੰਨਵਾਦ ਹੈ। ਸੁਰਿੰਦਰ ਸਿੰਘ ਜੀ ਰਾਣਾ
ते साडे रणधीर सिंह जी मंडाला ते राणा सिंगापुरी जिंदगी दा माण है, धन्नवाद है। और पहाड़ सुट लिया है कि हुंदे जिन्हां दे हौसले बुलंद लोको खड़ के धरती तो अंबरां नूं छू लैंदे राजे खेले जुरत रखण वाले जोधे जड़ तो पहाड़ां नूं धू लैंदे ला फिड्डू नूं जापी ने कहिंदे जड़ तो पहाड़ां नूं धू लैंदे आओ फिड्डू फिड्डू लाई सी जोधियां वालिया टीमां थोड़ियां रेडा रह गईयां जी टीमां ग्राउंड च आ जाण सजे खबे ओए वाह ओ वाह बंद पिया है फाटक जिवें फाटक कोटकपूरे दा सामने यार दी कबड्डी है जहर दी कबड्डी है कौन जाफी जफा लावेगा मेरे वीरियो उधर प्रगट सिंह सेखो जापान तो साडा भरा जापान तो लाइव जुड़िया होया पर अज घर दा मेला वो बल्ले बल्ले हो रही है भरा स्पोंसर आ अज दे कबड्डी कप दा उधर पाकिस्तान तो जंजुआ लाइव जुड़िया होया मनजीत पन्नू खोखर फौजिया वाला जिहड़ी यारी कहिंदे जलंधर वाले सुखजिंदर सिंह जी एस एच ओ साहब जलंधर वालों का धन्नवाद है बिले गिल दीने वाले भी यारी है ते बिले गिल दीने वाले प्रिंसीपल नवतेज की भी यारी है मेरे वीरियो वड्डा खेड प्रमोटर है बिल्ला गिल दीने प्रमोटर है साउथ हाल का चेयरमैन आ मेरे वीरो इंग्लैंड का कहते बड़ा सोहना शहर है साउथ हाल प्रगट सेखों वाले ढेर सारिया मुबारक दे रहा है ते इलाका निवासियों का दलीप सिंह ग्रेट खली धन्नवाद कर रहा है प्रगट सेखों कहिंदा जे असी पंजाब होंगे तो दलीप सिंह नूं इत्थे जरूर लैके आना सी जरूर लैके आना सी उधर साडा खेड़ प्रमोटर है बिल्ला गिल दीने वालिया चेयरमैन साउथ हाल इंग्लैंड के जेडे कहते हैं कि 21 तरीक नूं म्याणी बाकरपुर जिले कपूरथले विच आपां जहर दा 11,000 दी नगद राशि नाल वड्डा मान सम्मान करांगे खेड प्रमोटर बिल्ले गिल दीने वाली दा धन्नवाद है हुण गल कहिंदे वड्डे मल्लां दी टॉप दे मल्ल आए है मैं अपने वल्लों धन्नवादी हां पूरन सिंह जी दोजी जिन्हां दा तिम्मोवाल पिंड है बाबा गुरदित्ता जी दे नां दे उत्ते इन्हां बोलां वास्ते माण पूरन सिंह जी दोजी जी दे के गए बहुत बहुत थैंक यू धन्नवाद मैं बेनती कर देवां ग्राउंड हुण आपां क्लीयर कर दिए ग्राउंड ढोली ढोल बंद कर दिए मेरा भरा हुण ढोल बंद कर दिए प्राचा साहब प्लेयर आ गए अगले मैच दे मेरी बेनती है कोच साहब जिहड़ियां टीमां हुणे खेडियां उन्होंने माण सन्मान साडे वीरां वल्लों किते जाणगे वीर जी दोवें टीमां अपना माण सन्मान जरूर लल्लण जेपी क्लब कनेडा ते रायपुर चंडियाला रायपुर सारे आए है जी कहिंदे भूरी आया है कहिंदे योधा आया है आए है कस्सा वाले योधे नूं जिहड़े जिहड़े प्यार करदे ताड़ियां खुल के योधे वीरिया करी फतेह सांझी करी नौजवाना आ रेडर कनेडा तगड़ा खेडिया है ये रेडर पंजाब दे कप्पां दे बुलटां दा जेतू है आ गया जोधा कसा वाला उधर आ गया चित्तपाल ओ चिट्टी वाला मेरे वीरो चित्तपाल चिट्टी वाला भी खेड मैदान विच आ गया कोच अजय डिडविंडी जी मेरी बेनती है सारी टीम नूं नाल लैके अपना मान सम्मान जिहड़ा प्राप्त कर लो साडे प्रगट सेखो सेखो वॉच वालियां दा ब्रांड बड़ा वड्डा है उन्होंने अज दोवां मैचां दे सेवा दित्ती है सेखो वॉच वालियां ने अज मेरे वीरियो सारी कबड्डी की सेवा ली है कल का दिन आया मेरे वीरियो गुजे पीर की धरती का मत्ता भी आ गया कि जिथों के कुलदीप रंधावे ने कहा यूपी च बसन के जाके निजी दा पंगा साडे ना पाऊं मेरी बेनती है अजय कोच जी कोच साहब जदों नाल दे नाल माण मिली जाण ते ओ लै लेने चाहीदे है उमरां जिहड़ियां चीजां जिहड़ी उम्र च खाधी जाण खा लैणियां चाहीदियां ने आदतां जदों मजबूरी बण जाण बंदिया मका लैणियां चाहीदियां ने मेरी बेनती है सारे वीर ज्योति मंडियाला जी साडे मैंबर पंचायत
उन्हां वीरां नूं बेनती है कि नाल आके जिहड़े आपां मान सन्मान करिए। विशेष तौर पर सारे इलाका निवासियों का धन्यवाद है। ये है टीम जिहड़ी पहले मैच की रनर अप जेपी क्लब कनेडा रायपुर चंडियाले की टीम जेतू रही है। इन्होंने मान सन्मान साढ़े प्रगट सिंह जी सेखों सेखों वॉच की तरफों, साडा वीर है जगदेव सिंह जी प्रगट सेखों के वीर वो सन्मान दे रहे हैं, नाल प्रभजीत सिंह जी ज्योति मंडाला। बई मित्रों सन्मान सरदार जी तुसी सन्मान कर दिओ, आपां मैदान दे नाल जुड़िए। प्राचे आलिया सब तो पहला ग्राउंड क्लीयर कर दी, आपां ग्राउंड क्लीयर कर दी। मैच उन्ना तक शुरू नहीं करवाउणा जिन्ना तक ग्राउंड क्लीयर नहीं होवेगे। इधर भगना मेरे हिसाब दे नाल मालवा टीवी ते भी कुछ गिनती ने किन्ने लोक लाइव जुड़े होणगे। बड़ा धन्नवाद है लाइव जुड़ियां दा। को साहब बैठ जाओ, सरदार जी दिओ मान सन्मान इन्हां प्लेयरां नूं साडे वीरां दी तरफों। आ डिडविंडी तो आईयां होईयां टीमां दे मान सन्मान नगद राशि दे नाल कीते जा रहे है। वीर प्रगट सेखो जापान वाले वीर ने अज दे मेरे वीर मखेड़ मेले की सेवा लई है, उस वीर दा धन्नवाद है। वीर कहिंदा आउंदे साल भी बाबे दी कृपा रही तां इसे तरह गह गडवे संजोग देंगे। वीर जारी है कहिंदे सुखजिंदर सिंह जी एस एच ओ साहब जलंधर वालियां दे नाल, दलीप सिंह दे नाल साडे जगदेव दे वीर ने अज दीआं टीमां दे सारे मान सन्मान करने हैं। दस दस सोने की मुंदरी नाल वड्डा मान सन्मान करना है। वीर प्रगट सेखों का धन्नवाद है। लो जेतू दे उप जेतू का वड्डा मान सन्मान किया जा रहा है। आओ मेरे मित्रों, आ खिलाड़ी अज दे टाइम का टॉप का धावी है मेरे वीरियो, कनेडा वाले न्यूजीलैंड वाले आ मुंडे नूं उड़ीकदे है। ये आ पंडाल दोने वाला टिड्डा मेरे वीरियो, टॉप का रेडर पेंदे पंडालां वल्लों खेडेगा। चितपाल चिट्टी वाला भी कहिंदे मेले लुट्टण वाला रेडर है, वह भी पुज्जा आया है। बजवां वाला सुखा आया होया है, ते नूर महल दे एरिए दा लखा चीमिया वाला भी पुज्जिया होया मेरे वीरियो। प्राची वाले सड़कां दे बैठ के जाके दिल्ली जवान बच्चे बजुर्ग सिर कड्डवे जवान, सड़कां दे बैठ के जाके दिल्ली जवान बच्चे बजुर्ग सिर कड्डवे जवान, कहिंदे हक लैके छड्डणे जे भावे लग जाण देण होर चार दिए नी कानून रद्द करवा के छड्डणे। ओ ठीक है किसान भराओ, गजदे जो बदल वांग वरदे जो। हेलो, जय जवान जय जवान जय किसान। मेरे को बड़ा वधिया शेर लेके दिता सी, इत्थे आजो गुरपिंदर जी थोड़ा का। ये वीर ने भी अपनी कलम के जरिए किसानां दे संघर्ष नूं समर्पित शेर किए हैं। सारे वीरां नूं बेनती आपां वध चढ़ के उन्हां किसानां दे नाल जुड़िए। हाँ जी वीर जी। वाहिगुरु जी का खालसा वाहिगुरु जी की फतेह। मैं समूह नौजवान कमेटी मंडाला साहब वालों आई हुई संगतां दा तह दिलों धन्यवाद करदा। जो किसानी संघर्ष चल रहा ये एक दो सतरा लिखिया प्रवान करनिया जे चंगिया लगिया तो ताड़ी जरूर मार दियो, तगड़े हो जाओ जे शेर हो जाए हक लैने, लड़ाई छिड़ गई यार जा पार दिए, बनिया जग उते मसाला कई करड़े सिर डगे दुनिया हार दिए, चक टूटे थोनू ए मंगन ला दू बड़ी कोजी नीति सरकार दी है। मंडाले वाले पग नू हाथ पाके राजधानी अणक नू पई वंगार दी है, राजधानी अणक नू पई वंगार दी है। चंडीगढ़ बैठा बाबा धरने च बन के बब्बर शेर, चारे पासों लिया पुलिस ने ओनू कई वरा घेर, कहिंदे उठ बाबा पिछो फुल अड रहा, बाबा कहिंदा मैं उन्ना चेर नहीं उठना जिन्ना चेर मेरे पुत धीआं सिंगू बढ़ रहा। आंदा तुसी एसी कमरिया विच बैठ के कानून बनाउंदे, असी धुप्पां विच उमरा गालियां ने बनाउण मंगते तुले तुसी अन्नदाता, नीतां दिसदियां सानू थोड़ियां कालियां ने, कितां सुट मंडी विच रोलदी वेख लईए, पुत्तां वांग जो फसलां पालियां ने ओ भी इतिहास साडे विचों निकले, जद 10 लाख नूं भाजड़ पाई चालियां ने
मंडाले वाले उदो जुलम की हद होई सी, सिंगा फेर ही चुकिया संतालिया ने, सिंगा फेर ही चुकिया संतालिया ने, सिंगा फेर चुकिया संतालिया ने। जदों हक ते सच की गल करते हैं ना फिर कुछ ना कुछ करना पैना मेरे वीरियो। एक होर प्रवान करो वीर मेरे, कुछ पलां की गलती तेरी भुगतेंगी कई सदिया, वेखी दिलिए वगना जावन लाल पानी दिया नदियां, सिर झुका के मन ले हारा यही तेरे लिए वधिया, नहीं जेड़ा साड़ी है कि चढ़ के नचिया फिर छड़िया नहीं असी कदिया, फिर छड़िया नहीं असी कदिया। वाहेगुरु जी का खालसा वाहेगुरु जी की फतेह। एक नारा वीर मेरे जरूर मारियो, किसान मजदूर एकता जिंदाबाद, वाहेगुरु जी का खालसा वाहेगुरु जी की फतेह। क्योंकि दिल्ली वाली जीत है वो सानू जितनी जरूरी है, जे आज जीत गए ना तो फिर कदे जिंदगी च आप हार नहीं सकते मेरे वीरियो, तो जे आज हार गए ना तो फिर कदे जिंदगी च जीत नहीं सकते, क्योंकि दिल्ली वाली जंग साडे लई बड़ी जितनी जरूरी है, बड़ी जितनी जरूरी है। अज बड़ा प्यार जिहड़ा है कबड्डी नूं दित्ता जा रहा है, बड़ा मान कबड्डी नूं दित्ता जा रहा है, गरीब जट खेत मजदूरां दी आवाज नूं उठाउण वाला कोई ना, नशियां दे हड़ विच डुब रहे पंजाब नूं बचाउण वाला कोई ना। सब मेरे वीरो सामने पासे कबड्डी दे वड्डे मल आए हुए है, अज दे मैच दा भी कोई तोड़ नहीं मेरे वीरो। माझे ते दुआबे दीआं चोटी दीआं टीमां, एक पासे साढ़े रिंकू पटवारी जी टीम लैके आए हुए है, दूसरे पासे भंडाला वाला सुखा भंडाल ते नाल मेरे वीरो सुखा डॉक्टर जंडियाले गुरु वाला टीम लैके आया हुआ है। जान पहचान करन दे वास्ते भाई साहब भाई गुरप्रीत सिंह जी गए सन, वह महापुरशां दा धन्नवाद है, गुरद्वारा प्रबंधक कमेटी सुखविंदर सिंह जी सोनी प्रधान, केवल सिंह जी, दविंदर सिंह जी लड्डू, दविंदर सिंह जी मैंबर पंचायत, सरदार सकत्तर सिंह जी, सरदार केर सिंह जी, बलजिंदर सिंह जी साबका सरपंच, होर भी नगर निवासियों का धन्यवाद है। साडे कोल रणजीत सिंह जी पटवारी कांगत पिंड तो आए हुए है, रणजीत सिंह जी पटवारी साहब जी आया नू कहिंदे आपां 2000 शिव तेनू फड़ा दिता है, जिहड़े चार रेडां पहलियां पैणगियां वह रेडा उत्ते 500 दिता जाएगा। साढ़े रणजीत सिंह जी पटवारी कंग पिंड वाले दसते बोलों वास्ते भी 500 रुपया दे रहे हैं, तो पहलिया चौवं रेडा उत्ते जो जफा लगता जाफी ना रेडर मान दिते जाएंगे। नाल दे जिहड़े वीर आए हुए खिडारियों के उन्होंने बेनती है पैसे फड़न वास्ते तैयार रहना, बड़े मान सम्मान दिते जाने हैं। बड़िया टीमों ने वड्डे संयोग ने साढ़े प्रगट सेखों सेखों वोचालिया जिन्हों का यार कहते दलीप सिंह ग्रेट खली अज के खेड मेले मुबारक दे रहा है, तो सुखजिंदर सिंह जी SHO साहब जलंधर आए ढेर सारिया मुबारक दे रहे हैं, बिल्ला गिल जी दीनेवाल खेड प्रमोटर मुबारक दे रहे हैं। एक पासे दुआबा दूसरे पासे माझा, भगवानपुर वर्सी ज पंडाल दोना के किताब तो हर किसी मिल जाती पर पढ़ना औखा है, मंजिल भी रब दे दिंदा पर मंजिल ते खड़ना औखा है, जेड़ा धरती नूं भुल जांदा ते कदानी समान विच चिर बाला, नाम जग ते बनाउणा नहीं सखाला, मेहनत बड़ी करनी पैंदी है, नाम जग ते बनाउणा नहीं सखाला, बड़ी मेहनत करनी पैंदी है। वकील बनना होवे ना ते ट्रक किताबा का पढ़ना पैंदा है, प्रवान बनना हो दो ट्रक खुराक दे खाने पैंदे आ, ये बड़ी तपस्या करनी पैंदी है। उधर वेखदा आ घोड़ा भी आ सामपुरे दी धरती दा, पर मनजीत व्यापारी दा पुत है, ते कबड्डी दे बाबा बोर कोच पहलवान किशन लाल जी मंदरा वाल ओहदा चंडिया, ते रमदास वाले सत्ते नूं माण है उस नौजवान ते, सामपुरिया घोड़ा भी खेड़ मैदान दे विच वड्डे मल है। मालवा TV.com लाइव कर रही है, एक पासे कहंदे टीम है भगवानपुर माझा, साडे काके वीर नूं माण है कहंदे जिहदा सरहारी साहब पिंड है USA विच वसदा है, जोधे कसाणे नूं भागोवाल दे खेड मेले विच 0.5 लाख की राशि नाल सन्मान किया सी, जोधे कसाणिया एक वड्डा होर ऐलान है
मनु ऑस्ट्रेलिया खेड प्रमोटर दे काका सरहारी साहब यूएसए वाला कहिंदा जोदे कसाले नूं आपां ट्रैक्टर दे नाल मान सम्मान देंगे जिहड़ा भी ट्रैक्टर कहू जोदे कसाले नूं ट्रैक्टर नाल मान सम्मान देंगे। लो मेरे मित्रों वड्डियां टीमां आमो सामने ने ते मैं धन्नवादी हाँ साढ़े सारे इलाका निवासियों का। रणजीत सिंह जी पटवारी कंग वाले कहिंदे पहलियां रेडां उत्ते 500 दे मान सम्मान दे रहे हैं। दर्शक वीरियो मेरे तो सज्जे पासे आ पंडाल दोना दबाबा जाफलैण विच कहिंदे मेजर है मुंडा कहिंदे गुजर मेरे वीरियो टॉप का जाफी है लखा चीमिया वाला मखण गुजर ते लखा चीमिया वाला सोनी पंडाला वाला ते छोटा सुखा पंडाल रेड पहली पिया सुखा आओ छोटा सुखा पंडाल वाला नाल हनी या पंडाल दोना वाला आओ नाल कहंदे खेड मैदान दे विच साडे सेवादारां नूं बेनती है वीर जी सेवादारां वल्लों बेनती है दर्शक वीरां नूं कि साइकिल स्टैंड दे विचों अपने मोटरसाइकिल भी जरूर प्राप्त कर लो नाल जोड़े घर दे विचों अपने जोड़े प्राप्त कर लो। धन्नवाद है पहला मुकाबला सिरे दा पहली रेड उत्ते ਇਹ ਉਸਤਾਦ ਜਾਂ ਫਿਰ ਰਿਸ਼ਪਾਲ ਬੋਲੀਆਂ ਵਾਲਾ ਉਹ ਸਿਰਾ ਲਾ ਗਿਆ ਮੇਰੇ ਵੀਰਿਓ ਪਹਿਲੀ ਰੇਡ ਬਾਜਵਾਂ ਵਾਲੇ ਸੁੱਖੇ ਦੀ ਹੈ ਕੋ ਸਭ ਸੁੱਖਾ ਰੁਕਦਾ ਨਹੀਂ ਹੁੰਦਾ ਪਰ ਉਸਤਾਦ ਨੇ ਡੱਕ ਲਿਆ ਹੁਣ ਕਬੱਡੀ ਕਹਿੰਦੇ ਪਾਉਣ ਦੇ ਵਾਸਤੇ ਕਬੱਡੀ ਦਾ ਤਾਜ ਮਹਿਲ ਯਾਨੀ ਕਿ ਭੂਰੀ ਬੂਲੇ ਨੰਗਲ ਪ੍ਰਾਚੇ ਵਾਲਿਆ ਛੇੜ ਕਹਾਣੀ ਭੂਰੀ ਆ ਗਿਆ ਬੂਰੇ ਨੰਗਲ ਦੀ ਧਰਤੀ ਦਾ ਲੰਡੀਆਂ ਜੀਪਾਂ ਦਾ ਜੇਤੂ ਆ ਇਹ ਬੁਲਟਾਂ ਦਾ ਜੇਤੂ ਆ ਆਓ ਵੇਖਾਂਗੇ ਜਿਹਨੇ ਕਬੱਡੀ ਪਾ ਦਿੱਤੀ ਖੇਡ ਮੈਦਾਨ ਦੇ ਵਿੱਚ ਭੂਰੀ ਬੂਰੇ ਨੰਗਲ ਵਾਲਾ ਆਓ ਵੇਖਾਂਗੇ ਬਾਪੂ ਜੀ ਉੱਠ ਪੋਥੋਂ ਬਾਪੂ ਜੀ ਸੱਟ ਵੀ ਉੱਥੇ ਲੱਗਦੀ ਜਿੱਥੇ ਸੇਕ ਨਹੀਂ ਦਿੱਤਾ ਜਾਂਦਾ ਸਵਾਰੀ ਆਪਣੇ ਸਮਾਨ ਦੀ ਆਪ ਪਿੱਛੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਰਿੰਕੂ ਪਟਵਾਰੀ ਜੀ ਪਹਿਲਾਂ ਰਿਸ਼ਪਾਲ ਨੇ ਜੱਫਾ ਲਾਇਆ 500 ਪੂਰੀ ਨੇ ਨੰਬਰ ਜੋੜ ਦਿੱਤਾ 500 ਇਹ ਸਾਡੇ ਪਟਵਾਰੀ ਸਾਹਿਬ ਮਾਨ ਸਨਮਾਨ ਕਰ ਰਹੇ ਹੈ ਜਿੱਤਪਾਲ ਚਿੱਟੀ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਉਹ ਜਿੱਤਪਾਲ ਦੀ ਕਬੱਡੀ ਆ ਖੇਡ ਮੈਦਾਨ ਦੇ ਵਿੱਚ ਆਓ ਜਮਾ ਉਦੋਂ ਨੰਗਲੀ ਹੈ ਕਾਲੀ ਲੋਪੋ ਕੇਲਾ ਤੇ ਨਾਲ ਵੇਖਾਂਗੇ ਰਸਪਾਲ ਬੋਲੀਆਂ ਦੀ ਧਰਤੀ ਦਾ ਮੰਨੇ ਪਰਮੰਨੇ ਬਿਹਤਰੀਨ ਚਾਹਣਾ ਪਰ ਕੁਝ ਗਿਲਵੇ ਸਿੱਕਵੇ ਨੰਬਰ ਰੇਡਰ ਦਾ ਪ੍ਰਾਚੇ ਵਾਲਿਆ ਰਣਜੀਤ ਸਿੰਘ ਜੀ ਪਟਵਾਰੀ ਕੰਗ ਪਿੰਡ ਵਾਲੇ ਆਖਦੇ ਸਨ ਪਹਿਲੀਆਂ ਰੇਡਾਂ ਉੱਤੇ ਪਹਿਲਾਂ 1000 ਭੂਰੀ ਦੇ ਵਾਸਤੇ 500 ਤੇ ਰਿਸ਼ਪਾਲ ਬੋਲੀਆਂ ਵਾਸਤੇ 500 ਤੇ ਆ ਰੇਡਰ ਦੇ ਵਾਸਤੇ ਵੀ 500 ਆ ਕੋਚ ਸਾਹਿਬ ਫੜਿਓ ਅਜੇ ਡਿਡਵਿੰਡੀ ਜੀ ਆ ਰੇਡਰ ਵਾਸਤੇ 500 ਸਾਡੇ ਪਟਵਾਰੀ ਨੇ ਰਣਜੀਤ ਸਿੰਘ ਜੀ ਕੰਗ ਉਹਨਾਂ ਨੇ ਮਾਣ ਆ ਰੇਡ ਉੱਤੇ ਵੀ 500 ਪ੍ਰਾਚੀ ਵਾਲਾ ਕਰੀ ਗੱਲ ਰੇਡਰ ਦਾ ਨਾਂ ਦੱਸੀ ਲਓ ਜੋਧਾ ਨਾਮ ਆ ਤੇ ਕੱਸ ਪਿੰਡ ਹੈ ਸਨੌਜਮਾਨ ਗੱਭਰੂ ਦਾ ਜਿਹਨੇ ਕਬੱਡੀ ਪਾ ਦਿੱਤੀ ਆ ਮੇਰੇ ਵੀਰੋ ਹਨੀ ਪੰਡਾਲ ਦੋਨੇ ਵਾਲੇ ਨੇ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਕਹਿੰਦੇ ਸੰਦੀਪ ਦੀ ਬਿਸਰ ਕਹਿੰਦੀ ਹੈ ਕਿ ਰੇਡਰ ਦੇ ਹਿੱਸੇ ਧਾਵੀ ਦੇ ਹਿੱਸੇ ਜੁੜਦਾ ਹੈ ਲਾ ਵੀ ਇੱਕ 500 ਦਾ ਨੋਟ ਜਿਹੜਾ ਹੈ ਸਾਡੇ ਰਣਜੀਤ ਸਿੰਘ ਜੀ ਪਟਵਾਰੀ ਕੰਗ ਸਾਹਿਬ ਪਹਿਲੀਆਂ 4 ਰੇਡਾਂ ਦੇ 2000 ਤੁਹਾਡਾ ਕਲੀਅਰ ਹੋ ਗਿਆ ਹੈ ਧੰਨਵਾਦ ਆ ਬੜੇ ਮਾਣ ਸਨਮਾਨ ਕੀਤੇ ਹੈ ਹੁਣ ਗੱਲ ਗਰਾਊਂਡ ਦੇ ਵਿੱਚ ਕਰੀਏ ਮੇਰੇ ਮਿੱਤਰੋ ਰਾਜਾ ਪੰਡਾਲ ਦੋਨੇ ਵਾਲਾ ਵੱਡਾ ਮੱਲ ਹੈ ਮੇਰੇ ਵੀਰਿਓ ਪਰ ਦੂਸਰੇ ਪਾਸੇ ਪ੍ਰਿੰਸੀਪਲ ਨਵਤੇਜ ਸਿੰਘ ਦੀ ਫੈਸਲੇ ਵਿਸਲ ਕਰਦੀ ਹੈ ਨੰਬਰ ਭਗਵਾਨਪੁਰ ਦਾ ਰੇਡ ਪਾਉਣ ਦੇ ਵਾਸਤੇ ਬਾਬੇ ਬਕਾਲੇ ਦੀ ਧਰਤੀ ਦਾ ਸਾਜਨ ਕਿ ਤੂੰ IPL ਦੇਖਣ ਦੀ ਸ਼ਕੀਨ ਕੁੜੀਏ ਅਸੀਂ ਕਬੱਡੀ ਦੇ ਕੱਪ ਦੇਖੀ ਦੇ ਤੂੰ ਆਨਲਾਈਨ ਰਹਿਨੀ ਹੈ ਫੇਸਬੁੱਕ ਵਟਸਐਪ ਉੱਤੇ ਅਸੀਂ ਵਿੱਚ ਗਰਾਉਂਡਾਂ ਪਿੰਡੇ ਸੇਕੀ ਦੇ ਤੂੰ ਲਾਈਕ ਕਰਦੀ ਆ ਲੰਮੇ ਛਿੱਕੇ ਨੂੰ ਜੱਟ ਸੌਂਕੀ ਉਹ ਜੱਫੇ ਨਰਾਲੇ ਦਾ ਜੇ ਤੂੰ ਫੈਨ ਆ ਮਹਿੰਦਰ ਸਿੰਘ ਧੋਨੀ ਦੀ ਜੱਟ ਫੈਨ ਆ ਜਲਾਲਪੁਰੀਏ ਪਾਲੇ ਦਾ ਜੱਟ ਫੈਨ ਆ ਜਲਾਲਪੁਰੀਏ ਪਾਲੇ ਦਾ ਰਿੰਕੂ ਪਟਵਾਰੀ ਜੋ 2000 ਪਹਿਲੀਆਂ 4 ਰੇਡਾਂ ਤੇ ਉਹ ਫੈਸਲੇ ਹੋ ਗਏ ਹੈ ਰਣਜੀਤ ਸਿੰਘ ਜੀ ਉਹ ਹਿਸਾਬ ਕਿਤਾਬ ਕਲੀਅਰ ਕਰ ਦਿੱਤਾ ਹੈ ਦਾਸ ਵਾਸਤੇ ਵੀ ਬੜੇ ਮਾਣ ਸਨਮਾਨ ਰਣਜੀਤ ਸਿੰਘ ਜੀ ਪਟਵਾਰੀ ਕੰਗਾ ਪਿੰਡ ਵਾਲਿਆਂ ਨੇ ਮਾਣ ਕੀਤੇ ਹੈ ਅੱਜ ਦਾ ਕਹਿੰਦੇ ਵੱਡਾ ਖੇਡ ਮੇਲਾ ਤੇ ਵੱਡੇ ਸਟਾਰ ਪੁੱਜੇ ਹੈ ਆ ਪੰਡਾਲ ਦੋਨੇ ਵਾਲਾ ਟਿੱਡਾ ਉਡੂ ਉਡੂ ਕਰਦਾ ਹੈ ਬੜੀ ਫੁਰਤੀ ਹੈ ਲੋਪੋਕੇ ਵਾਲਾ ਕਾਲੀ ਟਰਾਈ ਕਰਦਾ ਤੇ ਨੰਬਰ ਰੇਡਰ ਦਾ ਉਹ ਨੰਬਰ ਧਾਵੀ ਦਾ ਅਗਲੀ ਰੇਡ ਘੋੜਾ ਚੱਲਿਆ ਸਾਂਪਰੇ ਵਾਲਾ ਪਾਉੜਾ ਉਧਰ ਸਾਹ ਪੰਡਰ ਕੈਨੇਡਾ ਹਰਜੀਤ ਗਿੱਲ ਡੈਨਮਾਰਕ ਹੈਰੀ ਮੁੰਡੀ ਕਰਾਲ USA ਕਹਿੰਦੇ ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ ਆਪਾਂ ਉਸ ਕੰਮ 'ਚ ਕੋਕੇ ਜਰ ਦਈਏ ਜੋ ਦੁਨੀਆ ਕਹਿੰਦੀ ਇਹ ਨਹੀਂ ਹੋਣਾ ਉਹ ਜੋ ਦੁਨੀਆ ਕਹਿੰਦੀ ਇਹ ਨਹੀਂ ਹੁੰਦਾ ਸਾਹ ਪੰਡਰ ਕੈਨੇਡਾ ਤੋਂ ਉਹ ਵੀ ਭਰਾ ਕਹਿੰਦੇ ਲਾਈਵ ਜੁੜਿਆ ਹੋਇਆ ਮੈਂ ਦਿਲੋਂ ਧੰਨਵਾਦ ਕਰਾਂਗਾ ਪਰ ਘੋੜੇ ਨੇ ਕਹਿੰਦੇ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਅਗਲੀ ਰੇਡ ਸੁੱਖਾ ਆ ਗਿਆ
ਬਾਜਵਾ ਵਾਲਾ ਕਬੱਡੀ ਪਾਉਣ ਦੇ ਲਈ ਹੁਰਲੀ ਕੰਨੀ ਤੇ ਕਾਲੀ ਆ ਲੋਪੋ ਕੇਵਲਾ ਪਰਲੀ ਕੰਨੀ ਦੇ ਗੁੱਲ ਆ ਸਦਮਾ ਵਾਲਾ ਨਾਲ ਰਸਪਾਲਾ ਬੌਲੀਆਂ ਵਾਲਾ ਤੇ ਨਾਲ ਜੰਮਾ ਉਤੋਂ ਨੰਗਲੀਆ ਮੇਰੇ ਵੀਰੋ ਆ ਦੁਨੀਆ ਦੀ ਬਿਹਤਰੀਨ ਚੈਨ ਆ ਕੌਣ ਜਾਫੀ ਕੌਣ ਸ੍ਰੀਮਾਨ ਦਾ ਸ਼ੇਰ ਪੁੱਤ ਕੀਲ ਕੇ ਪਟਾਰੀ ਵਿੱਚ ਪਾਵੇਗਾ ਪਰ ਆ ਬਾਜਵਾ ਵਾਲਾ ਸੁੱਖਾ ਨੰਬਰ ਜੋੜ ਗਿਆ ਦੇਖ ਪ੍ਰਾਚੇ ਵਾਲਿਆ ਜਾਫ ਲੈਣ ਕਾਦੀ ਐ ਕੰਧ ਕੱਢੀ ਹੋਈ ਐ एक लखा चीमिया वाला कनेडा अमेरिका में बहुत तगड़ा खेलता है पर जड़ा रेडर रेड पाउण दी गया इहदा जिगरा बड़ा मेरे वीरो मत्ता जफर वालिया ते आ चीमिया वाला ए आ चीमिया वाला नूर महल दे एरिए दा लखा के लखा दी गल करदा गाजीपुर दा लखा जी खाली हथ गुरलाल कदे नहीं पिछे मुड़दा जी बाजे खाने जमिया हरजीत बरारा दे खेडण योरा नाल कबड्डी पुत सरदारा दे पुत सरदारा दे आ मुंडेरा जिले जलंधर विच चिट्टी पिंड है ए आ चितपाल चिट्टी चार जाफी टॉप दे ने इक कनी ते लोपो के दा काली आ जाफी इस मैच दा पहला जफा लाउण वाला ए आ बोलियां वाले बलदेव सिंह दा पुत्र छपाल बोलियां दा ते मां दा चित्तू नंबर जोड़ गया है लोपो के वाले निर्मल दियां तीन रेडा 1000 दिया हर्ष सेखो जी जो प्रगट सेखो दे भतीजे ने उन्होंने मान सम्मान ला दिता कहिंदे घोड़े दी कबड्डी है ओ लखा ट्राई करदा सी मेरे वीरो चीमिया वाला पर पैंट रेडर दे हिस्से धावी दे हिस्से है अगली रेड कहिंदे राजा ओ पंडाल दोने वाला कबड्डी पाउंदे ने वादा होया मेरे वीरो कौन दा फी जफा लवेगा कदे सज्जे कदे खब्बे वध के ट्राई करदा उधर हरिंदरपाल ਟਿੱਕਾ ਨਾਰਵੇ ਤੋਂ ਉਹ ਧਾਕਰ ਪ੍ਰਮੋਟਰ ਲਾਈਵ ਜੁੜਿਆ ਹੈ ਪਰ ਆ ਵੇਖਾਂਗੇ ਆ ਬੱਲੇ ਬੱਲੇ ਹੁੰਦੀ ਐ ਬਿਨਾ ਢੋਲ ਤੋਂ ਭੰਗੜੇ ਪੈਂਦੇ ਐ ਹਲੇ ਤਾਂ ਸ਼ੁਰੂਆਤ ਐ ਯਾਰ ਪ੍ਰਾਚੇ ਵਾਲਿਆ ਸਵਾਦ ਆਉਣ ਲੱਗ ਪਿਆ ਨਾ ਦੇਖੀ ਗਾਂਗਾ ਹੁੰਦਾ ਕੀ ਕਿ ਹਜੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਤਾਜ ਦੀਆਂ ਬੜੀਆਂ ਲੰਮੀਆਂ ਰਾਹਾਂ ਨੇ ਸਰਤਿੰਦਰ ਤੋਂ ਸਰਤਾਜ ਦੀਆਂ 1000 ਦੀ ਪਹਿਲੀ ਤਿੰਨ ਰੇਡਾਂ ਤੇ ਹਰਸ਼ ਸੇਖੋਂ ਪ੍ਰਗਟ ਸੇਖੋਂ ਸੇਖੋਂ ਵੋਚ ਵਾਲਿਆਂ ਦੇ ਭਤੀਜੇ ਨੇ ਬੋਲ ਦਿੱਤਾ ਹੈ ਕਿ ਜਫਾ ਲੱਗਦਾ ਜਾਫੀ ਨੂੰ ਨਹੀਂ ਤਾਂ ਰੇਡਰ ਨੂੰ ਰੇਡਰ ਕਹਿੰਦੇ ਲੋਪੋ ਕੇ ਵਾਲਾ ਨਿਰਮਲ ਕਬੱਡੀ ਦਾ ਵੱਡਾ ਮਲ ਮੱਖਣ ਗੁੱਜਰ ਨੇ ਟਰਾਈ ਕੀਤੀ ਤੇ ਨਿਰਮਲ ਮੱਖਣ ਗੁੱਜਰ ਨਹੀਂ ਜਫਾ ਲਾ ਸਕਿਆ ਆ ਵਾ ਲੋਪੋ ਕੇ ਵਾਲਾ ਨਿਰਮਲ ਮੇਲੇ ਵੀਰੋ ਕੈਰੋਂ ਦੇ ਕਬੱਡੀ ਕੱਪ ਦੇ ਵਿੱਚੋਂ ਉਹ ਲੰਡੀ ਜੀਪ ਜਿੱਤੀ ਇਸ ਨੌਜਵਾਨ ਨੇ ਫਿਰ ਸਕਾਰਪੀਓ ਦੇ ਨਾਲ ਕਹਿੰਦੇ ਮਨੋ ਭਗਵਾਨ ਪੁਰੀਏ ਨੇ ਵੱਡਾ ਮਾਣ ਸਨਮਾਨ ਕੀਤਾ ਅੱਜ ਵੱਡਾ ਮੈਚ ਕਬੱਡੀ ਦਾ ਵੱਡਾ ਮੈਚ ਹੈ ਆ ਹੈ ਟਿੱਡਾ ਪੰਡਾਲ ਦੋਨਿਆਂ ਵਾਲਾ ਕੋਡੀ ਕੋਡੀ ਕਰਦਾ ਹੋਇਆ ਕੋਡੀ ਕੋਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਪ੍ਰਿੰਸੀਪਲ ਨਵਤੇਜ ਸਿੰਘ ਦੀ ਵਿਸਲ ਫੈਸਲੇ ਕਰਦੀ ਨੰਬਰ ਰੇਡਰ ਦਾ ਆ ਮੁੰਡੇ ਨੇ ਕਹਿੰਦੇ ਜੋਤੀ ਮੰਡਾਲਾ ਜੀ ਸਾਡੇ ਵੀਰ ਜਗਦੇਵ ਮੰਡਾਲਾ ਜੀ ਇੱਕ ਲੰਡੀ ਜੀਪ ਜਿੱਤੀ ਭੇਟਾਂ ਤੋਂ ਇੱਕ ਟਰੈਕਟਰ ਜਿੱਤਿਆ ਸਠਿਆਲੇ ਦੇ ਕੱਪ ਤੋਂ ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਇਹ ਬੂਲੇ ਨੰਗਲ ਦਾ ਪੂਰੀ ਰੇਡ ਪਾ ਰਿਹਾ ਤੇ ਦੂਸਰੇ ਪਾਸੇ ਫੈਸਲਾ ਸੰਦੀਪ ਬਤਾਲੇ ਦੀ ਵਿਸਲ ਨੇ ਕਰਨਾ ਹੈ ਨੰਬਰ ਜਿਹੜਾ ਭਗਵਾਨਪੁਰ ਦਾ ਅਗਲੀ ਕਬੱਡੀ ਕਹਿੰਦੇ ਸ਼ਾਹਕੋਟ ਦੇ ਏਰੀਏ ਦਾ ਇਹ ਆ ਕਹਿੰਦੇ ਬਜਵਾ ਵਾਲਾ ਸੁੱਖਾ ਪ੍ਰਾਚੇ ਵਾਲਿਆ ਘਰ ਘਰ ਮੁੰਡੇ ਦੀ ਬਜਵਾ ਵਾਲਾ ਸੁੱਖਾ ਕਬੱਡੀ ਪਾਉਣ ਦੇ ਲਈ ਆ ਗਿਆ ਸਰੀਰ ਵੇਖ ਕੇ ਭੁੱਖ ਲੈਂਦੀ ਆ ਮੁੰਡੇ ਦੇ ਸਰੀਰ ਵੇਖਿਆ ਪਤਾ ਲੱਗਦਾ ਕਿ ਮੁੰਡਾ ਮਿਹਨਤ ਲਾਉਂਦਾ ਸਰੀਰ ਵੇਖ ਕੇ ਪਤਾ ਲੱਗ ਜਾਂਦਾ ਕਿ ਬੰਦਾ ਮਿਹਨਤ ਲਾਉਂਦਾ ਜਾਂ ਬੰਦਾ ਸੂਟਾ ਲਾਉਂਦਾ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਇਧਰਲੇ ਪਾਸੇ ਆ ਗੁੱਜੇ ਪੀਰ ਵਾਲਾ ਮੱਤਾ ਸੀ ਪਰ ਟੈਕਨੀਕਲ ਪੁਆਇੰਟ ਰੇਡਰ ਦਾ ਸਰਦਾ ਸਾਰਾ ਕਿ ਪੁਆਇੰਟ ਰੇਡਰ ਦਾ ਆ ਗਿਆ ਕਸਾਂ ਵਾਲਾ ਯੋਧਾ ਚਿਹੇਤਾ ਕਹਿੰਦੇ ਕਾਕੇ ਸਰਹਾਰੀ ਸਾਹਿਬ USA ਵਾਲੇ ਦਾ ਮਨੂ ਆਸਟ੍ਰੇਲੀਆ ਵਾਲੇ ਦਾ ਚਿਹੇਤਾ ਕਹਿੰਦੇ ਜੱਗਾ ਇਹ ਅੱਜ ਕਹਿੰਦੇ ਜੋਧਾ ਕਸਾਂ ਵਾਲਾ ਤੇਜ ਤਰਾਰ ਧਾਵੀ ਕਬੱਡੀ ਕਬੱਡੀ ਕਰਦਾ ਹੋਇਆ ਔਲਖਾ ਵਾਲੇ ਬਾਊ ਕੋਚ ਦਾ ਤਰਾਸਿਆ ਹੋਇਆ ਮਾਣ ਕਰਦੇ ਆ ਜਿੰਦਰ ਮੇਰੇ ਵੀਰਿਓ ਬੁੱਟਰ ਜੀ ਮਾਣ ਕਰਦੇ ਆ ਸੇਵਾ ਸਿੰਘ ਜੀ ਰੰਧਾਵੇ ਕੈਨੇਡਾ ਵਾਲੇ ਜਿਨ੍ਹਾਂ ਦੀ ਬਦੌਲਤ ਕੈਨੇਡਾ ਬਹੁਤ ਤਗੜਾ ਖੇਡਿਆ ਜੋਧਾ ਕਸਾਂ ਵਾਲਾ ਰੇਡ ਪਾਉਣ ਦੀ ਚਿਤਪਾਲ ਚਿੱਟੀ ਆ ਗਿਆ ਮੁੰਡੇ ਦਾ ਲਾਲ ਸੁਹਾ ਗੱਭਰੂ ਦਾ ਰੰਗ ਹੈ ਕਿ ਤੇਰਾ ਰੂਪ ਸੰਧੂਰੀ ਅੰਬ ਵਰਗਾ
के टिप टिप करके चोजूगा ये चित पाला चिट्टी वाला उधर गुरप्रीत दियोर जरा यूएसए तो लाइव जुड़िया है साडा भरा ਬਿੱਠਵਾ ਪਿੰਡ ਵਾਲਾ ਉਹ ਗੁਰਪ੍ਰੀਤ ਦਿਓਰ ਮੇਰੇ ਵੀਰਿਓ ਉਹ ਵੀ ਕਹਿੰਦੇ ਵੱਡਾ ਖੇਡ ਪ੍ਰਮੋਟਰ ਆ ਪਰ ਆ ਵੇਖਾਂਗੇ ਉਹ ਚਿੱਤਪਲ ਚਿੱਟੀ ਤੇ ਜਮਾ ਉਦੋ ਨਗਰੀਆਂ ਨਹੀਂ ਜੱਥਾ ਲਾ ਸਕਿਆ ਤੇ ਪੁਆਇੰਟ ਰੇਡਰ ਦਾ ਨਿਰਮਲ ਦੀਆਂ ਦੋ ਰੇਡਾਂ ਰਹਿੰਦੀਆਂ 1000 ਹਰਸ਼ ਸੇਖੋ ਕਹਿੰਦਾ ਇਧਰਲੇ ਪਾਸੋਂ ਵੀ ਕੋਈ ਰੇਡਰ ਸ਼ਿਵ ਚੁਣਦਾ ਹੈ ਲੈ ਵੀ ਟਿੱਡੇ ਪੰਡਾਣਾ ਵਾਲਿਆ ਤੇਰੀਆਂ ਅਗਲੀਆਂ 3 ਰੇਡਾਂ 1000 ਦੀਆਂ ਮੇਰੇ ਵੀਰਿਓ ਹਰਸ਼ ਸੇਖੋ ਤੇ ਪ੍ਰਗਟ ਸੇਖੋ ਜੀ ਜਾਪਾਨ ਦੇ ਵਿੱਚ ਸੇਖੋ ਵੋਚ ਵਾਲਿਆਂ ਦਾ ਬ੍ਰਾਂਡ ਬਹੁਤ ਵੱਡਾ ਹੈ ਅੱਜ ਦੇ ਵੱਡੇ ਸੰਯੋਗੀ ਨੇ ਇੱਧਰ ਬਾਬੇ ਬਕਾਲੇ ਵਾਲੇ ਸਾਜਨ ਦੀ ਰੇਡ ਉੱਤੇ ਪੰਡਾਲ ਦੋਨੇ ਵਾਲਾ ਸੋਨੀ ਬਹਿ ਜਾ ਕਰਾ ਗਿਆ ਹੈ ਨੰਬਰ ਜਾਫੀ ਦਾ ਅਗਲੀ ਕਬੱਡੀ ਰਾਜੇ ਦੀ ਤੇ ਰਾਜਾ ਪੰਡਾਲਾ ਵਾਲਾ ਕਬੱਡੀ ਪਾਉਣ ਦੇ ਲਈ ਚੱਲਿਆ ਇੱਧਰ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕੌਮ ਦੇ ਮਹਾਨ ਯੋਧੇ ਹੋਏ ਆ ਉਸ ਯੋਧੇ ਦਾ ਅੱਜ ਵੀ ਜਾ ਕੇ ਦਿੱਲੀ 'ਚ ਨਾਂ ਲਾ ਦਈਏ ਨਾ ਤੇ ਲਾਲੇ ਕੁਰਸੀਆਂ ਮੇਜ਼ਾਂ ਦੇ ਥੱਲੇ ਵੜ ਜਾਂਦੇ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕੌਮ ਦੇ ਮਹਾਨ ਯੋਧੇ ਪਰ ਆਹ ਮੁੰਡਾ ਰਾਜਾ ਪੰਡਾਲਾ ਵਾਲਾ ਰਾਜਾ ਪਰ ਆਹ ਮੁੰਡਾ ਸੀ ਗੋਲਾ ਸੱਤਵਾਂ ਵਾਲਾ ਨਹੀਂ ਜੱਥਾ ਲਾ ਸਕਿਆ ਘੋੜੇ ਦੀ ਕਬੱਡੀ ਆ ਯੋਧਿਆਂ ਵਾਲਿਆ ਇਹ ਆ ਘੋੜਾ ਸ਼ੁਰੂ ਦੇ ਵਿੱਚ ਲੱਡੂ ਜੀ ਸਰਦਾਰ ਦਵਿੰਦਰ ਸਿੰਘ ਜੀ ਲੱਡੂ ਜੀ ਨੇ ਕਹਿੰਦੇ ਸਕੂਟਰ ਜਿੱਤੇ ਫਿਰ ਸੋਨੇ ਦੀਆਂ ਮੁੰਦੀਆਂ ਅੱਜ ਕੱਲ ਮੋਟਰਸਾਈਕਲ ਜਿੱਤਦਾ ਘੋੜਾ ਰਮਦਾਸ ਵਾਲਾ ਦੇਖੋ ਲਸ਼ ਲਸ਼ ਕਰਦਾ ਸਰੀਰ ਹੈ ਕਿ ਜਿੰਮਾਂ ਵਿੱਚ ਜਾ ਕੇ ਮੁੰਡੇ ਮਸਲ ਬਣਾਉਂਦੇ ਨੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਧੁੰਮਾਂ ਪਾਉਂਦੇ ਨੇ ਕਈ ਵਿੱਚ ਪੰਜਾਬ ਦੇ ਕਰਦੇ ਦੇਖੇ ਕਮਾਲ ਬਈ ਵਿੱਚ ਸਟਾਰਾਂ ਨਾ ਆਉਂਦਾ ਮਿਹਨਤ ਨਾਲ ਬਈ ਸਾਡਾ ਹਰਸ਼ ਸੇਖੋ ਕਹਿੰਦਾ ਟਿੱਡੇ ਦੀਆਂ 3 ਰੇਡਾਂ 1000 ਦੀਆਂ ਹਰਸ਼ ਸੇਖੋ ਜੀ ਉਧਰ ਸੇਖੋ ਦੇ ਪਤੀਆਂ ਦੀ 3 ਰੇਡਾਂ ਉਹ ਵੱਡੇ ਮਾਇਆ ਦੇ ਗੱਫੇ ਲਾ ਰਿਹਾ ਭਰਾ ਮੈਂ ਦਿਲੋਂ ਧੰਨਵਾਦ ਕਰਾਂਗਾ ਉਧਰ ਪ੍ਰਗਟ ਸੇਖੋ ਸਾਡਾ ਭਰਾ ਉਹ ਜਿਹੜਾ ਪੱਕੇ ਤੌਰ ਤੇ ਕਹਿੰਦੇ ਜਾਪਾਨ ਦਾ ਵਸਿਆ ਉਹ ਜਾਪਾਨ ਦਾ ਵਸਿਆ ਆ ਮੁੰਡੇ ਦਾ ਕਹਿੰਦੇ ਜੱਫਰਵਾਲ ਪਿੰਡ ਆ ਤੇ ਮੱਤਾ ਕਹਿੰਦੇ ਸੀ ਨੌਜਵਾਨ ਨੂੰ ਮੇਰੇ ਵੀਰੋ ਮਹਿਤਾਬ ਸਿੰਘ ਮੱਤੇ ਜੱਫਰਵਾਲ ਵਾਲ ਦੀ ਕਬੱਡੀ ਆ ਇੱਕ ਕੰਨੀ ਦੇ ਉੱਤੇ ਕਹਿੰਦੇ ਹਣੀ ਆ ਪੰਡਾਲ ਦੋਨੇ ਵਾਲਾ ਪਰਲੀ ਕੰਨੀ ਦੇ ਸੁੱਖਾ ਆਹ ਦੂਜੀ ਕੰਨੀ ਦੇ ਵੇਖਾਂਗੇ ਖੇਡ ਮੈਦਾਨ ਦੇ ਵਿੱਚੋਂ ਆ ਕੌਣ ਆ ਇਹ ਲੱਖਾਂ ਚੀਮਿਆਂ ਵਾਲਾ ਆਹ ਲੱਖਾਂ ਚੀਮਿਆਂ ਵਾਲਾ ਬਾਰਡਰਲੈਂਡ ਦੇ ਕੋਲ ਪਰ ਪੁਆਇੰਟ ਰੇਡਰ ਦਾ ਗੱਲ ਸੁਣ ਬਾਰਡਰ ਦੀ ਇਹ ਸਰਹੱਦੇ ਨਾ ਸੱਜੇ ਹੋਈ ਨਾ ਖੱਬੇ ਹੋਣੀ ਬੜੀ ਖਰਾਬੀ ਆ ਬੰਬ ਇਧਰ ਡਿੱਗੇ ਜਾ ਉਧਰ ਡਿੱਗੇ ਮਰਨੇ ਪੁੱਤ ਪੰਜਾਬੀ ਆ ਹਾਂ ਮਰਨੇ ਪੁੱਤ ਪੰਜਾਬੀ ਆ ਆ ਰੇਡਰ ਕਹਿੰਦੇ ਟੌਪ ਦਾ ਰੇਡਰ ਅੱਜ ਦੇ ਟਾਈਮ ਦਾ ਬੜੀ ਦੂਰ ਤੋਂ ਚੱਲ ਕੇ ਆਇਆ ਸ਼ਾਹਕੋਟ ਦੇ ਏਰੀਏ ਦਾ ਇਹ ਆ ਕਹਿੰਦੇ ਮੇਹਰਦੀਨ ਦੇ ਏਰੀਏ ਦਾ ਸੁੱਖਾ ਬਜਵਾ ਵਾਲਾ ਰੇਡ ਪਾ ਕੇ ਨੰਬਰ ਦਾ ਵਾਧਾ ਕਰਦਾ ਹੋਇਆ ਉਹ ਸਾਹਮਣੇ ਘੋੜੇ ਦੀ ਕਬੱਡੀ ਹੈ ਅੱਜ 15 ਅਗਸਤ ਆ ਅੱਜ 15 ਅਗਸਤ ਤੇ ਜਸ਼ਨ ਮਨਾਏ ਜਾਂਦੇ ਆ ਉਹ ਜ਼ਾਲਮ ਸਰਕਾਰਾਂ ਵੱਲੋਂ ਕਿਉਂਕਿ ਪੰਜਾਬ ਵੰਡਿਆ ਗਿਆ ਉਹ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ 1947 ਨੂੰ ਹੋਇਆ ਕਿ 1947 ਨੂੰ ਹੋਇਆ ਦੋ ਫਾੜ ਲੁੱਟਿਆ ਲੁੱਟ ਕੇ ਮਾਰ ਮਕਾਇਆ ਬਾਕੀ ਦਿੱਤਾ ਸਾੜ ਬੰਦ ਦਿੱਤੇ ਪਾਣੀ ਗਹਿਰਾ ਰਾਵੀ ਤੇ ਝਨਾਬ ਦੇ ਉਜੜ ਉਜੜ ਕੇ ਬਸਣਾ ਲਿਖਿਆ ਲੇਖਾਂ ਚ ਪੰਜਾਬ ਦੇ ਉਜੜ ਉਜੜ ਕੇ ਵਸਣਾ ਲਿਖਿਆ ਲਿਖਿਆ ਵਿੱਚ ਪੰਜਾਬ ਦੇ ਜਿਹੜੇ ਕਿਸਾਨ ਵੀਰ ਦਿੱਲੀ ਹਲੇ ਵੀ ਡਟੇ ਹੋਏ ਐ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਅਰਦਾਸ ਕਰਦੇ ਹਾਂ ਸਾਡੇ ਪਰਸਨ ਸੀ ਮੰਡਿਆਲ ਪਰਸਨ ਜੀ ਅਸਟਰੀਆ ਵਾਲੇ ਤੇ ਲਾਡੀ ਜੀ ਡਬਈ ਵਾਲੇ ਆਏ ਹੋਏ ਐ ਕਿਸਾਨੀ ਸੰਘਰਸ਼ ਜੋ ਸਿੱਧੇ ਇੱਥੇ ਆਏ ਹੋਏ ਉਹਨਾਂ ਦਾ ਧੰਨਵਾਦ ਹੈ ਕਬੱਡੀ ਨੂੰ ਪਿਆਰ ਕਰਦੇ ਐ ਪਰਸਨ ਜੀ ਅਸਟਰੀਆ ਵਾਲਿਓ ਆ ਜਾਫੀ ਮੈਤੇ ਦੇ ਲਾਗੋਂ ਮਲਕ ਨੰਗਲ ਪਿੰਡ ਦੇ ਦਲਵੀਰ ਸਿੰਘ ਦਾ ਪੁੱਤ ਹੈ ਜੰਮਾ ਉਦੋਂ ਨਿੰਗਲੀਆ ਮੇਰੇ ਵੀਰੋ ਜੱਫਾ ਲਾ ਕੇ ਬਹਿ ਜਾ ਕਰਾ ਗਿਆ ਨਿਰਮਲ ਲੋਪੋਕੇ ਦੀਆਂ 3 ਰੇਡਾਂ ਤੇ 1000 ਹੈ ਤੇ ਤਿੰਨਾਂ ਵਿੱਚੋਂ ਦੂਜੀ ਰੇਡ ਪਾਉਣ ਲਈ ਨਿਰਮਲ ਤਿਆਰ ਹੈ ਇਹ ਪਿਆਰ ਸਾਡੇ ਹਰਸ਼ ਸੇਖੋ ਪ੍ਰਗਟ ਸੇਖੋ ਦੇ ਮੇਰੇ ਵੀਰੋ ਭਤੀਜੇ ਨੇ ਮਾਣ ਸਨਮਾਨ ਦੇਣਾ ਹੈ ਲਓ 1000 ਦੀ ਦੂਜੀ ਰੇਡ ਲੋਪੋਕੇ ਵਾਲਾ ਨਿਰਮਲ ਵਾਲੇ ਨਿਰਮਲ ਦੀ ਹੈ ਆ ਦੂਜੀ ਹੈ 1000 ਦੀ ਓਏ ਇਹ ਲੋਪੋਕੇ ਵਾਲਾ ਉਹ ਬਾਗਾ ਬਾਰਡਰ ਦੇ ਲਾਗੋਂ ਆਇਆ ਮੇਰੇ ਵੀਰੋ ਇੱਕੋ ਜਿਹਾ ਰੰਗ ਹੋ ਜੇ ਮੁੜ ਕੇ ਰੁਪਈਆਂ ਦਾ ਲੈਣ ਦੇਣ ਹੋ ਜੇ ਸਾਡੇ ਦਾਤੀਆਂ ਤੇ ਕਈਆਂ ਦਾ ਮੋਗੇ ਵਾਲੀ ਮੰਡੀ ਵਿੱਚ ਵੈੜ ਕਾ ਪਸ਼ੌਰ ਦਾ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਕਰੀ ਕਿਤੇ ਮੇਲ ਮੋਲਾ ਦਿੱਲੀ ਤੇ ਲਾਹੌਰ ਦਾ
आ गया जलंधरी है चितपाल चिट्टी उडू उडू कर दी जवानी फुरती है लोड़े दी हाथ ला के भजे जिवें हां कोई वरोले दी बल्ले 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 नंबर दुआबे दा पंडाल दोने दा मेरे वीरियो जोधिया वालिया संदीप साडा वीर पक्के तौर ते यूरोप जा बसया यूरोप जा बसया ते भरा ने दोनों बुलारियां दे लई 500 भेजिया संदीप दा दिल दरिया वा ते यूरोप रहिंदा जिहदे भरा करके कबड्डी लखां दी आ ओ जिहदे भरा करके कबड्डी करोड़ां दी आ अज इहनां भरावां करके लख लख मुल पैंदा कल्ली कल्ली वेड़दा हां जी जिंद नाल जिहड़ा है कबड्डी खेड़दा सामने पासे ए आ पूरी बूले नंगाला ਪੁਆਇੰਟਾਂ ਉੱਤੇ ਸਾਡੇ ਬੈਂਟੀ ਮੱਲਾ ਦੀ ਸਵਾਮਾ ਦੇ ਰਿਹਾ ਹੈ ਜਿਨ੍ਹਾਂ ਦਾ ਪੁੱਤਰ ਸੇਠ ਮੱਲਾ ਵੀ ਬਹੁਤ ਸੋਹਣੀਆਂ ਰੇਡਾਂ ਪਾਉਂਦਾ ਹੈ ਮਾਣ ਹੈ ਮੇਰੇ ਵੀਰੋ ਬੜੇ ਵਧੀਆ ਕੋਸ ਬਾਣ ਨੇ ਧੰਨਵਾਦ ਹੈ ਬੈਂਟੀ ਮੱਲਾ ਜੀ ਦਾ ਇੱਧਰ ਵੱਡਾ ਮੈਚ ਹੈ ਪ੍ਰਾਚੇ ਵਾਲਿਆ ਇਹ ਖਿਡਾਰੀ ਕਹਿੰਦੇ ਲੱਖ ਲੱਖ ਦੀ ਰੇਡ ਪਾਉਣ ਵਾਲੇ ਲੱਖ ਲੱਖ ਦੇ ਜੱਫੇ ਲਾਉਣ ਵਾਲੇ ਉਹ ਮੱਲ ਅੱਜ ਕਹਿੰਦੇ ਪ੍ਰਗਟ ਸਿੰਘੋਂ ਹੁਣਾਂ ਨੇ ਬੁਲਾਏ ਹੋਏ ਹੈ ਧੰਨਵਾਦ ਪ੍ਰਗਟ ਸਿੰਘੋਂ ਸਾਹਿਬ ਜੀ ਦਾ ਤੇ ਰਾਜਾ ਤੇ ਬੋਲ ਗਿਆ ਸਪਾਲ ਇਹ ਬੌਲੀਆਂ ਵਾਲਾ ਰਸਪਾਲ ਆ ਮੇਰੇ ਵੀਰੋ ਇਹ ਬੌਲੀਆਂ ਵਾਲਾ ਰਸਪਾਲ ਆ ਜਿੰਨੇ ਕਹਿੰਦੇ ਕਹਿੰਦੇ ਕਹੋਂਦੇ ਮੁੱਦੇ ਕਿਤੇ ਆ ਜਿੱਥੇ ਵੀ ਕਿਤੇ ਮੋਟਰਸਾਈਕਲ ਬੈਟ ਸਟਾਪਰ ਦੇ ਨਹੀਂ ਲੱਗਾ ਹੋਵੇ ਨਾ ਤੇ ਪੁਲਿਸ ਵਾਲਿਆਂ ਵਾਂਗੂ ਨਾਕਾ ਲਾ ਕੇ ਖੜ ਜਾਂਦਾ ਇਹ ਸੁੱਕਾ ਨਹੀਂ ਜਾਣ ਦਿੰਦਾ ਆ ਕੱਸਾਂ ਵਾਲਾ ਜੋਧਾ ਆ ਗਿਆ ਉਰਲੀ ਕੰਨੀ ਤੇ ਹਣੀ ਹੈ ਪੰਡਾਲ ਦੋਨੇ ਵਾਲਾ ਨਾਲ ਟਿੱਡੇ ਵਰਗੇ ਆਓ ਵੇਖਾਂਗੇ ਚਾਰ ਜਾਫੀ ਪੱਟਾਂ ਤੇ ਥਾਪੀਆਂ ਵੱਜਦੀਆਂ ਆ ਪੱਟਾਂ ਦੇ ਥਾਪੀਆਂ ਵੱਜਦੀਆਂ ਖੜਕਾ ਲਾਹੌਰ ਸੁਣਦਾ ਲਓ ਵੀ ਆ ਗਿਆ ਪੰਡਾਲ ਦੋਨੇ ਵਾਲਾ ਟਿੱਡਾ ਕਈ ਮੇਲਿਆਂ ਦਾ ਬੈਸਟ ਹੈ ਇਹਦੀ ਰੇਡ ਉੱਤੇ ਕਹਿੰਦੇ ਦੋ ਰੇਡਾਂ ਬਾਕੀ ਹੈ ਇਹ ਰੇਡਾਂ ਉੱਤੇ 1000 ਹੈ ਸਾਡੇ ਹਰਸ਼ ਸੇਖੋਂ ਪ੍ਰਗਟ ਸੇਖੋਂ ਸੇਖੋਂ ਮੋਚ ਵਾਲਿਆਂ ਨੇ ਮਾਣ ਦੇਣੇ ਹੈ ਲਓ 1000 ਦੀ ਦੂਜੀ ਰੇਡ ਹਰਸ਼ ਸੇਖੋਂ ਨੇ ਮਾਣ ਸਨਮਾਨ ਦੇਣੇ ਹੈ ਲਓ ਪੈਂਦੀ ਆ ਰੇਡ ਤੇ ਜਾਫੀ ਮੇਰੇ ਵੀਰੋ ਲੋਕੋਕੇ ਵਾਲਾ ਕਾਲੀ 1000 ਨੂੰ ਹੱਥ ਪਾਉਣ ਨੂੰ ਫਿਰਦਾ ਪਰ ਟਿੱਡਾ ਟੌਪ ਦਾ ਰੇਡਰ ਹੈ ਟਿੱਡਾ ਪੰਡਾਲ ਦੇ ਕਾਲੀ ਲੋਪੋਗੇ ਭਿੜ ਗਏ ਕਾਕੇ ਪੈ ਗਏ ਪਟਾਕੇ ਹੁੰਦੀ ਪੂਰੀ ਲਾ 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 ਬੱਲੇ 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 ਹੋ ਗਈ ਆ ਮੇਰੇ ਵੀਰੋ ਵੱਡਾ ਮੈਚ ਕਬੱਡੀ ਦਾ ਉਹ ਮੰਡਾਲੇ ਵਾਲਿਓ ਜੇਕਰ ਮੈਚ ਵਧੀਆ ਲੱਗਾ ਤੇ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਮੇਰੇ ਵੀਰੇ ਆਓ ਤਾੜੀ ਮਾਰ ਕੇ ਦੱਸੋ ਤਾੜੀਆਂ ਸਿਵ ਯੋਧਿਆਂ ਵਾਲਿਆ ਤਾਂ ਵੱਜਦੀਆਂ ਜੇ ਲੋਕਾਂ ਨੂੰ ਕੁਝ ਚੰਗਾ ਲੱਗਦਾ ਹੋਵੇ ਜੇ ਕੁਝ ਲੋਕਾਂ ਨੂੰ ਵਧੀਆ ਲੱਗਦਾ ਹੋਵੇ ਪਰ ਇਧਰਲੇ ਪਾਸੇ ਫੈਸਲਾ ਰੈਫਰੀ ਸੰਦੀਪ ਦੀ ਵਿਸਲ ਨੇ ਕਰਨਾ ਹੈ ਸਾਡੇ ਪਰਸਨ ਦੀ ਆਸਟਰੀਆ ਵਾਲੇ ਤੇ ਨਾਲ ਲਾਡੀ ਜੀ ਡਬਈ ਵਾਲੇ ਆਏ ਹੋਏ ਆ ਮੀਆਂ ਮਿੰਡ ਦੇ ਲਾਗੇ ਪਿੰਡ ਹੈ ਬਹੁਤ ਵੱਡਾ ਮਾਣ ਦੇ ਰਹੇ ਹੈ ਨਿਰਮਲ ਲੋਪੋਕੇ ਵਾਲੇ ਦੀ ਇੱਕ ਰੇਡ ਰਹਿ ਗਈ ਤੇ ਟਿੱਡੇ ਪੰਡਾਲਾਂ ਵਾਲੇ ਦੀ ਇੱਕ ਰੇਡ ਰਹਿ ਗਈ ਹੈ 1000 ਸਾਡੇ ਪ੍ਰਗਟ ਸਿੰਘ ਜੀ ਸੇਖੋਂ ਸੇਖੋਂ ਵੋਚ ਵਾਲਿਆਂ ਦੇ ਭਤੀਜੇ ਹਰਸ਼ ਸੇਖੋਂ ਵੱਲੋਂ ਮਾਣ ਸਨਮਾਨ ਦਿੱਤੇ ਜਾਣਗੇ ਕਬੱਡੀ ਬਾਜਵਾ ਵਾਲੇ ਸੁੱਖੇ ਦੀ ਆਪਣੀ ਧੌਣ ਦੇ ਉੱਤੇ ਮੁੰਡੇ ਨੇ ਭਗਤ ਸਿੰਘ ਬਣਾਇਆ ਹੋਇਆ ਪਰ ਸਾਹਮਣੇ ਪਾਸੇ ਹਨੀਨਾ ਦਾ ਜਾਫੀ ਪੁੱਠੀ ਕੈਂਚੀ ਆਪਣੇ ਦੰਦ ਚੀਣ ਦੀ ਕੰਧ ਜਿਹੀ ਮਜ਼ਬੂਤੀ ਨਾ ਜਦੋਂ ਪੈ ਜੇ ਪੁੱਠੀ ਕੈਂਚੀ ਗੱਲ ਕਸੂਤੀ ਨਾ ਨੰਬਰ ਸੁੱਖੇ ਬਜਵਾ ਵਾਲੇ ਨੇ ਜੋੜ ਦਿੱਤਾ ਘੋੜੇ ਦੀ ਕਬੱਡੀ ਪ੍ਰਾਚੇ ਵਾਲਿਆ ਕਰੀ ਗੱਲ ਆ ਘੋੜਾ ਹੈ ਦੋ ਭਰਾ ਕਬੱਡੀ ਖੇਡਦੇ ਇੱਕ ਛੋਟਾ ਘੋੜਾ ਤੇ ਇੱਕ ਵੱਡਾ ਘੋੜਾ ਮੇਰੇ ਵੀਰਿਓ ਇਹ ਘੋੜਾ ਸਾਂਪਰੇ ਵਾਲਾ ਪਰਮਜੀ ਦਾ ਵਪਾਰੀ ਨੇ ਪੁੱਤ ਪਾਲਿਆ ਹੁਣ ਨਹੀਂ ਹੱਥ ਆਉਣਾ ਉਹ ਤੇਰੇ ਮਗਰ ਕਿਸੇ ਨਹੀਂ ਆਉਣਾ ਤੇ ਖੜੀ ਹੋ ਕੇ ਗੱਲ ਸੁਣ ਲੈ ਇਹ ਘੋੜਾ ਅੱਜ ਦੋਨੇ ਘੋੜੇ ਖੇਡ ਰਿਹਾ ਛੋਟਾ ਵੀ ਤੇ ਵੱਡਾ ਵੀ ਮੇਰੇ ਵੀਰਿਓ ਬੱਲੇ ਬੱਲੇ ਕਰਾ ਰਿਹਾ ਵੱਡਾ ਮੈਚ ਆ ਆ ਵੇਖ ਮੁੰਡੇ ਦੇ ਸਰੀਰ ਚ ਰਸਪਾਲ ਕਿੰਨੀ ਕੁ ਜਾਨ ਹੈ ਉਹ ਘਰ ਚੱਕ ਉਹ ਕਿੰਨਾ ਕੁ ਜ਼ੋਰ ਹੈ ਪਰ ਇੱਧਰ ਦੇ ਪਾਸੇ ਡਬਲ ਟੱਚ ਟੈਕਨੀਕਲ ਪੁਆਇੰਟ ਜਿਹੜਾ ਸੀ ਸਾਡੇ ਪ੍ਰਿੰਸੀਪਲ ਸਾਹਿਬ ਦੀ ਵਿਸਲ ਨੰਬਰ ਰੇਡਰ ਦਾ ਵੀਰ ਐਲਾਨ ਕਰ ਦੇਗੇ ਚਿਤਪਾਲ ਚਿੱਟੀ ਦੀਆਂ ਤਿੰਨ ਰੇਡਾਂ ਤੇ 2000 ਹਰਸ਼ ਸੇਖੋਂ ਤੇ ਪ੍ਰਗਟ ਸਿੰਘ ਜੀ ਸੇਖੋਂ ਸੇਖੋਂ ਵੋਚ ਵਾਲੇ ਉਹਨਾਂ ਨੇ ਕਹਿੰਦੇ ਚਿਤਪਾਲ ਦੀਆਂ ਅਗਲੀਆਂ ਤਿੰਨ ਰੇਡਾਂ 2000 ਦੀਆਂ ਪਰ ਇਧਰਲੇ ਪਾਸੇ ਪੰਡਾਲਾਂ ਵਾਲੇ ਸੋਨੀ ਨੇ ਲਾ ਤਕੜਾ ਜਫਾ ਬਹਿ ਜਾ ਕਰਾ ਦਿੱਤੀ ਹੈ ਨੰਬਰ ਜਾਫੀ ਦਾ ਕਿ ਜੇ ਕਣਕ ਤੋਂ ਲੈਣਾ ਆਟਾ ਤੇ ਚੱਕੀ ਗੇਰਨੀ ਪੈਣੀ ਹੈ ਲੈ ਵੀ ਪ੍ਰਾਚੇ ਵਾਲਿਆ 2000 ਦੀ ਪਹਿਲੀ ਰੇਡ ਹੈ ਹਰਸ਼ ਸੇਖੋਂ ਸਾਡਾ ਵੀਰ ਹੈ
ज्योति दे माण करदा भरा कहिंदा कि प्रगट सिख हो अजे लाइव जुड़िया वड्डा प्रमोटर है वड्डा सहयोगी है आ रेडर दी रेड 2000 दी पहली जफा लगे जाफी दा नहीं तां तीन रेडा दे चित्तू नूं माण दित्ते जाणगे दी रेड है लोपोके वालिया आ मुंडा रसपाल बौलियां वाला ओ जिहड़ा 100 रुपये पिछे बंदा मार दे ਤੁਸੀਂ 2000 ਲਾਇਆ ਇਹ ਬੱਲੇ ਬੱਲੇ ਕਰਾ ਗਿਆ ਪੰਜਾਬ ਦੇ ਉਹ ਵੱਡੇ ਵੱਡੇ ਕਬੱਡੀ ਕੱਪਾਂ ਦੇ ਵਿੱਚ ਉਹ ਬੱਲੇ ਬੱਲੇ ਲੈ ਵੀ ਪ੍ਰਾਚੇ ਵਾਲਿਆ ਸੰਦੀਪ ਯੂਰਪ ਵਾਲੇ ਦੇ ਨਾਂ ਤੇ ਸਾਡੇ ਹੈਪੀ ਮਜੀਠੀਆ ਸਾਹਿਬ ਜੀ ਨੇ ਦੋਨਾਂ ਬੁਲਾਰਿਆਂ ਵਾਸਤੇ 5-500 ਦੇ ਮਾਣ ਦਿੱਤੇ ਹੈ ਪ੍ਰਾਚੇ ਵਾਲਿਆ ਦੱਸਦਿਆਂ ਹੈਪੀ ਮਜੀਠਾ ਉਹ ਹੈ ਜਿਹਦੇ ਪਿਤਾ ਜੀ ਸਰਦਾਰ ਪਸ਼ੋਰਾ ਸਿੰਘ ਜੀ ਚਾਚਾ ਗੁਰਮੀਤ ਸਿੰਘ ਜੀ ਉਹਨਾਂ ਨੇ ਕੱਲ ਦੇ ਦਿਨ ਜਿਹੜੀ ਕਬੱਡੀ ਕਰਾਈ ਵੀ ਇਸ ਦੇ ਵਿੱਚ ਬਹੁਤ ਵੱਡੇ ਮਾਣ ਤੇ ਬੜੇ ਪਿਆਰ ਦਿੱਤੇ ਅੱਜ ਸਾਡੇ ਪ੍ਰਗਟ ਸਿੱਖ ਹੋਣਾ ਨੇ ਸੇਵਾ ਲਈ ਹੈ ਧੰਨਵਾਦ ਇਹਨਾਂ ਪ੍ਰਮੋਟਰਾਂ ਦਾ ਲਓ ਸਾਹਮਣੇ ਪਾਸੇ ਫੈਸਲਾ ਵੱਡਾ ਪਿਆਰ ਆ ਵੱਡਾ ਪਿਆਰ ਆ संदीप साडा भरा यूरोप वाला मैं दिलों धन्यवाद करांगा भरा दा दिल दरिया वा कल भी भरावां ने कहिंदे मीं वंगरा नोट बनाए ते अज भी कहिंदे भरा ओ बल्ले बल्ले करा रहे हैं हाफ टाइम तक स्कोर सुनियो पंडाल दोने दे ने भी पंडाल दोने दे ने भी भगवानपुर के 20.5 पॉइंट ने मेरे वीरियो वो नजारा आ रहा ताड़ियां मार के दस्यो अच्छे नंबर ते टीम अगे चलती है आ मैच आ जेदा कोई अंदाजा नहीं ला सकदा टीम जित्तूगी केड़ी टिड्डे दी एक रेड 1000 दी पऊ निर्मल लोपोके वाले दी एक रेड 1000 दी हर्ष सेखो दे प्रगट जापान वाले सेखो मोचाले ने मान देने हैं ते जितपाल चिट्टी वाले दिया 2000 दिया ਰੇਡਾਂ ਬਾਕੀ ਦੋ ਨੇ ਅਜੇ ਇੱਕ ਭੱਜ ਗਿਆ ਸੀ ਨੌਜਵਾਨਾ ਅੱਜ ਬੱਲੇ ਬੱਲੇ ਹੋ ਰਹੀ ਆ ਕਿ ਖੇਡਦਾ ਕਬੱਡੀ ਦੇਖੋ ਪੁੱਤ ਜੱਟ ਦਾ ਉਹ 9-11 ਵਾਂਗੂ ਆਉਂਦਾ ਧੂਰਾ ਪੱਟਦਾ ਪੱਟ ਲੈਂਦਾ ਝੰਡੀ ਫਿਰ ਖੜਦਾ ਨਾ ਹੋਰ ਨਹੀਂ ਉਹ ਸੋਨਾ ਲੀਕਾ ਜਿੰਨਾ ਬਿੱਲੋ ਜੱਟ ਵਿੱਚ ਜ਼ੋਰ ਨਹੀਂ ਕਿ ਸੋਨਾ ਲੀਕਾ ਜਿੰਨਾ ਬਿੱਲੋ ਜੱਟ ਵਿੱਚ ਜ਼ੋਰ ਨਹੀਂ ਅੱਜ ਕਹਿੰਦੇ ਮੁੰਡੇ ਬੱਲੇ ਬੱਲੇ ਕਰਾ ਰਹੇ ਆ ਪੂਰੀ ਬੂਲੇ ਨੇ ਗਲੀਏ ਦੀਆਂ ਅਗਲੀਆਂ 3 ਰੇਡਾਂ 4000 ਦੀਆਂ ਹਰਸ਼ ਸੇਖੋ ਪ੍ਰਗਟ ਸੇਖੋ ਵੋਚ ਜਪਾਨ ਵਾਲਿਆਂ ਨੇ ਇਹ ਮਾਣ ਸਨਮਾਨ ਦੇਣੇ ਮੇਰੇ ਵੀਰਿਓ ਵੱਡੇ ਮਾਣ 4000 ਦੀਆਂ 3 ਰੇਡਾਂ ਕਬੱਡੀ ਦੇ ਤਾਜ ਮਹਿਲ ਦੀਆਂ ਪੈਣਗੀਆਂ ਵੀਰ ਸਾਡਾ ਪ੍ਰਗਟ ਸਿੱਖ ਹੋਇਆ ਦਲੀਪ ਸਿੰਘ ਦਾ ਯਾਨੀ ਕਿ ਗ੍ਰੇਟ ਖਲੀ ਦਾ ਜਿਗਰੀ ਯਾਰ ਹੈ ਤੇ ਗ੍ਰੇਟ ਖਲੀ ਵੀ ਮੁਬਾਰਕਾਂ ਦੇ ਰਿਹਾ ਹੈ ਸਾਡੇ ਵੀਰ ਨੂੰ ਮੁਬਾਰਕਾਂ ਸਰਦਾਰ ਸ਼ਿੰਗਾਰਾ ਸਿੰਘ ਦਾ ਪੁੱਤ ਪ੍ਰਗਟ ਸਿੱਖੋ ਸਾਰੀ ਕਬੱਡੀ ਦੀ ਸੇਵਾ ਲਈ ਹੈ ਬਹੁਤ ਬਹੁਤ ਧੰਨਵਾਦੀਆਂ ਦਵਿੰਦਰ ਸਿੰਘ ਜੀ ਲੱਡੂ ਜੋਤੀ ਪ੍ਰਧਾਨ ਜੀ ਤੇ ਨਾਲ ਸਾਡੇ ਰਾਣਾ ਜੀ ਤੇ ਰਣਧੀਰ ਸਿੰਘ ਜੀ ਮੰਡਾਲਾ ਰਾਣਾ ਜੀ ਸਿੰਘਾਪੁਰੀਏ ਦਾ ਧੰਨਵਾਦ ਹੈ ਪ੍ਰਾਚੇ ਵਾਲਿਆ 1000 ਦੀ ਲਾਸਟ ਕਬੱਡੀ ਹਰਸ਼ ਸੇਖੋ ਵੱਲੋਂ ਨਿਰਮਲ ਹੈ ਆ ਲੋਪੋਕੇ ਵਾਲਾ ਨਿਰਮਲ ਹੈ ਮੁੰਡੇ ਦਾ ਸਰੀਰ ਵੇਖ ਕੇ ਭੁੱਖ ਲੈਂਦੀ ਹੈ ਉਹ ਸਰੀਰ ਵੇਖ ਕੇ ਭੁੱਖ ਲੈਂਦੀ ਹੈ ਕਿ ਵੇਖ ਕੇ ਸਰੀਰ ਵੱਲ ਭੁੱਖ ਲੈਂਦੀ ਪੂਰੀ ਲੱਗਦਾ ਜ਼ਰੂਰ ਹੁਨਰ ਪੋਕੇ ਵਾਲਾ ਲਓ ਪ੍ਰਾਚੇ ਵਾਲਿਆ ਹਿਸਾਬ ਕਿਤਾਬ ਕਲੀਅਰ ਕਰਦੀ ਹੈ ਨਿਰਮਲ ਨੇ ਜਿਹੜਾ ਹੈ ਉਹ 3 ਰੇਡਾਂ ਮੋੜ ਦਿੱਤੀਆਂ ਵੀਰ ਜੀ 1000 ਵਾਲੀਆਂ ਨਿਰਮਲ ਦੀਆਂ 3 ਰੇਡਾਂ ਸਫਲ ਨੇ ਇਹ ਮਾਣ ਸਨਮਾਨ ਹਰਸ਼ ਸੇਖੋਂ ਉਹਦੇ ਪਿਤਾ ਜੀ ਜਗਦੇਵ ਸੇਖੋਂ ਜੀ ਤੇ ਪ੍ਰਗਟ ਸੇਖੋਂ ਜੀ ਸੇਖੋਂ ਪਹੁੰਚ ਵਾਲਿਆਂ ਨੇ ਮਾਣ ਦਿੱਤੇ ਹੈ ਆ ਰੇਡ ਉੱਤੇ ਵੀ 1000 ਕੱਢ ਲਓ ਜੀ ਕਿਉਂਕਿ ਆਹ ਵੀ ਰੇਡ 1000 ਦੀ ਲਾਸਟ ਹੈ ਟਿੱਡਾ ਪੰਡਾਲ ਦੋਨਿਆਂ ਵਾਲਾ ਤੇ ਦੂਸਰੇ ਪਾਸੇ ਕਾਲੀ ਲੋਪੋਗੇ ਬਰਾਬਰ ਦੀ ਟੱਕਰ 1001 1002 ਤੇ ਰੇਡਰ ਆ ਗਿਆ ਘੋੜੇ ਵਾਂਗਰਾਂ ਭੱਜਦਾ ਟਿੱਡਾ ਪੰਡਾਲਾਂ ਵਾਲਾ ਲਾਡੇ ਹਰਸ਼ ਸੇਖੋ ਜੀ ਇਹ ਵੀ 1000 ਕੱਢ ਦਿਓ ਟਿੱਡੇ ਨੇ ਵੀ 3 ਰੇਡਾਂ ਸਫਲ ਪਾ ਦਿੱਤੀਆਂ ਅਗਲੀ ਕਬੱਡੀ ਆ ਕਹਿੰਦੇ ਪੂਰੀ ਆ ਪੂਰੇ ਨੰਗਲ ਵਾਲਾ ਮੇਰੇ ਵੀਰੋ ਲੰਡੀਆਂ ਜੀਪਾਂ ਦਾ ਜੇਤੂ ਹੈ ਤਿੰਨ ਰੇਡਾਂ 4000 ਦੀਆਂ ਆ ਜਾ ਉੱਥੇ ਹੁਣ ਆ 3 ਰੇਡਾਂ 4000 ਦੀਆਂ ਪਹਿਲੀ ਪੈ ਗਈ ਹੈ ਆ ਵੇਖ ਚੀਮਿਆਂ ਵਾਲਿਆ ਪਰ
मैनू लगती गल जफा हो गया तारी जोरदार लाया कहने दस्यो जी लाया कहने प्रिंसिपल जी प्रिंसिपल साहब लाया कहने 4000 का जफा छोटे टिड्डे ने जफा लाया छोटे सुखे ने जफा लाया वीर हाथ खड़ा करी 4000 ये साढ़े हर्ष सेखो प्रगट सेखो जापान सेखो वो चाले ब्रांड आलिया ने मान सम्मान करने हैं जगदेव सिंह जी सेखो जी 4000 बड़ा सुखा पर गुजे पीर बड़े मत्ते टक्कर पी है रमी रंधावा प्रिंस रंधावा कुलदीप रंधावा बड़े तगड़े लोग तत् रिशपाल रिशपाल बोलियां लग चैन तेरी डिमांड आई है बब्बू होंगकोंग प्रगट का जिगरी यार कहना रिशपाल 3 जफे लावे ता 2000 दे मान सम्मान देंगे लो कबड्डी का हीरा कबड्डी का कह दिए कोहे नूर हीरा ये जोधा कसा वाला बाहु ओलखा वाला कहते पुत्ता वांगा प्यार करता है रिंकू पटवारी मान करता है जोधा कसा रिंकू पटवारी आया सरपंच आया साडा प्राज टीम दे नाल आप आया रिंकू पटवारी मैं दस देवा रिंकू का डैडी पटवारी है पर लोग रिंकू नू पटवारी कहते हैं रिंकू भट्टी वाल पिंडदा सरपंचा कैठा वोटा बिचो साडी एक वोट दा कई पासे वे तेरे पिछे लड़ते रहे साडे फड़ के मुंडे गड़ा से वे वोटा वेले सिर पार गया साडे रिंपी दा रसपाल आंदा ओ सानू फायदा की होया तेरी सरपंची दा बब्बू होंगकोंग ने बब्बू होंगकोंग ने आ जा पीरे 3 जफियां ते 2000 देना है ये अर्शपाल बोलियां वाला पहला ला दिता वीर जी सरदार दी नोट रखियो ये बोलियां अर्शपाल है आ बाबे बकाले दी धरती दा साजना जिथे गुरु तेग बहादुर जी ने चरण पाए है जिथे मक्खण साल बाणे नू डुबदे बेड़े नू पार लगाया मेरे वीरो गुरु तेग बहादुर जी ने मक्खण साल बाणे ने आख्या गुरला दो रे ओ धरती दा साजन बाबे बकाले वाला इहने पूरी दा नाम लाया होया मान है गुरु तेग बहादुर हिंद की चादर अज बड़ा प्यार इस धरती ने दिता जा रहा है बड़िया रौनक लगिया हुई है चित पल चिट्टी वाला एक नहीं और पर कई थापिया मार अगे वधदा है जे दो पैर घट तुरना पर तुरना मड़क दे नाल 1000 दी सॉरी 2000 दी दूजी रेड है ये है चित पाल चिट्टी एक रेड होर पावेगा चित पाल तेरी एक बाकी है फिर 2000 तेरा आओ जाके गिणना है इधर घोड़े ने कबड्डी पा दी है आओ सांपर वाले ने घोड़े ने कबड्डी पा दी है मां खेड कबड्डी का ना चमकदा जिवें अवरी चमके तारा खेड कबड्डी खेड के मुंडे ने जग मोया है सारा वीर कहने जोधे कसाले दिया अगलिया 3 रेडा हर्ष सेखो प्रगट सेखो सेखो वोच ਉਹ ਐਲਾਨ ਕਰਦੇ ਜੋਦੇ ਕਸਿਆਲੇ ਦੀਆਂ 3 ਰੇਡਾਂ 3000 ਦੀਆਂ ਆਓ 3000 ਦੀਆਂ 3 ਹੋ ਗਈਆਂ ਪਰ ਆ ਵੇਖਾਂਗੇ ਆ ਵੀ ਮੁੰਡਾ ਕਹਿੰਦੇ ਅੱਜ ਬੱਲੇ ਬੱਲੇ ਕਰਾਈ ਆ ਰਿਹਾ ਕਿਹੜਾ ਜਾਫੀ ਟਿੱਡੇ ਨੂੰ ਉਹ ਕੀਲ ਕੇ ਪਟਾਰੀ ਵਿੱਚ ਪਾਉਂਦਾ ਰਸਪਾਲ ਤਿਆਰ ਹੈ ਘਾਰੀ ਲੋਪੋ ਕੇ ਵਾਲਾ ਉਹ 2 ਨੰਬਰ ਤੇ ਬਲਾ ਜਾਫੀ ਹੈ ਇੱਕ ਪਾਸੇ ਉਹ ਕੀਲ ਕੇ ਪਟਾਰੀ ਵਿੱਚ ਪਾਉਣ ਦੀ ਪੂਰੀ ਜੁਰਤ ਰੱਖਦਾ ਇਹ ਲੋਪੋ ਕੇ ਵਾਲਾ ਜਦੋਂ ਜੱਫਾ ਲਾਉਂਦਾ ਫਿਰ ਪੌਣ ਗੰਦੀ ਗੀਤ ਹੁੰਦੀ ਆ ਖਿਡਾਰੀਆਂ ਦੇ ਮਾਪੇ ਧੰਨ ਦੇ ਉਹ ਕਾਲੀ ਨੂੰ ਲੋਕੀ ਮੰਨਦੇ ਉਹ ਕਾਲੀ ਲੋਪੋ ਕੇ ਨੇ ਲੋਕੀ ਮੰਨਦੇ ਸਵਾਦ ਆ ਗਿਆ ਉਹ ਸਿਰਾ ਲਾਤਾ ਹੈ ਜਾਂਦਾ ਰਵੇ ਪ੍ਰਗਟ ਸੇਖੋ ਸੇਖੋ ਮੋਚ ਵਾਲਾ ਜਿਹਨੇ ਵੱਡੇ ਮਲ ਬੁਲਾਏ ਹੈ ਕਿ ਸਾਰੇ ਆਮ ਮਿੱਤਰਾਂ ਨੇ ਹਿੱਕ ਠੋਕ ਕੇ ਪੱਟ ਦਿੱਤਾ ਕਿੱਲਾ ਯਾਰੋ ਨੇਜੇ ਵਾਲੀ ਨੋਕ ਤੇ ਪੱਟ ਦਿੱਤਾ ਕਿੱਲਾ ਯਾਰੋ ਨੇਜੇ ਵਾਲੀ ਨੋਕ ਤੇ ਵੱਡਾ ਮੈਚ ਕਬੱਡੀ ਦਾ ਰੈਫਰੀ ਦਾ ਫੈਸਲਾ ਅਟਲ ਹੋਵੇਗਾ ਨੰਬਰ ਉਹਦਾ ਸਾਰਾ ਜੀ ਦੇ ਵੱਲ ਹੋਵੇਗਾ ਕਿ ਨੰਬਰ ਉਹਦਾ ਸਾਰਾ ਜੀ ਦੇ ਵੱਲ ਹੋਵੇਗਾ ਵੱਡਾ ਮੈਚ ਕਬੱਡੀ ਦਾ ਤਗੜਾ ਮੈਚ ਕਲੀ ਪਾ ਦਿੱਤੀ ਜਾਵੇ ਕਲੀ ਕਲੀ ਪਾ ਦਿੱਤੀ ਜਾਵੇ ਮੈਂ ਬੇਨਤੀ ਕਰ ਦੇਵਾ ਕਲੀ ਵਾਲਾ ਵੀਰ ਕਲੀ ਜ਼ਰੂਰ ਪਾ ਦੇਵੇ ਤਗੜਾ ਮੁਕਾਬਲਾ ਨਾ ਬੋਲਿਆ ਕਰੋ ਮੇਰੇ ਵੀਰ ਬਾਰੋ ਨਾ ਬੋਲਿਆ ਕਰੋ ਬੇਨਤੀ ਹੈ ਐ ਵੀ ਪ੍ਰਾਚੀਆ ਦਾ ਮੈਚ ਹੈ ਐ ਦੋਦਾ ਦੋਤੇ ਪਾਣੀ ਦਾ ਪਾਣੀ ਹੋਊਗਾ ਕੁੰਡੀਆਂ ਨੇ ਸਿੰਘ ਫਸ ਕੇ ਕੋਈ ਨਿਤਰੂ ਬੜੇ ਵੇ ਖਾਣੀ ਪ੍ਰਾਚੀਆ ਵਾਲਿਆ ਪਾਣੀ ਕਿੱਥੇ ਹੈ ਪਾਣੀ ਕਹਿੰਦੇ ਘੜੇ ਜਾ ਘੜਾ ਕਿੱਥੇ ਹੈ ਉਹ
ਘਰਾ ਕਹਿੰਦੇ ਰਸੋਈ ਚਾ ਔਰ ਰਸੋਈ ਕਿੱਥੇ ਹੈ ਤੇ ਰਸੋਈ ਕਹਿੰਦੇ ਪਿੰਡ ਚਾ ਪਿੰਡ ਕਿੱਥੇ ਹੈ ਉਹ ਪਿੰਡ ਜ਼ਿਲ੍ਹਾ ਤਰਨ ਤਾਰਨ ਚਾ ਤਰਨ ਤਾਰਨ ਕਿੱਥੇ ਵੱਸਦਾ ਹੈ ਤੇ ਤਰਨ ਤਾਰਨ ਕਹਿੰਦੇ ਪੰਜਾਬ ਵੱਸਦਾ ਹੈ ਪੰਜਾਬ ਕਿੱਚ ਵੱਸਦਾ ਹੈ ਉਹ ਪੰਜਾਬ ਇੰਡੀਆ ਵੱਸਦਾ ਹੈ ਇੰਡੀਆ ਕਿੱਥੇ ਵੱਸਦਾ ਹੈ ਉਹ ਇੰਡੀਆ ਕਹਿੰਦੇ ਦੁਨੀਆ ਦੇ ਵੱਸਦਾ ਹੈ ਦੁਨੀਆ ਕਿਹਦੇ ਉੱਤੇ ਹੈ ਤੇ ਦੁਨੀਆ ਪਾਣੀ ਤੇ ਆ ਇਧਰ ਕਹਿੰਦੇ ਕੁੰਡੀਆਂ ਨੇ ਸਿੰਘ ਫਸ ਕੇ ਕੋਈ ਨਿਤਰੂ ਬੜੇ ਵੇ ਖਾਣੀ ਇਹ ਹੈ ਲੱਖਾ ਚੀਮੇ ਵਾਲਾ ਲੱਖਾ ਚੀਮੇ ਵਾਲਾ ਉਹ ਬੱਲੇ ਬੱਲੇ ਕਰਾ ਗਿਆ ਕਿ ਜਿਹਨੂੰ ਪਾਇਆ ਹੱਥ ਦਿੱਤਾ ਨਹੀਂ ਉਹ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਬਈ ਪਰ ਘੋੜਾ ਘੋੜਿਆ ਸਮਾਂ ਬੀਤ ਗਿਆ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰੱਖੀ ਤਰੀਕ ਸਮੇਂ ਖਿਸਕਾਈ ਕੰਨੀ ਸਮੇਂ ਖਿਸਕਾਈ ਕੰਨੀ ਹੁਣ ਕਿਹੜਾ ਆਵੇਗਾ ਕਿਹੜਾ ਆਵੇਗਾ ਪੰਡਾਲ ਦੋਨੇ ਵੱਲੋਂ ਲਓ ਬਾਜਮਾ ਵਾਲਾ ਸੁੱਖਾ ਆ ਗਿਆ ਪੱਟਾ ਤੇ ਥਾਪੀਆਂ ਮਾਰਦਾ ਬਾਜਮਾ ਵਾਲਾ ਸੁੱਖਾ ਜੇ ਕਿਤੇ ਸੁੱਖੇ ਦੇ ਮੂਹਰੇ ਰਸਪਾਲ ਬੋਲਿਆ ਵਾਲਾ ਆ ਜੇ ਨਾ ਤੇ ਸੱਚੀ ਦੁੱਖ ਟੁੱਟ ਜਾਣਾ ਆ ਦੁੱਖ ਟੁੱਟ ਜਾਣਾ ਆ ਦੁੱਖ ਟੁੱਟ ਜਾਣਾ ਪਰ ਰਸਪਾਲ ਬੋਲਿਆ ਵਾਲਾ ਨਹੀਂ ਜਫਾ ਲਾ ਸਕਿਆ ਜੇ ਰਸਪਾਲ ਅਗਲੇ ਦੋ ਜਫੇ ਲਾਉਂਦਾ ਨਾ ਬੱਬੂ ਹਾਂਗਕਾਂਗ ਕਹਿੰਦੇ ਆਪਾਂ 2000 ਦਿਆਂਗੇ ਵੀਰ ਜੀ ਲੱਖਾ ਚੀਮਿਆਂ ਵਾਲਾ ਸਟਾਪ ਦਾ ਜਾਫੀ ਹੈ ਉਹਦੇ 3 ਜੱਫਿਆਂ ਦੇ ਲਾਈਏ 3 ਜੱਫਿਆਂ ਤੇ 2000 ਸਾਡੇ ਵੀਰਾਂ ਦੀ ਤਰਫੋਂ ਮਾਣ ਹੋਣਗੇ ਉਹ ਪ੍ਰਗਟ ਸਿੰਘ ਜੀ ਸੇਖੋਂ ਸੇਖੋਂ ਮੋਚਾਲੇ ਦੇ ਹਰਸ਼ ਸੇਖੋਂ ਉਹਦੇ ਪਿਤਾ ਜੀ ਜਗਦੇਵ ਸੇਖੋਂ ਜੀ ਮਾਣ ਕਰ ਰਿਹਾ ਹੈ ਲੋਪੋਕੇ ਵਾਲਾ ਨਿਰਮਲ ਇਹਨੇ 1 ਸਾਲ ਕੈਰੋਂ ਦੇ ਕੱਪ ਤੋਂ ਲੰਡੀ ਜੀਭ ਜਿੱਤੀ ਹੈ ਪਰ ਮੱਖਣ ਗੁੱਜਰ ਇੱਬਣ ਵਾਲਾ ਟਰਾਈ ਕਰਦਾ ਤੇ ਲੋਪੋਕੇ ਵਾਲਾ ਨਿਰਮਲ ਜੋੜ ਗਿਆ ਨਹੀਂ ਜਫਾ ਲਾ ਸਕਿਆ ਮੱਖਣ ਗੁੱਜਰ ਇੱਬਣਾ ਵਾਲਾ ਮੇਰੇ ਵੀਰਿਓ ਦੇਬੀ ਮਖਸੂਸਪੁਰੀ ਨੇ ਬੜਾ ਵਧੀਆ ਗਾਇਆ ਹੈ ਅੱਖ ਵਿੱਚ ਪੈ ਜੇ ਬਾਲ ਤੰਗ ਕਰਦਾ ਗੁੱਜਰਾਂ ਦੀ ਮੁੱਕ ਜੇ ਪਰਾਲੀ ਸਿਆਲ ਤੰਗ ਕਰਦਾ 2000 ਦੀ ਲਾਸ਼ਟ ਤੀਜੀ ਰੇਡ ਹੈ ਹਰਸ਼ ਚੀਮਾ ਜੀ ਹਰਸ਼ ਸੇਖੋਂ ਜੀ ਆ ਰੇਡ ਦੇ ਉੱਤੇ ਮਾਣ ਸਨਮਾਨ ਹੈ ਆ ਰੇਡ ਤੇ 2000 ਹਰਸ਼ ਸੇਖੋ ਪ੍ਰਗਟ ਜਪਾਨ ਸੇਖੋ ਵੋਚ ਵਾਲੇ ਉਹਨਾਂ ਨੇ ਮਾਣ ਦੇਣੇ ਹੈ ਇਹ ਹੈ ਜਿੱਤਪਾਲ ਚੱਡੀ 2000 ਦੀ ਵੱਡੀ ਸੱਜੇ ਖੱਬੇ ਡਬਲ ਟੱਚ ਪਰ 2000 ਉਹ ਸੇਖੋਂ ਬਾਚ ਵਾਲੇ ਸਾਡੇ ਭਰਾ ਜਪਾਨ ਵਾਲੇ ਵੀਰ ਉਹਨਾਂ ਵੱਲੋਂ 3-4 2000 ਕਹਿੰਦੇ ਹੋ ਭਤੀਜੇ ਪ੍ਰਗਟ ਸੇਖੋਂ ਦੇ ਆ 2000 ਰੁਪਇਆ ਚਿੱਤਪਾਲ ਨੂੰ ਦੇ ਦਿਓ ਇਹਨੇ 3 ਰੇਡਾਂ ਸਫਲ ਮੋੜ ਦਿੱਤੀਆਂ ਕੱਸਾਂ ਵਾਲੇ ਜੋਧੇ ਦੀਆਂ 3 ਰੇਡਾਂ ਦੇ ਹਰਸ਼ ਸੇਖੋਂ ਤੇ ਪ੍ਰਗਟ ਸੇਖੋਂ ਕਹਿੰਦੇ 3000 ਦੀ ਪਹਿਲੀ ਰੇਡ ਇਹ ਆ ਪ੍ਰੇਮ ਸਿੰਘ ਸਰਪੰਚ ਦਾ ਪੁੱਤ ਸੱਤਾਂ ਪੁੱਤਾਂ ਤੋਂ ਕਹਿੰਦੇ ਪੁੱਤਾਂ 'ਚੋਂ 5ਵਾਂ ਪੁੱਤ ਹੈ ਇਹ ਆ ਜੋਧਾ ਕੱਸਾਂ ਵਾਲਾ 3000 ਦੀ ਪਹਿਲੀ ਰੇਡ ਪਾ ਕੇ ਉਂਗਲ ਅਰਜਨ ਦੇ ਤੀਰ ਵਾਂਗਰਾਂ ਸਿੱਧੀ ਕਰ ਗਿਆ ਹੈ ਕਿ ਸਾਡਾ ਹੱਕ ਇੱਥੇ ਰੱਖ ਹਲੇ 2 ਬਾਕੀ ਹੈ ਆ ਗਿਆ ਬਾਜਮਾ ਵਾਲਾ ਸੁੱਖਾ ਕਬੱਡੀ ਪਾਉਣ ਦੇ ਲਈ ਮੇਰੇ ਵੀਡੀਓ ਮਾਣ ਵਾਲੀ ਗੱਲ ਆ ਪੈਂਦੇ ਬਿਨਾਂ ਢੋਲ ਤੋਂ ਭੰਗੜੇ ਲੋਕੀ ਪੈਂਦੇ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਔਰ ਲਿਖਦਾ ਕੋਕੇ ਜੜ ਜੜ ਕੇ ਕਿ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਕੋਕੇ ਜੜ ਜੜ ਕੇ ਬਾਜਮਾ ਵਾਲੇ ਸੁੱਖੇ ਦੀ ਕਬੱਡੀ ਆ ਇਹ ਲੋਪੋਕੇ ਵਾਲਾ ਕਾਲੀ ਔਰ ਲੋਪੋਕੇ ਵਾਲਾ ਕਾਲੀ ਪਰ ਪਾਇੰਟ ਰੇਡਰ ਦੇ ਹਿੱਸੇ ਆ ਹਾਂ ਨੰਬਰ ਰੇਡਰ ਦਾ ਸੁੱਖਾ ਬਜਵਾ ਵਾਲਾ ਜੋੜ ਗਿਆ ਰਮਦਾਸ ਵਾਲਾ ਘੋੜਾ ਆ ਗਿਆ ਸਾਡਾ ਵੀਰ ਰਣਧੀਰ ਸਿੰਘ ਜੀ ਮੰਡਾਲਾ ਤੇ ਰਾਣਾ ਭਰਾ ਸਾਡਾ ਸਿੰਘਾਪੁਰੀ ਆਨੰਦ ਲੈ ਰਿਹਾ ਰਾਣਾ ਜੀ ਦੇਖੋ ਘੋੜਾ ਭੱਜਦਾ ਵੀ ਘੋੜੇ ਵਾਂਗ ਰਹਾ ਹੈ ਕਿ ਹੱਥ ਲਾ ਕੇ ਮੋੜਾ ਜਦੋਂ ਹੰਦਿਆਂ ਨੂੰ ਪਾਈਦਾ ਮਿਰਜੇ ਦੀ ਬੱਗੀ ਵਾਂਗ ਰਹਾ ਹਵਾ ਬਣ ਜਾਈਦਾ ਫੜਨਾ ਤੇ ਗੱਲ ਦੂਰ ਦੀ ਛੂ ਸਕਦਾ ਨਹੀਂ ਕੋਈ ਵੀ ਜਵਾਨ ਯਾਰ ਜਦੋਂ ਕੌਡੀ ਪਾਉਂਦੇ ਆ ਗੂੰਜੇ ਤਾੜੀਆਂ ਦਾ ਸਾਰਾ ਹੀ ਮੈਦਾਨ ਉਹ ਗੂੰਜੇ ਤਾੜੀਆਂ ਦਾ ਸਾਰਾ ਹੀ ਮੈਦਾਨ ਆ ਇਧਰਲੇ ਪਾਸੇ ਰਾਜੇ ਪੰਡਾਲ ਦੀ ਕਬੱਡੀ ਹੈ ਰਾਜੇ ਪੰਡਾਲ ਵਾਲੇ ਦੀ ਕਬੱਡੀ ਹੈ ਉਧਰ ਕਹਿੰਦੇ ਗੁਰਭੇਜ ਸਿੰਘ ਜੀ ਮਾਣਪੁਰੀਆ ਉਹ ਥੋਰ ਵਾਲਾ ਥੋਰ ਵਾਲਾ ਭਾਉ ਉਹ ਵੀ ਭਰਾ ਕਹਿੰਦਾ ਅੱਜ ਟਰੱਕਾਂ ਦੀਆਂ ਬ੍ਰੇਕਾਂ ਲਾ ਅੱਜ ਦੇ ਮੰਡਿਆਲੇ ਦੇ ਕਬੱਡੀ ਕੱਪ ਦੇ ਨਾਲ ਜੁੜਿਆ ਹੋਇਆ ਪਰ ਬੋਲੀਆਂ ਵਾਲਾ ਰਸਪਾਲ ਨਹੀਂ ਜੱਫਾ ਲਾ ਸਕਿਆ ਤੇ ਪਾਇੰਟ ਰੇਡਰ ਰੇਡਰ ਦਾ 2 ਜੱਫਿਆਂ ਤੇ ਬੱਬੂ ਹਾਂਗਕਾਂਗ ਕਹਿੰਦਾ ਰਸਪਾਲ ਦੇ ਜੱਫਿਆਂ ਤੇ 2000 ਨਹੀਂ 3000 ਦਿਆਂਗੇ ਐ ਵੀ ਹਰਸ਼ ਆ ਜਾ ਫਿਰੇ ਜੱਫਿਆਂ ਦੇ 3 ਜੱਫਿਆਂ ਤੇ 2000 ਆਖਿਆ 2000 ਦਾ ਪਹਿਲਾ ਜੱਫਾ ਇਹ ਆ ਕਹਿੰਦੇ ਨੂਰ ਮਹਿਲ ਦੇ ਏਰੀਏ ਦਾ ਲੱਖਾ ਚੀਮਿਆਂ ਵਾਲਾ ਦੁਨੀਆ ਮਾਣ ਕਰਦੀ ਜਾਫੀ ਦੇ ਉੱਤੇ 2 ਜੱਫੇ ਹੋਰ ਲੱਗਣ ਤਾਂ 2000 ਰਿਸ਼ਪਾਲ ਬੋਲੀਆਂ ਵਾਲੇ ਦੇ 1 ਜੱਫੇ ਤੇ ਕਰਦੀ ਹੈ ਭਾਜੀ 1 ਜੱਫੇ ਕੇ 2 ਤੇ ਦੋਵਾਂ ਤੇ 3000 ਹੋਵੇਗਾ
ਦੋਹਾਂ ਜੱਫਿਆਂ ਦੇ 3000 ਹੋਵੇਗਾ। ਲਓ ਕਬੱਡੀ ਪਾਉਣ ਦੇ ਵਾਸਤੇ ਟਿੱਡਾ ਪੰਡਾਲ ਦੋਨੇ ਵਾਲਾ ਪਾ ਚੁੱਕਿਆ ਹੈ। ਪੰਡਾਲ ਦੋਨੇ ਵਾਲੇ ਟਿੱਡੇ ਦੀ ਕਬੱਡੀ ਹੈ, ਟਿੱਡੇ ਦੀ ਕਬੱਡੀ ਹੈ ਜੰਮਿਆ ਲਈਆ। ਆ ਕੌਣ ਹੈ, ਆ ਕੌਣ ਹੈ, ਆਵਾ ਦੁਨੀਆ ਦਾ ਮਹਾਨ ਜਾਫੀ, ਆ ਕੌਣ ਹੈ, ਇਹ ਗੁੱਜੇ ਪੀਰ ਵਾਲਾ ਮੱਤਾ ਜਿੱਥੋਂ ਦਾ ਕੁਲਦੀਪ ਰੰਧਾਵਾ ਗਾ ਗਿਆ। ਉਹ ਯੂਪੀ ਚ ਬਸਣਗੇ ਜਾ ਕੇ ਤੇ ਜਿਹਦਾ ਪੰਗਾ ਸਾਡੇ ਨਾ ਪਾਓ। ਲਓ 3000 ਦੀ 3000 ਦੀ ਦੂਜੀ ਰੇਡ ਹੈ ਉਹਦੇ ਕਸਾਲੇ ਦੀ। ਨੂਰ ਮਹਿਲ ਦੇ ਜਾਫੀ ਦੇ ਦੋ ਜੱਫੇ ਲੱਗਣ ਦਾ ਜੱਖੇ ਲੱਖੇ ਚੀਮੇ ਵਾਲੇ ਦੇ ਤਾਂ ਸਾਡੇ ਹਰਸ਼ ਸੇਖੋਂ ਪ੍ਰਗਟ ਸੇਖੋਂ ਸੇਖੋਂ ਮੋਚ ਵਾਲਿਆਂ ਨੇ ਕਹਿੰਦੇ 3000 2000 ਦੇਣਾ ਹੈ, ਪਰ ਇੱਧਰ ਜੋਧਾ ਕੱਸਾਂ ਵਾਲਾ 3000 ਦੀ ਦੂਜੀ ਰੇਡ ਮੋੜ ਗਿਆ। ਮੇਰੇ ਵੀਰੋ ਕਬੱਡੀ ਦਾ ਵੱਡਾ ਮੱਲ ਹੈ। ਚਿੱਤਪਾਲ ਚਿੱਟੀ ਵਾਲਾ ਵੀ ਟੌਪ ਦਾ ਹੈ, ਇਹ ਆ ਜ਼ਿਲ੍ਹੇ ਜਲੰਧਰ ਦਾ ਚਿੱਤਪਾਲ ਚਿੱਟੀ, ਜਿਹੜਾ ਏਰੀਆ ਕਹਿੰਦੇ ਜਲ ਦੇ ਅੰਦਰ ਹੈ ਉਹਨੂੰ ਕਹਿੰਦੇ ਆ ਜਲ ਅੰਦਰ। ਸਤਲੁਜ ਦੇ ਬਿਆਸ ਦੇ ਅੰਦਰ ਜਿਹੜਾ ਏਰੀਆ ਉਹਨੂੰ ਜਲੰਧਰ ਕਹਿੰਦੇ ਹੈ। ਇਹ ਆ ਜਲੰਧਰੀਆ ਚਿੱਤਪਾਲ ਚਿੱਟੀ ਕੌਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਹੈ ਕਿ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਵਿੱਚ ਮਨਾਨੇ ਭਿੜਦੇ ਪੈਂਦੇ ਖੁੱਤ ਪੰਜਾਬੀਆਂ ਦੇ, ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਚੈਨ ਟੁੱਟ ਗਈ ਆ, ਚੈਨ ਟੁੱਟ ਗਈ ਆ, ਚੈਨ ਟੁੱਟ ਗਈ ਹੈ। ਪੁਆਇੰਟ ਕਹਿੰਦੇ ਰੇਡਰ ਦਾ ਟੈਕਨੀਕਲ ਪੁਆਇੰਟ ਧਾਵੀ ਦਾ। ਲੋਪੋਕੇ ਵਾਲੇ ਨਿਰਮਲ ਦੀ ਕਬੱਡੀ ਆ ਖੇਡ ਮੈਦਾਨ ਦੇ ਵਿੱਚ, ਲੱਖੇ ਚੀਮਿਆਂ ਵਾਲੇ ਕੋਲੋਂ ਪੁਆਇੰਟ ਲੈਣਾ ਕਿਤੇ ਖਾਲਾ ਜੀ ਦਾ ਵਾੜਾ ਨਹੀਂ ਆ। ਲੋਪੋਕੇ ਵਾਲਿਆ, ਆ ਲੋਪੋਕੇ ਵਾਲਿਆ, ਆ ਲੋਪੋਕੇ ਵਾਲਿਆ, ਚੈਨ ਟੁੱਟੀ ਹੈ ਪਰ ਪੁਆਇੰਟ ਆ ਨਿਰਮਲ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਆਹ ਨੰਬਰ ਰੇਡਰ ਨੇ ਜੋੜ ਦਿੱਤਾ ਹੈ। ਆਹ ਮੁੰਡੇ ਦਾ ਜਿਗਰਾ ਬੜਾ ਤਗੜਾ ਮੇਰੇ ਵੀਰੋ, ਤੂਫਾਨੀ ਰੇਡਰ ਹੈ ਸੁਖਾ ਬਜਵਾ ਵਾਲਾ, ਕਿ ਗੂਗਲ ਤੋਂ ਸਰਚ ਨਾ ਹੋਣ ਹੌਸਲੇ, ਲੱਗਦੀ ਦਲੇਰੀਆਂ ਦੀ ਸੇਲ ਨਹੀਂ ਹੁੰਦੀ, ਜਜ਼ਬੇ ਨਾ ਮਿਲਦੇ ਡਿਸਕਾਊਂਟ ਤੇ, ਅਣਖਾਂ ਦੀ PFD ਮੇਲ ਨਹੀਂ ਹੁੰਦੀ, ਖੇਤਾਂ ਵਾਲੀ ਵੱਟ ਨਾ ਮੈਪ ਦੱਸਦੇ, ਦੇਖਣੀ ਪੈਂਦੀ ਆ ਉਹ ਤਾਂ ਹਰ ਕੋਣ ਤੋਂ, ਠੋਕਰਾਂ ਸਿਖਾਉਂਦੀਆਂ ਨੇ ਵੀਰੇ ਵੱਲ ਜੀਣ ਦੇ, ਮਿਲਦੇ ਨਾ ਤਜਰਬੇ ਐਵਾਂ ਜਾਣ ਤੋਂ। ਇਹ ਆ ਬਜਵਾ ਵਾਲਾ ਸੁਖਾ, ਨਿਸਾਨ ਗੱਗੋ ਬੂਹੇਵਾਲ ਦੀਆਂ ਟਰਾਲੀਆਂ ਲੱਗੀਆਂ ਸਾਡੇ ਵੱਡੇ ਭਰਾ ਦੀਆਂ, ਮੈਂ ਦਿਲੋਂ ਧੰਨਵਾਦ ਕਰਾਂਗਾ ਨਿਸਾਨ ਗੱਗੋ ਬੂਹੇਵਾਲ ਦਾ ਤੇ ਸਤਿਗੁਰ ਬੈਰੀਗੇਡ ਕੈਰੋ ਵਾਲੇ ਭਰਾਵਾਂ ਨੇ ਗਰਾਊਂਡ ਸੰਘਾਰੀ ਹੈ। ਪਰ ਆ ਵੇਖਾਂਗੇ ਸਾਹਮਣੇ 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 ਕੈਂਚੀ ਕੈਂਚੀ, ਹੋ ਕਬੱਡੀ ਦਾ ਸਭ ਤੋਂ ਖਤਰਨਾਕ ਦਾ ਹਣੀ ਪੰਡਾਲ ਦੋਨੇ ਵਾਲਾ ਨਹੀਂ ਲਾ ਸਕਿਆ ਜੱਫਾ। ਤੇ ਨੰਬਰ ਰੇਡਰ ਦਾ ਜੋਦੇ ਦੀ ਇੱਕ ਰੇਡ ਰਹਿ ਗਈ 3000। ਹਰਸ਼ ਸੇਖੋ ਕਹਿੰਦਾ ਮੇਰੇ ਚਾਚਾ ਜੀ ਦੇ ਨਾਂ ਤੇ, ਪ੍ਰਗਟ ਸੇਖੋ ਜੀ ਦੇ ਨਾਂ ਤੇ, ਜਿਨ੍ਹਾਂ ਨੇ ਅੱਜ ਕਹਿੰਦੇ ਲੱਖਾਂ ਰੁਪਈਆ ਕਬੱਡੀ ਨੂੰ ਦਿੱਤਾ ਹੈ। ਪ੍ਰਗਟ ਸੇਖੋ ਜੀ ਅੱਜ ਮੇਨ ਸਪਾਂਸਰ ਨੇ। ਆ ਮੈਚ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਟੀਮ ਜਿੱਤੂਗੀ ਕਿਹੜੀ। ਉਹ ਨੰਬਰ ਮੈਂ ਦੱਸਾਂ ਤੇ ਦਿਲ ਘੁੰਮ ਘੁੰਮ ਕਰਦਾ, ਅੱਧੇ ਕੁ ਨੰਬਰ ਦਾ ਫਰਕ ਹੈ, ਪਰ ਸਾਹਮਣੇ 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 ਸੱਤਵਾਂ ਵਾਲਾ ਗੋਲਾ ਕਹਿੰਦਾ ਟੱਡਿਆ ਭੱਜ ਮਾਸੀ ਦਿਆ ਪੁੱਤਾ, ਉਹ ਕਿੱਧਰ ਨੂੰ ਜਾਣਾ, ਉਹ ਸਾਰੇ ਰਾਹ ਬੰਦ, ਪਰ ਟੱਡਾ ਪੰਡਾਲ ਦੋਨੇ ਵਾਲਾ ਹਾਂ ਨੰਬਰ ਜੋੜ ਗਿਆ 3000। ਇਹ ਹੈ ਕਹਿੰਦੇ ਕਬੱਡੀ ਦਾ ਸਟਾਰ ਯੋਧਾ ਕੱਸਾਂ ਵਾਲਾ, 3000 ਦੀ ਲਾਸਟ ਕਬੱਡੀ। ਹਰਸ਼ ਸੇਖੋ ਪ੍ਰਗਟ ਸੇਖੋ ਅੱਜ ਦੇ ਮੇਨ ਸਪਾਂਸਰ ਨੇ, ਉਹਨਾਂ ਨੇ ਮਾਣ ਦੇਣੇ ਅਜੇ ਜਫਾ ਲੱਗਦਾ ਜਾਫੀ ਨੂੰ। ਬੱਲੇ 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 ਬੱਲੇ, ਫੈਸਲਾ ਰੇਡਰ ਦਾ ਯੋਧਾ 3000 ਦਾ ਜੇਤੂ ਹੈ। ਸਰਦਾਰ ਜੀ ਜਗਦੇਵ ਸਿੰਘ ਜੀ ਸੇਖੋ ਜੀ 3000 ਗਿਣ ਕੇ ਦੇ ਦਿਓ। ਬੜਾ ਸੁੱਖਾ ਫਿਰ ਤਿਆਰ ਹੈ ਵਾਲੇ ਸੁੱਖੇ ਦੀ ਆ ਰੇਡ ਤੇ ਸੇਖੋ ਮੋਚ ਵਾਲੇ ਪ੍ਰਗਟ ਸੇਖੋ ਤੇ ਹਰਸ਼ ਸੇਖੋ ਕਹਿੰਦੇ 2000। ਸੇਖੋ ਮੋਚ 2000 ਅੱਜ ਬੱਲੇ ਬੱਲੇ ਕਰਾ ਰਹੇ ਹੈ। ਹੋ ਪ੍ਰਗਟ ਹੋਏ ਸਾਡੇ ਵੀਰ, ਆ ਵੀ 2000 ਦੇ ਦਿਓ, 2000 ਦੇ ਦਿਓ, 2000 ਦਾ ਜੇਤੂ ਹੈ। ਓਏ ਪੱਟਾਣੇ ਨਾਲ ਪੱਟਨੇ ਖੈਂਦੇ ਤਾਲਿਆਂ ਨੂੰ ਜਾਰੋ ਹੱਥ ਨਹੀਂ ਪੈਂਦੇ, ਇਹ ਕਿਹੜੇ ਪਿੰਡ ਦਾ ਗੱਭਰੂ, ਲੋਕੀ ਉਂਗਲਾ ਕਰ ਕਰ ਪੁੱਛਦੇ ਐ। ਓ ਪਰਖੇ ਜਾਣ ਗੱਭਰੂ ਜਦੋਂ ਪੇਚਮਦਾਰ ਦੇ ਬੁੱਕਦੇ ਐ, ਆ ਲੋਪੋਕੇ ਵਾਲੇ ਦਾ ਵੀ ਮੈਨੂੰ ਲੱਗਦੀ ਗੱਲ ਆ, ਹੁਣ ਹਿਸਾਬ ਕਿਤਾਬ ਕਲੀਅਰ ਕਰਨਾ ਪੈਣਾ। ਓ ਬੱਲੇ ਬੱਲੇ ਕਰਾ ਗਿਆ ਲੋਪੋਕੇ ਵਾਲਾ। ਇੱਧਰ ਪ੍ਰਾਚੀ ਵਾਲਿਆ 2 ਨੰਬਰ ਤੇ ਰਿਸ਼ਪਾਲ ਹੈ,
जिहदे पैरां विच लाल नीकै पै, जे ओ जफा लावे ना मेरे वीरियो तां 2000 रुपया बब्बू होंगकोंग प्रगट सिखों दे जिगरी यार ने उन्होंने माण देना एक जफे दे 2000। पर आ कहिंदे अज दे टाइम दा स्टार काली लोपोके वाला करा गया बल्ले 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 बल्ले। लोपोके वाला काली है उधर प्रगट सिखों साडा भरा यारा मित्रां दे नाल अज पट्टियां स्क्रीनां ला के बल्ले बल्ले करा रहा मेरे वीरो। अज कहिंदे भरा दे नोट मीह वंगरां वर रहे है, मीह वंगरां वर रहे है। माणा माणा भरा ने कहिंदे यारियां कमाईयां ते यार भी कहिंदे गाडरां वर गए आ, यार भी कहिंदे गाडरां वर गए। इक कहिंदे सुखजिंदर सिंह जी एस एच ओ जलंधर वाले उन्हां नाल यारी आ साडे प्रगट सेखों दी। दो नंबर ते काली लोपोके वाला अज बहुत तगड़ा खेड रहा है उहदे आ जफे तो जे लगदा तां 2000 काली जे अगला जफा लावे ना 2000। प्रगट सिंह जी सेखो सेखो मोचाले उन्हां दा भतीजा हर्ष सेखो ते उन्हां दे वीर ने जगदेव सेखो उन्होंने मान सम्मान देने है। जो देरी कबड्डी पैंदी मेरे मित्रों के पैंदियां कबड्डियां ने चढ़ चढ़ के वेखदा जमाना सारा खड़ खड़ के देखदा जमाना सारा। एक पासे कहंदे लखे नू टच होया चीमिया वाले नू पॉइंट रेडर दे हिस्से धावी दे हिस्से है। चितपाल चिट्टी वाला अगली कबड्डी पाउंदे ने कि तेरा रूप संधूरी अंब वर्गा टिप टिप करके चोजूगा। लाल सूहा गबरू दा रंग है जिवें कहंदे मक्खन धाली वाले वाले दा रंग होवे। एक कन्नी दे कहंदे लोपोके वाला पर रसपाल ਬੋਲੀਆਂ ਵਾਲਾ ਕੋਸ਼ਿਸ਼ ਕਰਦਾ ਡੱਕ ਲੈਣ ਦੀ ਪਰ ਪੁਆਇੰਟ ਰੇਡਰ ਦੇ ਹਿੱਸੇ। ਮੈਂ ਵੀ ਬੋਲੀਆਂ ਵਾਲਿਆ ਤਗੜਾ ਹੋ ਕੇ ਇਦਾਂ ਟਰਾਈਆਂ ਕਰ ਬੱਬੂ ਹਾਂਗਕਾਂਗ ਪ੍ਰਗਟ ਸੇਖੋਂ ਦਾ ਯਾਰ ਕਹਿੰਦਾ ਜੇ ਰਸ਼ਪਾਲ ਜਫਾ ਲਾਵੇ ਤਾਂ ਆਪਾਂ 2000 ਦੇਾਂਗੇ। ਨੂਰ ਮਹਿਲ ਵਾਲੇ ਚੀਮੇ ਦੇ 2 ਜਫੇ ਹੋਰ ਲੱਗਣਾ। ਹਰਸ਼ ਸੇਖੋਂ ਦੇ ਪ੍ਰਗਟ ਸੇਖੋਂ ਕਹਿੰਦੇ ਆਪਾਂ 2000। ਆਓ ਸਾਹਮਣੇ ਪਾਸੇ ਨੂਰ ਮਹਿਲ ਦੇ ਏਰੀਏ ਦਾ ਲੱਖਾ ਚੀਮੇ ਵਾਲਾ ਟਰਾਈ ਕਰਦਾ ਹੈ। ਰਮਦਾਸ ਵਾਲਾ ਘੋੜਾ ਇੱਕ ਹੋਰ ਨੰਬਰ ਜੋੜ ਗਿਆ ਹੈ। ਬਜਵਾ ਵਾਲਾ ਸੁਖਾ ਟੌਪ ਦਾ ਧਾਵੀ ਹੈ ਮੇਰੇ ਮਿੱਤਰੋ ਕਿ ਜਿੰਮਾਂ ਦੇ ਵਿੱਚ ਜਾ ਕੇ ਮੁੰਡੇ ਮਸਲ ਬਣਾਉਂਦੇ ਨੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਧੁੰਮਾਂ ਪਾਉਂਦੇ ਨੇ ਕਿ ਮਾਰ ਮਾਰ ਕੇ ਡੰਡ ਵੀ ਲੋਹਾ ਕਰਨ ਸਰੀਰਾਂ ਨੂੰ ਭਰ ਭਰ ਕੇ ਦੁੱਧ ਦੇ ਛੰਨੇ ਭੈਣਾਂ ਦਿੰਦੀਆਂ ਵੀਰਾਂ ਨੂੰ ਜੋਸ਼ ਜਵਾਨੀ ਜੁਗਤੀ ਬਖਸ਼ੀ ਸੱਦ ਕੇ ਜਾਵੇ ਤਿੰਨਾਂ ਦੇ ਕਰਮਾਂ ਵਾਲੀਆਂ ਮਾਵਾਂ ਓਏ ਪੁੱਤ ਕਬੱਡੀ ਖੇਡਣ ਜਿੰਨਾਂ ਦੇ ਫੈਸਲਾ ਸਾਡੇ ਰੈਫਰੀ ਦਾ ਪੁੱਤ ਕਬੱਡੀ ਖੇਡਣ ਜਿੰਨਾਂ ਦੇ ਕਹਿੰਦੇ ਰਸਪਾਲ ਹੈ ਬੋਲੀਆਂ ਵਾਲਾ ਮੇਰੇ ਵੀਰੋ। ਆਹ ਜਿਹਨੇ ਬੱਲੇ ਬੱਲੇ ਕਰਾ ਦਿੱਤੀ ਹੈ ਬੋਲੀਆਂ ਵਾਲੇ ਰਸਪਾਲ ਨੇ ਕਹਿੰਦੇ ਲਾ ਜੱਫਾ ਬੱਲੇ ਬੱਲੇ ਕਰਾ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ। ਐ ਤਗੜਾ ਮੈਚ ਕਬੱਡੀ ਦਾ ਵੱਡਾ ਮੈਚ ਕਬੱਡੀ ਦਾ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ। ਅਗਲੀ ਰੇਡ ਪਾਹਾ ਨੌਜਵਾਨਾ ਕੌਣ ਪਾਉਂਦਾ ਆ ਚੱਲਿਆ ਮੇਰੇ ਪੰਜਾਬੀ ਵੀਰਿਓ ਕੱਸਾਂ ਵਾਲਾ ਜੋਧਾ ਕਬੱਡੀ ਪਾਉਂਦਾ। ਦਰਸ਼ਕ ਵੀਰਿਓ ਆਇਓ ਨਾ ਆ ਰੇਡ ਤੇ ਲਾ ਦਈਏ ਜੀ ਹੁਣੇ ਹੀ। ਕਹਿੰਦੇ ਰੁਕ ਜਾ ਸ਼ਿਵ ਆਪਾਂ ਬਹੁਤ ਵੱਡਾ ਐਲਾਨ ਕਰਨ ਜਾ ਰਹੇ ਹਾਂ। ਬੜੇ ਮਾਣ ਹੋਣਗੇ ਮੇਰੇ ਵੀਰੋ। ਮੈਚ ਪੂਰਾ ਬਰਾਬਰ ਦਾ ਮਾਲਵਾ tv.com ਲਾਈਵ ਕਰ ਰਹੀ ਹੈ। ਸਕਰੀਨਾਂ ਪ੍ਰਾਚੇ ਵਾਲਿਆ ਪਾਟਣ ਤੇ ਆਈਆਂ ਹੈ। ਮਾਲਵਾ ਟੀਵੀ ਵਾਲਿਆਂ ਦਾ ਧੰਨਵਾਦ ਹੈ। ਜੋਧਾ ਕੱਸਾਂ ਵਾਲਾ ਜੋਧਾ ਕੱਸਾਂ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਲਓ ਜੋਧੇ ਦੀ ਕਬੱਡੀ ਆ ਬੜੀ ਕਰਮਾਂ ਵਾਲੀ ਕੜੀ ਹੋਵੇਗੀ ਤੇ ਜਦੋਂ ਮੁੰਡੇ ਨੇ ਜਨਮ ਲਿਆ ਹੋਵੇਗਾ ਮਾਂ ਨੇ ਨਾਂ ਰੱਖਿਆ ਜੋਧਾ ਮੇਰੇ। ਲੋਪੋਕੇ ਵਾਲੇ ਕਾਲੀ ਨੇ 2000 ਦਾ ਜਫਾ ਲਾ ਦਿੱਤਾ ਹੈ। ਸਾਡੇ ਵੀਰ ਹਰਸ਼ ਸੇਖੋਂ ਪ੍ਰਗਟ ਸੇਖੋਂ ਨਾਲ 2000 ਬੋਲਿਆ ਗਿਆ ਸੀ। ਇਹ 2000 ਰੁਪਇਆ ਦੋ ਨੰਬਰ ਵਾਲੇ ਜਾਫੀ ਕਾਲੀ ਨੇ ਲੁਫਾ ਲਾ ਦਿੱਤਾ ਜੀ। ਇਹ 2000 ਰੁਪਇਆ ਕੋਚ ਸਾਹਿਬ ਨੂੰ ਦੇ ਦਿਓ। ਧੰਨਵਾਦ ਹੈ। ਉਧਰ ਹਰਸ ਸੇਖੋਂ ਸਾਡਾ ਭਰਾ ਤੇ ਪ੍ਰਗਟ ਸੇਖੋਂ ਸਾਡਾ ਵੀਰ ਹੈ। ਮੈਂ ਦਿਲੋਂ ਧੰਨਵਾਦ ਕਰਾਂਗਾ ਇਹਨਾਂ ਭਰਾਵਾਂ ਦਾ ਕਿ ਜਿਹਨਾਂ ਦੇ ਅੱਜ ਬਹੁਤ ਵੱਡੇ ਯੋਗਦਾਨ ਆ, ਜਿਹਨਾਂ ਭਰਾਵਾਂ ਨੇ ਕਬੱਡੀ ਨੂੰ ਸਪਾਂਸਰ ਕੀਤਾ ਹੈ, ਜਿਹਨਾਂ ਵੀਰਾਂ ਨੇ ਦਿਲ ਖੋਲ ਕੇ ਮਾਇਆ ਦੇ ਗੱਫੇ ਲਾਏ। ਮੈਂ ਦਿਲੋਂ ਧੰਨਵਾਦ ਕਰਾਂਗਾ ਸੱਤ ਸਮੁੰਦਰੋਂ ਪਾਰ ਰਹਿ ਕੇ ਵੀ ਆਪਣੀ ਮਾਂ ਖੇਡ ਕਬੱਡੀ ਨੂੰ ਪ੍ਰਗਟ ਹੋਣਾ ਨੇ ਆਪਣੀ ਬੁੱਕਲ ਵਿੱਚ ਰੱਖਿਆ ਹੈ। ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਦਿਲੋਂ ਧੰਨਵਾਦ ਵੀਰ ਜੀ। ਉਹ ਲਾਈਵ ਲਾ ਕੇ ਕੈਮਰੇ ਲਾ ਕੇ ਜਿਹੜੇ ਖਲੋਤੇ ਵੀਰ ਜੀ ਮਾੜਾ ਸਾਈਡ ਤੇ ਹੋ ਜਾਓ, ਪੁਆਇੰਟ ਵੇਖਣ ਲੈਣ ਦਿਓ ਕਿੰਨੇ ਕਿੰਨੇ ਹੈ, ਨੰਬਰ ਵੇਖ ਲੈਣ ਦਿਓ ਜੀ ਕਿੰਨੇ ਹੈ। 38
ताली काऊ माऊ बराबर दी टक्कर प्राचे आलिया वाकया काऊ माऊ हुंदा दिल लाओ लोपो के आला माजे दा मड्डा मल मलकीत दा वीर ते दूसरे पासे मखण गुजर कहंदे ओ टोपी आला किल पैर दे विच जड़ गया है पर लोपो आला कोशिश करदा बल्ले बल्ले 1 4 3 2 हाय वो मेरा रब्बा घड़ी टिक टिक कर दी आखरी पल्ला दे विच आया है ₹3000 कर दे रिशपाल बोलियां दा जफा 3000 दा पंडाला वाला टिड्डा तुरिया है जद तुरिया पाले तो वेख दे जाफी नाल चलाकी मुंडा अस्तबाजी है तेज तलवार वायो फ्री ने लोको फड़ने सोखे नहीं उड़ने सप सहेदा लक शेर दा लक कबूतर चीने ए कबूतर चीना टिड्डा पंडाला वाला दूसरे पासे कहंदे मुंडा ए संधवा वाला गोला टॉप दे जाफी पड़के बल्ले 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 नहीं ओरिसा हाय ओ मेरे अरबा पॉइंट कहंदे इस वेले केड़े हिस्से गया है जाफी दे हिस्से है पॉइंट जाफी दे हिस्से है वधिया मैच कबड्डी दा तगड़ा मैच कबड्डी दा वड़ा मैच है खेड़ मैदान दे विच रेड एक एक एरे उत्ते मित्रो लाला लाला होनी है ललकारे बजने हैं जेड़ा रेडर सिरे दिया रेडा सारे पा रहे है रोले रप्पे पै रहे है पॉइंट पूरे बराबर दे है जर्सक भीरियो जायो ना एक एक रेड है इहदे उत्ते ही जित्तां हारां दे फैसले होने है वीर प्रगट सिखो सिखो मोच वाले ने अज वड्डी सेवा लई है भरा जुग जुग जवानियां माणे जुग जुग जीवे जिहड़े पुत्तर इधर जुझार सिंह जी ते शेरा सिखो जी वो पुत्तर ने मेरे वीरियो ₹15000 दी प्रगण सेखो हर्ष सेखो जगदेव सेखो 15000 कबड्डी दा स्टार चौदह का सामना मनाण दे ₹15000 खुले हलारे ललकारे ₹15000 दी पाती है फौज वाले ब्रांड वालिया ने वार 15000 हर्ष सेखो कहना गिण के देना है आको सब गिणियो जोधे वास्ते प्रगट सिंह जी सेखो दे हर्ष सेखो अब बड़े मान सम्मान ललकारे बज दे सुखे बजवाला जफर केतर 3000 बब्बू बौड़ियां वाला बौड़ियां वाला हां बौड़ियां वाला बल्ले बल्ले करांदा होया पर पॉइंट मैच समाप्त साडा प्राप्तित ज्योति इन्हां बोलां वास्ते बहुत वड्डे मान दे रहा है वड्डी जिम्मेवारी भी प्रगट सेखो ने सोफी सी प्रगट सेखो जी जुग जुग जियो अज दूसरे दिन विच बहुत वड्डे सहयोगी है प्रगट सेखो जी अज दोवां टीमां नूं सारे मैच नूं उहनां वीरां वल्लों मान सम्मान दित्ते जाणगे धन्नवादी हां दसदा वी सोने दी मुंदरी नाल मान होणा मैं अपने वल्लों धन्नवादी हां इस मैच दा रिजल्ट पंडाल दोने दे पंडाल दोने दे दुआबे दे नंबर ने 39 भगवानपुर माझे दे नंबर ने 43.5 पंडाल दोने दी टीम जे इस मुकाबले विच उप जेतू है ते भगवानपुरे दी टीम जेतू है बोले सो निहाल सो श्री अकाल दुख तोड़ते साडे प्रगट सिखोणा ने दुख तोड़ दिते है मुबारकां साडे जगदेव भाजी बहुत बहुत मुबारकां साडे वीरां नूं वड्डे माला ए एंड तक सरदार दविंदर सिंह जी लड्डू जी एंड तक एक नंबर अद्धा अद्धा नंबर ते फैसले हुंदे रहे है ये है मैच जिहदा कोई मैच नहीं वीर साडे बलजिंदर सिंह जी साबका सरपंच साहब जी दा धन्नवादी हां मेरा वीर रणधीर सिंह जी ते राणा सिंगापुर जी दा धन्नवाद है मैं बेनती कर देवां साडे कमेटी वाले वीर पत्रकार जिहड़े वीर आए आ उन्हां दा भी आपां मान सम्मान करना है मैं दिलों धन्नवाद करांगा पत्रकार भाईचारे दा ऑफिसर वीरां दा सारे वीरां दे वड्डे योगदान है एनआरआई भरावां दा बहुत वड्डा सहयोग सी प्रगट साडा वीर
और लो मेरे वीरो हुण अनामण समागम होणगे मेरा साथी बलारा सर्वजीत प्राचे वाला हाँ हुण नाम आपां सन्मान देंगे हाँ जी आज जी लागे लागे हो जाओ मेरे वीर अज दा पहला ते दूसरा इनाम अज दे रेफरियां दा अज दे मेरे वीरो सारे खेड मेले दा संजोग सेवा साडे प्रगट सेखों जी सेखों वौचालिया ने सन्मान किए है बाबा नानक चढ़दी कला विच रखे आउंदे साल भी वीर कहिंदे इसे तरह ही मान सम्मान करांगे अज दी रनर अप रही टीम बहुत तगड़ी टीम खेडी आ पंडाल दोना प्रभ जोत ज्योति भाजी मैच तो आ हुंदा जिहदे विच पता नहीं किहने जित जाणा है लगता सी पंडाल जोना जितू लै भी सुखे बाजवाल सन्मान लैके जाना फोटो करा के जानी है आ भी टिडे पंडाल वालिया नाल मेरा वीर छोटा सुखा पंडाल सारे वीर आउण मेरे वीर लागे जो कैमरे दे सेब थोड़ा लागे कैमरे दे आजो जी अगे चल मालवा टीवी डॉट कॉम लाइव कर रही सी साडे बहुत सत्कारयोग प्रगट सेखो जी आखदे है सारे इलाका निवासियों का धन्यवाद है ते साडा वीर दलीप सिंह जिन्हों ग्रेट खली कहते हैं वो वीर मेले दियां मुबारकां बहुत तगड़ियां दे रहे हैं बड़ा मेरे वीर रुस्तमे पहलवान है WWE वाला दलीप सिंह दे नाल प्रगट सेखों का प्यार है अज की सैकेंडरी टीम सारे प्लेयर आउण जी सारे प्लेयर आ जाण मेरे वीर सारी टीम अज भी अज की सैकेंडरी वीर जी सैकेंड पहला नाम मिल रहा है पहला नाम सैकंड कर दो पहला वा अज का सैकंड इनाम पंडाल दोना दूसरा इनाम पहला अज का दूसरा इनाम दिता जाएगा अज की टॉप की दबाबे की टीम मेरे वीरियो बाबा सुखचैन दास कबड्डी क्लब पंडाल दोना वड्डे मल्ला ए बहुत जोर लाया मल्ला ने यह सन्मान सरदार शिंगारा सिंह दे पुत्र जगदेव सेखो ते प्रगट सेखो जपान वाले जिन्होंने पुत्र जुझार जुझार सिंह जी सेखो शेरा सेखो जी बहुत तगड़ा मुकाबला होया है अज दी चैंपियन टीम जेतू टीम है स्वर्गीय महावीर कबड्डी क्लब भगवानपुर आ प्राचा साहब भगवानपुर बाबा भगवान सिंह कबड्डी क्लब भगवानपुर महावीर की याद के विच तुहाडे भरा और चौड़े मदरे तनार रिंकू पटवारी वाले ने टीम खड़ी की लो अज की जेतू रही टीम है भगवानपुर रिंकू पटवारी जी जस चौड़े मदरिया वाला नहीं आया क्योंकि वो अख का ऑपरेशन होया है बाबा नानक छेती तंदुरुस्त करके ग्राउंडा च लिया अज की चैंपियन टीम जेती पहला नाम जेड़ा है वह महावीर कबड्डी क्लब माझा भगवानपुर की टीम के लिए है यह प्रगट सेखो वीर जोंदा रवे जिन्हें बहुत बड़े माण किए हैं साडा वीर सरबजीत प्राचा जी बड़ी दूर तो डेरे बाबे नानक तो आया साडा वीर उहदा मान सन्मान किया जाएगा एक वीर साडा कहिंदे गोल्ड ही है गोल्ड ही जूस बार वाला खंडूर साहब वीर जी ने जूस बार दे विच एक बोर्ड लिख के लाया मेरा बोलन की करता सी नहीं बोलिया गया माफ़ी मंगदा है वह वीर ने बोर्ड लाया जे किसी भैन का वीर नहीं ना है तो उहदी व्याह दे उत्ते टोकरी जिहड़ी होवेगी उहदी फ्री सेवा की जाएगी गोल्ड जूस बार वाला वह वीर की बड़ी सोच है वीर कहिंदा जे मैं उहदा सत श्री अकाल जे किसी भैन का वीर नहीं है कहिंदा मैं वीर बन के वह भैन की टोकरी बन के दिया करांगा जरूर उस भरा नूं मिलियो खडूर साहब चौंक च उहदी वीर की जूस बार की शॉप है धन्नवाद हुण साडे रैफरी रैफरी वीर रैफरी संदीप बताला जी नाल प्रिंसीपल साडे प्रिंसीपल नवतेज जी प्रिंसीपल नवतेज जी ते संदीप बताला जी ये रैफरी वीर अपना सन्मान लैण जी सिखो साहब ने अज किटा भी दित्तियां स्पोंसर कीतियां आपां दिलों धन्नवाद करांगे प्रगट सिखो साडा वीर उस भरा वालों जिहड़ी किट है वह भी स्पोंसर की गई अनाम कबड्डी नूं बहुत वड्डा प्यार सत्कार जिहड़ा ना भरावां वालों दिलों धन्नवाद इस तो बाद मालवा टीवी डॉट कॉम उहदे वीर भी अपना सन्मान लैण जी मालवा टीवी डॉट कॉम मालवा टीवी वाले आ जाओ मेरे वीर आ जा मेरा भरा कैमरे तो वड्डियां जिम्मेवारियां है अमरप्रीत सतनाम साडा वीर
बहुत वधिया खेड मेला धन धन गुरु अर्जन देव जी की चरण छू प्राप्त धरती है। यो वैबसाइट है जी जगराऊं एरिए आई है। दो कैमरे सोना वीर ने कहते इस मेले को देसा प्रदेशों में दिखाया है। वैबसाइट का माण यह भी साढ़े प्रगट सेखों वालों स्पोंसर की गई है। धन्यवाद है, सो मेहरबानी शुक्रिया। हुण सोने की मंदरी के नाल वड्डा मान सम्मान सिव योध्या वाले का प्रगट सेखो वालों साडे भरा वालों जिहड़ा है सोने की मुंदरी पा के जिहड़ा उस भरा नूं और सिव योध्या वाले का माण सत्कार जिहड़ा कीता जा रहा। भरा यूरप के भी बड़े वड्डे बोल बोले, मलेशिया के भी तारी जोरदार मार दिओ मेरे वीरो और प्रगट सेखो साडे वीर वालों जिंदगी दा माण है। वीर कहिंदा जे इदां ही बाबे नानक दी कृपा रही इसे तरह ही आपां सेवा करदे रहांगे। मैं अपने वल्लों ऋणी हां, बहुत प्यार करदा वीर ने बड़ा वड्डा मान सोने दी मुंदी नाल दित्ता है। प्रगट सेखो जी बहुत बहुत धन्नवाद। वड्डा ब्रांड है कहिंदे वॉच दा, घड़िया का ब्रांड है सेखो का, कहिंदे मेरे वीरो जापान दे विच वीर प्रगट सेखो का बहुत बहुत थैंक यू है। साडे रैफरी सेठ मल्ले वाले दे डैडी जी बेंटी मल्ले जी का भी मान सम्मान किया गया है। हुण बोलदियां चलदियां बड़ियां गलतियां हो जांदियां है। सारे वीरां दा बहुत बहुत धन्नवाद है। पत्रकार वीर उन्हां दा भी आपां मान सम्मान जिहड़ा करदा है और तरन तार तो पूरी टीम साडे वीर कहिंदे आई है पत्रकार भाईचारा उन्हां दा भी मान सम्मान। साडे प्रभजीत सिंह जी ज्योति वीर दी कीती मेहनत है। हर्ष सेखो ने तो अज कहते बहुत बड़े माण अज 15,000 की रेट जो पई स्वाद आ गया है। सरदार जगदेव सिंह जी धन्यवाद है। प्रगट सेखो वीर का बहुत बहुत थैंक यू जिन्हें अज कहते बड़े बड़े संजोग दे के अज के खेड मेले में स्पोंसर किया है। अज कहते टी शर्टा भी वीर ने जलंधर तो भरा सुखजिंदर सिंह जी एस एच ओ साहब के हाथी कलाइया है, खुश कर दिता है। सारे वीर का धन्यवाद है। बोले सो निहाल सत्री अकाल। वाहेगुरु जी का खालसा वाहेगुरु जी की फतेह। बोलदियां बड़ियां गलतियां जिहड़ियां माफ करना जी।